ਇਹ ਵਪਾਰ ਨੇ ਨੀ ਮਾ ਪੈਰੀ ਜੁੱਤੀ ਜਰੂਰੀ ਹੋਣੀ ਚਾਹੀਦੀ ਹੈ ਚੱਪੜਾਂ 'ਚ ਵਪਾਰ ਨਹੀਂ ਹੁੰਦਾ ਵਪਾਰ ਇਹ ਕਹੇ ਜੀ ਕੀ ਆ ਇਹਦੇ ਵਿੱਚ ਜਿੱਥੇ ਸਾਡੀ ਆਕਰ ਖੁੰਝਗੀ ਉੱਥੇ ਸਾਨੂੰ ਘਟ ਹੈ ਹੂੰ ਤੇ ਨਹੀਂ ਇਹਦੇ 'ਚ ਨਫੇ ਨਫਾ ਹੈ ਜੀ ਕਿੰਨਾ ਕੁ ਛੱੜਦੇ ਨਹੀਂ ਨਫਾ ਭਲਾ ਕਿਵੇਂ ਹੋਈ ਜਾਂਦੀ ਹੈ ਥੋੜਾਕ ਨਾ ਮਦਰ ਨੂਨ ਮਸਾਲਾ ਝੂਠ ਦਾ ਲਾਉਣਾ ਪਈ ਨਹੀਂ ਤਾਂ ਆਹੰਦੇ ਜੀ ਅਸੀਂ ਕੁੜੀ ਨੂੰ ਮੱਝ ਦੇਣੀ ਆ ਜੀ ਭੈਣ ਕੋਲੇ ਭੇਜਣੀ ਆ ਕਿ ਤੁਸੀਂ ਕਿੱਥੋਂ ਲਿਆਏ ਆ ਜੇ ਅਸੀਂ ਸਹੀ ਦੱਸ ਦੇ ਵੀ ਕਿੱਥੋਂ ਲਿਆਏ ਫੇਰ ਸਾਨੂੰ ਉਹ ਜਨਫਾ ਹੀ ਨਹੀਂ ਐਵੇਂ ਦਾਸਤਾ ਪਿਆਰਾ ਸੰਗ ਤੋਂ ਲਈ ਆਲੇ ਭਾਲ ਦਾ ਫੱਦਰ ਨਾ ਪਿਆਰਾ ਤੋਂ ਮਿਲੇ ਤੇ ਫੇਰ ਉਹ ਫੇਰੀ ਹੋਰ ਜੁਪਰਾਫਟ ਹੈ ਥੋੜੀ ਭਾਸ਼ਾ ਸਮਝਾ ਦਿਓ ਮਾੜੀ ਸਾਡੀ ਵਪਾਰਕ ਬੋਲੀ ਵੱਖਰੀ ਹੁੰਦੀ ਹੈ ਦੱਸ ਸਕਦੇ ਹਾਂ ਦੱਸਤਾ ਸਕਦੇ ਆ ਇਹ ਮਤਲਬ ਬੋਲੀ ਗਈ ਮੋਲ ਹੈ ਜੀ ਮਾੜਾ ਜਿਹਾ ਦੇ ਜੋ ਬੇਤ ਮਤਲਬ ਨਾਤੇ ਯੇ ਇਕਲਾ ਜੌਲਾ ਡੈਲਾ ਹਰ ਇੱਕ ਵਪਾਰੀ ਮੰਡੀ ਜਾਊ ਜਾਊ ਵਿਆਹ ਛੱਡ ਸਕਦਾ ਤੇ ਮੰਡੀ ਨਹੀਂ ਛੱਡ ਸਕਦਾ ਕਹਿੰਦਾ ਭਾਵ ਕਿ ਪਹਿਲਾਂ ਕਿਸੇ ਦਾ ਦਿਲ ਲੁੱਟਣਾ ਹੁੰਦਾ ਤੇ ਫੇਰ ਅਗਲੇ ਦੇ ਨਾਲ ਸੌਦਾ ਕਰੇ ਫੇਰ ਸੌਦਾ ਕਰੇ ਜੇ ਅਗਲੇ ਨੇ ਆਪਾਂ ਨੂੰ ਚਾਹ ਪਾਣੀ ਦਾ ਨਾ ਲਿਆ ਆਪਣਾ ਜਰੂਰ ਪੀਣੀ ਹ ਹ ਕਹਿੰਦੇ ਵਪਾਰੀ ਸਗਾ ਨਹੀਂ ਹੁੰਦਾ ਕਿਸੇ ਦਾ ਮੈਂ ਤਾਂ ਥੋੜਾ ਜਾ ਉਹ ਪਸ਼ੂ ਨੂੰ ਵੜਿਆਉਣਾ ਉਹਨੂੰ ਬਿਊਟੀ ਪਾਰਲ ਵਿੱਚ ਭੇਜਣਾ ਉਹ ਉੰਵੇਂ ਰਿਹਾ ਵਰਗਾ ਟੋਏ ਚ ਬੰਨੀ ਬੈਠਾ ਹੁੰਦਾ ਸਵਾ ਲੱਖ ਮੰਗ ਲੈਂਦਾ ਹਾਂਜੀ ਫਿਰ ਉੱਥੇ ਤਾਂ ਉਹਦੀ ਮੋੜਿਆਂ ਦਾ ਬੰਦਾ ਕੀ ਜਦੋਂ ਅਗਲਾ ਲੈ ਜੇ ਤੇ ਥੱਲੇ ਉਹ ਥਣਾ ਨੂੰ ਹੱਥ ਨਾ ਲਾਉਣ ਦੇਵੇ ਘਰੇ ਜਾ ਕੇ ਤੇ ਉਹ ਫਿਰ ਤੁਹਾਨੂੰ ਲਾਂਭਾ ਦੇ ਕੇ ਆਵੇ ਪੂਰਾ ਭਰਿਆ ਭਰਾਇਆ ਆਵੇ ਤੇ ਫਿਰ ਕਿਵੇਂ ਹੈਂਡਲ ਕਰਦੇ ਉਹਨੂੰ ਇਹ ਕਹਿਣਾ ਵੀ ਸਾਡੇ ਕੋਲ ਛੱਡ ਜਾ ਜਿੰਨਾ ਇਸ ਤੋਂ ਦੁੱਧ ਕਿਹਾ ਨਾ ਉਹਨਾਂ ਤੋਂ ਸਾਥੋਂ ਲਈ ਪੰਜ ਦਿਨ ਸਾਡੇ ਕੋਲੇ ਪਸ਼ੂ ਨੂੰ ਛੱਡ ਜਾ ਖੀਮੇ ਦਾ ਦੋਨਾਂ ਤੋਲ ਲਈ ਅਸੀਂ ਦੇਵਾਂਗੇ ਉਹਨਾਂ ਤੋਲ ਕੇ ਇੱਕ ਆਪਾਂ ਦੂਜੀਆਂ ਗੱਲਾਂ 'ਚ ਵਿਸ਼ਵਾਸ ਰੱਖਣ ਲੱਗੇ ਫਿਰਾਂ ਤੋਂ ਪਾਣੀ ਕਰਾ ਲਈਏ ਹਾਂ ਜਾ ਮਦਰ ਟੂਣਾ ਕਰਦਾ ਕੋਈ ਹੂੰ ਵਾਇਰਸ ਦੇ ਵਿੱਚ ਟੂਣਿਆਂ ਦਾ ਕੀ ਕੰਮ ਬਿਲਕੁਲ ਵਾਇਰ ਜਿਹੜਾ ਹੈ ਉਹ ਤਾਂ ਸਾਰੀ ਆ ਗਿਆ ਇਹਦੇ ਵਿੱਚ ਤਾਂ ਦਵਾਈ ਕੰਮ ਕਰੂਗੀ ਕੋਈ ਦੋ ਚਾਰ ਜੇਕਰ ਘਰੇਲੂ ਤੁਹਾਡੇ ਕੋਲ ਨੁਕਤੇ ਹੈਗੇ ਨਹੀਂ ਜਿਵੇਂ ਥਣ ਬੰਦ ਹੋ ਗਿਆ ਜਾਂ ਕਿ ਹੋਰ ਆਮ ਬਿਮਾਰੀਆਂ ਜਿਹੜੀਆਂ ਪਸ਼ੂਆਂ ਚ ਆਉਂਦੀਆਂ ਉਹ ਸਾਡੇ ਕਹਿੰਦੇ ਨਾ ਪੰਜਾਬੀ ਸ਼ਰਤੀਆ ਇਲਾਜ ਠੀਕ ਹੈ ਕੋਈ ਹੈਗੇ ਨਹੀਂ ਤਾਂ ਜਰੂਰ ਦੱਸੋ ਕਿਸੇ ਦਾ ਭਲਾ ਹੋ ਸ਼ਰਤੀਆ ਇਲਾਜ ਹੈਗੇ ਜੀ ਹੂੰ ਜੇ ਉਹਦੇ ਵਿੱਚ ਆਪਾਂ ਉਹਨੂੰ ਵਰਤੀ ਜੀ ਪਸ਼ੂ ਦੀ ਪੂਸ਼ ਚੱਕ ਕੇ ਵੇਖਣੀ ਚਾਹੀਦੀ ਆ ਹੂੰ ਉੱਥੇ ਤਿੰਨ ਗੰਢਾ ਨਾ ਹੋਣ ਥੱਲੇ ਵਾਲੇ ਪਾਸੇ ਕਦੇ ਮਾਸਟਰ ਜੀ ਐ ਹੋਇਆ ਵੀ ਕਿਸੇ ਸ਼ਕੀਨ ਨੇ ਕਿਹਾ ਹੋ ਵੀ ਆਪਾ ਉਹਨਾਂ ਝੋਟੀ 팔ਕੇ ਦੇਉ ਕਾਲੀ ਸ਼ਾਹ ਕਾਲੀ ਹਾਂਜੀ ਤੇ ਕੋਈ ਬੱਲੀ ਰੰਗ ਕਰਕੇ ਵੇਚੀ ਹੋਵੇ ਬਾਦੂ ਜਦੋਂ ਅਸੀਂ ਪਸ਼ੂ ਕਿਰੇਮਾਂ ਵੇਚਦਾ ਸੀ ਮੱਝ ਮੈਨੂੰ ਕਹਿੰਦੇ ਜਰਾਬਾਂ ਵਾਲੀ ਮੈਂ ਲਿਆਇਆ ਕਰ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਛੋਟੀ ਵੱਡੀ ਤੇ ਬਾਹਰੋਂ ਕੀ ਖੱਟਣਗੇ ਅੰਦਰੋਂ ਨੀਤ ਜਿੰਨਾ ਦੀ ਖੋਟੀ ਸਤਿ ਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਪੌਡਕਾਸਟ ਅਣਗੌਲੇ ਅਕਸਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹਦੇ ਵਿੱਚ ਉਹ ਅਣਗੌਲੇ ਉਹ ਅਣਗੌਲੇ ਖੇਤਰ ਕੰਮ ਵਿਅਕਤੀ ਤੁਹਾਡੇ ਰੂਬਰੂ ਕੀਤੇ ਜਾਣ ਸੰਦਲਬਾਰ ਦੇ ਢੋਲਿਆਂ ਦੀ ਜਦੋਂ ਗੱਲ ਕਰਦੇ ਆ ਤੇ ਉਹਦੇ ਵਿੱਚ ਲਿਖਿਆ ਹੋਇਆ ਸੀ ਅਕਸਰ ਪੜ੍ਹਦੇ ਆ ਕਿ ਮੱਝੀਆਂ ਮਾਲ ਬਰਿਆਮਾਂ ਦਾ ਤੇ ਮਾੜਿਆਂ ਕੋਲ ਨਹੀਂ ਰਹਿੰਦੀਆਂ ਪਸ਼ੂਤੰਨ ਇੱਕ ਆਪਣੇ ਆਪ ਵਿੱਚ ਸਹਾਇਕ ਧੰਦਾ ਸੀ ਅੱਜ ਕਿਸਾਨ ਤੇ ਕਿਸਾਨ ਦਾ ਪੁੱਤ ਹੌਲੀ-ਹੌਲੀ ਆਪਣੇ ਕਿੱल्ल्या ਤੋਂ ਇਹਨਾਂ ਨੂੰ ਭਟਾਉਂਦਾ ਜਾਂਦਾ ਹੈ ਜਾਂ ਪੂਰੇ ਤਰੀਕੇ ਦੇ ਨਾਲ ਹੀ ਲੋਕਟਾਈਲ ਵਾਲੇ ਵਿਹੜੇ ਕਰ ਦਿੱਤੇ ਨੇ ਅੱਜ ਸਾਡੇ ਨਾਲ ਨੇ ਮਾਸਟਰ ਮੱਗਰ ਸਿੰਘ ਤੁਸੀਂ ਕਹੋਗੇ ਕਿ ਮੈਂ ਮਾਸਟਰ ਸ਼ਬਦ ਬੋਲ ਦਿੱਤਾ ਉਹਨਾਂ ਨੇ ਆਪਣੀ ਪਹਿਲੀ ਉਮਰ ਦੇ ਵਿੱਚ ਸਰਕਾਰੀ ਮਾਸਟਰੀ ਕੀਤੀ ਤੇ ਫਿਰ ਰਿਟਾਇਰਮੈਂਟ ਤੋਂ ਬਾਅਦ ਉਹ ਪੋਸ਼ੀਆਂ ਦੇ ਵਪਾਰੀ ਬਣੇ ਆਓ ਉਹਨਾਂ ਦਾ ਕਿਸ ਤਰੀਕੇ ਦਾ ਤਿਆਰ ਬਹਰਿਆ ਉਹ ਜਾਣਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਹਿਲੀ ਉਮਰ ਦੇ ਵਿੱਚ ਮਾਸਟਰ ਰਹੇ ਸਰਕਾਰੀ ਮਾਸਟਰ ਹਾਂਜੀ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਬਣ ਗਏ ਵਪਾਰੀ ਠੀਕ ਹੈ ਜੀ ਤੇ ਮੈਂ ਤਾਂ ਸੋਚਦਾ ਸੀ ਕਿ ਤੁਹਾਨੂੰ ਪਿੰਡ ਵਾਲੇ ਜਾਂ ਤੁਹਾਡੇ ਜਾਣਕਾਰ ਕੀ ਕਹਿੰਦੇ ਆ ਮੱਗਰ ਵਪਾਰੀ ਕਿ ਮੱਗਰ ਮਾਸਟਰ ਮਾਸਟਰ ਮੱਗਰ ਸਿੰਘ ਅਸਲ ਵਿੱਚ ਕਹਿੰਦੇ ਹਨ ਕਿ ਕੁਝ ਕਿੱਤੇ ਮੈਂ ਕਹਿੰਨਾ ਕਿ ਕਿੱਤੇ ਚੰਗੇ ਮਾੜੇ ਨਹੀਂ ਹੁੰਦੇ ਵੱਡੇ ਛੋਟੇ ਵੀ ਨਹੀਂ ਹੁੰਦੇ ਪਰ ਫਿਰ ਵੀ ਸਮਾਜ ਦੀ ਅੱਖ ਤੋਂ ਜੇਕਰ ਵੇਖੀਏ ਇੱਕ ਪਸ਼ੂਆਂ ਦਾ ਵਪਾਰੀ ਹੋਣਾ ਤੇ ਇੱਕ ਮਾਸਟਰ ਹੋਣਾ ਦੂਰ ਦੂਰ ਤੱਕ ਦਾ ਸਬੰਧ ਨਹੀਂ ਸੀ ਇਹ ਫਿਰ ਚੋਣ ਕਿਵੇਂ ਕੀਤੀ ਆ ਤੁਸੀਂ ਵੇਖੋ ਪੁੱਤਰ ਮੈਨੂੰ ਨਹੀਂ ਇਹ ਲੱਗਦਾ ਵੀ ਦੂਰ ਦਾ ਸਬੰਧ ਹੈ ਅੱਛਾ ਜੀ ਹਰ ਇੱਕ ਇਨਸਾਨ ਨੂੰ ਜਦੋਂ ਮੰਗਾਈ ਆ ਜੀ ਬਹੁਤ ਜ਼ਿਆਦਾ ਬੰਦਾ ਸੋਚਦਾ ਵੀ ਮੈਂ ਕੀ ਕਰਾਂ ਬਿਲਕੁਲ ਪਰ ਇੰਨਾ ਕੋਲੇ ਪੈਸਾ ਨਹੀਂ ਹੁੰਦਾ ਵੀ ਕੋਈ ਹੋਰ ਕੰਮ ਤੋੜ ਲਈਏ ਕੋਈ ਦੁਕਾਨਦਾਰੀ ਨ ਤੋੜ ਸਕਦੇ ਕੋਈ ਜ਼ਮੀਨ ਠੇਕੇ ਸੇਤੇ ਲੈ ਕੇ ਵਾ ਸਕਦੇ ਇਹ ਕੰਮ ਆ ਜਿਹੜਾ ਇਹ ਤੇ ਇੰਨਾ ਪੈਸਾ ਖਰਚ ਨਹੀਂ ਆਉਂਦਾ ਇਹ ਜਿਆਦਾ ਮਿਹਨਤ ਹੈ ਜੀ ਜਿੰਨੀ ਮਿਹਨਤ ਕਰਾਂਗੇ ਉਨਹੀਂ ਫਲ ਚੀ ਹਰ ਇੱਕ insan ਚਾਹੁੰਦਾ ਹੈ ਮੈਂ ਕੁਛ ਨਾ ਕੁਛ ਕਰਕੇ ਵੇਖਾਂ ਜੀ ਜੇ ਆਪਾਂ ਇੱਥੇ ਦੁਨੀਆ ਦੇ ਵਿੱਚ ਆਏ ਆ ਤਾਂ ਆਪਾਂ ਨੂੰ ਕੁਛ ਨਾ ਕੁਛ ਕੰਮ ਕਰਕੇ ਛੱਡ ਜਾਣਾ ਚਾਹੀਦਾ ਤਾਂ ਕਿ ਆਪਣੇ ਜਿਹੜਾ ਪਿਛੋਕੜ ਆ ਨਵੀਂ ਪੀੜ੍ਹੀ ਆਉਣ ਵਾਲੀ ਆ ਉਹ ਆਪਾਂ ਨੂੰ ਵੇਖ ਕੇ ਕੰਮ ਕਰਨ ਵੀ ਜੋ ਕਰ ਸਕਦੇ ਆ ਤੇ ਅਸੀਂ ਵੀ ਕਰ ਸਕਦੇ ਹਾਂ ਹੂੰ ਸਾਨੂੰ ਬਹੁਤ ਜ਼ਿਆਦਾ ਸ਼ੌਂਕ ਆ ਜੀ ਇਸ ਕੰਮ ਦਾ ਜੀ ਫਿਰ ਤੁਸੀਂ ਇਹ ਗੱਲ ਸੋਚੋਗੇ ਬੱਚੇ ਨੂੰ ਤਿਆਰ ਕਰਨਾ ਪੜਾਈ ਦੇ ਵਿੱਚ ਹਾਂਜੀ ਖੇਡਾਂ ਵਿੱਚ ਤਿਆਰ ਕਰਨਾ ਜੀ ਪਸ਼ੂ ਨੂੰ ਤਿਆਰ ਕਰਨਾ ਜੀ ਸਾਨੂੰ ਬਹੁਤ ਜ਼ਿਆਦਾ ਆਉਂਦਾ ਹੂੰ ਬਹੁਤ ਸਾਨੂੰ ਮਾਣ ਆ ਇਹਨਾਂ ਤੇ ਇਹਨਾਂ ਚੀਜ਼ਾਂ ਦੇ ਵੀ ਜਿੱਥੇ ਅਸੀਂ ਬੱਚੇ ਤੇ ਆ ਗਏ ਨਾ ਪਿੱਛੇ ਵੀ ਪੁੱਤਰ ਤੂੰ ਆਹ ਕੰਮ ਕਰਨਾ ਹੂੰ ਉਹ ਇਹ ਕਹਿ ਨਹੀਂ ਸਕਦਾ ਐ ਜਿਵੇਂ ਫੁੱਲ ਬੱਟੀ ਫੋਲੀ ਕੰਮ ਕਰੂ ਜੀ ਹੁਣ ਵੀ ਅੱਜ ਵੀ ਮੈਨੂੰ ਇੰਨਾ ਮੈਨੂੰ 75 ਸਾਲ ਦੀ ਉਮਰ ਹੋ ਗਈ ਅੱਜ ਜੀ ਪਰ ਮੈਨੂੰ ਆਪ ਦੇ ਆਪ ਤੇ ਇਹ ਨਹੀਂ ਲੱਗਦਾ ਮੈਂ 75 ਸਾਲ ਦਾ ਹੋ ਗਿਆ ਹੂੰ ਮੈਨੂੰ ਆਏ ਆ ਵੀ ਪਿਛਲੀ ਜਵਾਨੀ ਚਲੀ ਜਾਂਦੀ ਏ ਹਰੇਕ ਕੰਮ ਤੇ ਜਾਣਾ ਆਉਣਾ ਫਰਤੀ ਬਹੁਤ ਜਿਆਦਾ ਏ ਸਾਡੇ ਚ ਹੂੰ ਜੇ ਸਾਨੂੰ ਕੋਈ ਟਾਈਮ ਦੇਦਾ ਨਾ ਵੀ 10 ਵਜੇ ਕੇ 5 ਮਿੰਟ ਤੇ ਇੱਥੇ ਆਉਣਾ ਆਪਾਂ 10:04 ਤੀ ਉੱਥੇ ਜਾਵੜਨੇ ਕੀ ਬਾਤ ਤੇ ਇੰਨੀ ਕਾਲ ਨਹੀਂ ਕਰਨੀ ਵੀ 10 ਵਜੇ ਕੇ 10 ਮਿੰਟ ਹੋ ਗਏ ਹੁਣ ਤੁਸੀਂ ਤਾਂ ਮਾਸਟਰ ਜੀ ਰਿਟਾਇਰਮੈਂਟ ਵਾਲੇ ਮਾਸਟਰ ਸੀ ਤੁਸੀਂ ਤਾਂ ਬਹੁਤ ਵਧੀਆ ਕੰਮ ਕੋਈ ਵੀ ਖੋਲ ਸਕਦੇ ਸੀਗੇ ਤੁਹਾਡੇ ਕੋਲ ਤਾਂ ਕੋਈ ਪੈਸਿਆਂ ਦੀ ਕਮੀ ਨਹੀਂ ਹੋਊਗੀ ਪਰ ਫਿਰ ਵੀ ਤੁਸੀਂ ਇਹ ਪੋਸ਼ੀਆਂ ਦਾ ਵਪਾਰ ਹੀ ਚੁਣਿਆ ਮੈਂ ਫਿਰ ਕਹਿਣਾ ਮੈਂ ਮਾਫੀ ਮੰਗਲਾਂ ਹਾਂ ਦੇ ਦਰਸ਼ਕਾਂ ਤੋਂ ਕਿ ਮੈਂ ਵਾਰੀ ਵਾਰੀ ਇਸ ਚੀਜ਼ ਉੱਤੇ ਨਿਸ਼ਾਨਾ ਨਹੀਂ ਲਾ ਰਿਹਾ ਕੋਈ ਟੋ ਟੋਕੀ ਗੱਲ ਨਹੀਂ ਕਰ ਰਿਹਾ ਮੈਂ ਅੰਦਰ ਦੀ ਗੱਲ ਕਢਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਦੇ ਵਿੱਚ ਫਿਰ ਸ਼ੌਂਕ ਹੀ ਇੰਨਾ ਸੀ ਸ਼ੌਂਕ ਇੰਨਾ ਸੀ ਜੀ ਅਸੀਂ ਇਹ ਚਾਹੁੰਦੇ ਸੀ ਵੀ ਜਿਹੜੇ ਗਰੀਬ ਬੱਚੇ ਆ ਜੀ ਜਿਨ੍ਹਾਂ ਨੂੰ ਮਾਂ ਪਿਓ ਨਹੀਂ ਪੜਾ ਸਕਦੇ ਹੂੰ ਜਾਂ ਛੋੜੀ ਯੀ ਮਤਲਬ ਬੱਚੇ ਅਣਗੇਲੀ ਛੋਟੀ ਉਮਰ ਚ ਕਰ ਜਾਂਦੇ ਆ ਉਹਨਾਂ ਤੋਂ ਕਿੱਤਾ ਨਹੀਂ ਕੁਤੁਰਦਾ ਜੀ ਅਸੀਂ ਉਹਨਾਂ ਨੂੰ ਲਾਇਆ ਕਿਤੇ ਨਾ ਜੋੜਿਆ ਅੱਛਾ ਇਹ ਪਤਾ ਤੁਸੀਂ ਆਹ ਕੰਮ ਕਰ ਸਕਦੇ ਆ ਜਿੱਥੇ ਤੁਸੇ ਮਾਂ ਪਿਓ ਨੂੰ ਨਹੀਂ ਪੜਾ ਸਕਿਆ ਮੇਰੀ ਵੀ ਸੀ ਜਾਂ ਜਿਹੜਾ ਸਕੂਲ ਆ ਘਰ ਤੋਂ ਦੂਰ ਸੀ ਵਾਹ ਆਹ ਕੰਮ ਜਿਹੜਾ ਇਹ ਤੁਹਾਨੂੰ ਸੌਖਾ ਕਿਉਂਕਿ ਆਪਾਂ ਘਰ ਦੇ ਵਿੱਚ ਵੇਨੇ ਆ ਪਸ਼ੂ ਪਾਲਦੇ ਮਾਂ ਪਿਓ ਨੂੰ ਇਹ ਆਪਾਂ ਨੂੰ ਸੌਖਾ ਤਰੀਕਾ ਉਸੇ ਤਰ੍ਹਾਂ ਆਪ ਪਾਲ ਲੈਣਾ ਹਾਂਜੀ ਬੱਚੇ ਬਹੁਤ ਕਾਮਯਾਬ ਆ ਜੀ ਅੱਜ ਮੈਂ ਤੁਹਾਨੂੰ ਦੇਖਾ ਮੰਡੀ ਦੇ ਵਿੱਚ ਮੈਂ ਤੁਸੀਂ ਮੈਨੂੰ ਵੇਖੋ ਜੀ ਤੇ ਜਿੱਥੇ ਵੀ ਅਸੀਂ ਖੜ੍ਹਦੇ ਆ ਉਥੇ ਬਿਵਾਰੀ ਆਮ ਬੱਚੇ ਹੋਰ ਐ ਕੀ ਆ ਰਮਾਸ਼ਟ ਜੀ ਦੱਸੋ ਕਿਵੇਂ ਕਿਵੇਂ ਚੱਲਦਾ ਈ ਕੰਮ ਜੀ ਬਹੁਤ ਸੋਹਣਾ ਆਉਟਪੁੱਟ ਸਾਡੀ ਬਹੁਤ ਜਾ ਰਹੀ ਆ ਕੀ ਬਾਤ ਆ ਜੀ ਤੁਸੀਂ ਪਿੰਡਾਂ 'ਚ ਸਾਡਾ ਨਾਂ ਹੀ ਲੈ ਲਿਓ ਹਮ ਮਗਰ ਸਿੰਘ ਮਾਸਟਰ ਪਿਉਰੀ ਦੇ ਬੰਦੇ ਆ ਸੀ ਸਾਨੂੰ ਇਸ ਕੰਮ ਨੂੰ ਭੇਜਿਆ ਤੁਸੀਂ 1 ਰੁਪਈਏ 'ਚ ਮੈਂ ਖੋਲ ਸਕਦੇ ਹੂੰ ਇੰਨੀ ਜਾਣੂ ਸ਼ਾਨਾ ਆਪਣੀ ਤੁਹਾਨੂੰ ਇਹ ਨਿਨਕਾਰ ਹੀ ਨ ਕਰਦਾ ਕੋਈ ਜੇ ਮਾਸਟਰ ਦਾ ਫੋਨ ਆ ਕੇ ਤਾਂ ਆ ਗਿਆ ਬਸ ਐਨਾ ਸਾਨੂੰ ਇਸ ਕੰਮ ਚ ਲੈਨਮੈਂਟ ਹੈ ਗਈ ਸਾਡੀ ਹੂੰ ਲੋਕਾਂ ਦੇ ਵਿੱਚ ਬਹੁਤ ਮੋਹ ਪਿਆਰ ਨਾ ਰਹਿਨੇ ਹਰ ਇੱਕ ਆदमी ਜਿਹੜੇ ਸਿੱਧਾ ਆਪਾਂ ਘਰੇ ਜਾਂਦੇ ਹੂੰ ਉਹਨੂੰ ਹਰ ਇੱਕ ਜੀ ਨੂੰ ਵੱਖਰਾ ਵੱਖਰਾ ਹਾਲ ਚਾਲ ਪੁੱਛੋ ਇਹ ਤਰੀਕੇ ਹੁੰਦੇ ਆ। ਹਾਂ ਇਹ ਤਰੀਕਾ ਹੈ ਜੀ ਫੇਰ ਹੀ ਆਪਾਂ ਨੂੰ ਮਤਲਬ ਉਹਨਾਂ ਨੇੜੇ ਹੋਵਾਂਗੇ ਆਪਾਂ। ਹਾਂ ਵੀ ਤਕੜੀਆਂ ਮਾਂ ਤੇ ਤਕੜੀਆਂ ਬੀਬੀ ਤਕੜੀਆਂ ਦਾਦੀ ਜੇ ਆਪਾਂ ਕਿਸੇ ਨੂੰ ਬੁਲਾਇਆ ਹੀ ਨਾ ਆਪਾਂ ਬਾਹਰ ਚੋਂ ਹੋ ਕੇ ਮੁੜਿਆਈ ਤਾਂ ਉਹ ਆਪ ਗੱਲ ਨਹੀਂ ਜੁਮਣ। ਕਹਿੰਦਾ ਆਪਾਂ ਆਪਕਿ ਪਹਿਲਾਂ ਕਿਸੇ ਦਾ ਦਿਲ ਲੁੱਟਣਾ ਹੁੰਦਾ ਤੇ ਫੇਰ ਅਗਲੇ ਦੇ ਨਾਲ ਸੌਦਾ ਕਰਦਾ। ਇਹ ਸੌਦਾ ਕਰ। ਜੇ ਅਗਲੇ ਨੇ ਆਪਾਂ ਨੂੰ ਚਾਹ ਪਾਣੀ ਦਾ ਨਾ ਲਿਆ ਆਪਣਾ ਜਰੂਰ ਪੀਣੀ ਆ। ਅੱਛਾ ਜੇ ਆਪਾਂ ਚਾਹ ਪਾਣੀ ਪੀਵਾਂਗੇ ਕੁਝ ਵਿਚਾਰ ਵਟਾਂਦਲੇ ਸਾਂਝੇ ਇਕੱਠੇ ਹੋ। ਬੰਦਾ ਖੁੱਲੂਗਾ ਵੀ ਕਿੱਥੇ ਜਿਹਾ ਖੜਾ। ਹਾਂ। ਹਉ ਤੁਹਾਨੂੰ ਮੈਂ ਕਰਾਂ ਆਪਦੀ ਜੀਵਨ ਸਟੋਰੀ ਸੁਣਾਉਣਾ ਜ਼ਰੂਰ ਹੈ ਵੀ ਮੈਂ ਨੱਲਣ ਪਿੰਡ ਗਿਆ ਹੂੰ ਪਸ਼ੂ ਲੈਣ ਵਾਸਤੇ ਜੀ ਤੇ ਉਹ ਮੈਨੂੰ ਦਲਾਰ ਕਹਿੰਦਾ ਜੀ ਇਹ ਬੰਦਾ ਅੜਬ ਬਹੁਤ ਆ ਇਹ ਪੈਸੇ ਨਹੀਂ ਖੜਦਾ ਹੂੰ ਮੈਂ ਕਿਹਾ ਕੋਈ ਨਹੀਂ ਪਤਾ ਆਪਣੇ ਨਾਲ ਕੋਈ ਹੱਥ ਦਾ ਜੋੜ ਨਿਗਲਾ ਬਤਾਤਾ ਕਰੀਏ ਹੂੰ ਜਦੋਂ ਅਸੀਂ ਬੈਠ ਕੇ ਜਿਵੇਂ ਬੈਠੇ ਪਾਣੀ ਪੂਰੀ ਪੀਤਾ ਹੂੰ ਮੈਂ ਥੋੜਾ ਜਿਹਾ ਉੱਪਰ ਨੂੰ ਝਾਕਿਆ ਹਾਂ ਤੇ ਮੇਰੀ ਸਟੂਡੈਂਟ ਦੀ ਫੋਟੋ ਪਈ ਗਰੁੱਪ ਫੋਟੋ ਹੂੰ ਜਿਹਦੇ ਵਿੱਚ ਮੇਰੀ ਫੋਟੋ ਖੁਦ ਸੀ ਅੱਛਾ ਜੀ ਜਦੋਂ ਮੈਂ ਵੇਖਿਆ ਵੀ ਗੁਰੂ ਫੋਟੋ ਚ ਮੇਰੀ ਫੋਟੋ ਹਮ ਚਰ ਮੈਂ ਫੋਟੋ ਚੱਕੀ ਬੱਚੇ ਨੂੰ ਸਿਆਣਾ ਕਿਹੜਾ ਬੱਚਾ ਹੋ ਸਕਦਾ ਹਾਂਜੀ ਇਹਨੇ ਉਹ ਬੱਚੀ ਜਿਹੜੀ ਮੇਰੇ ਪਿੰਡੋਂ ਵਿਆਹੀ ਸੀ ਉਹਨੇ ਮੇਰੀ ਬਾਤ ਸੁਣ ਲਈ ਹਮ ਵੀ ਮਾਸਟਰ ਜੀ ਬੋਲੀ ਜਾਂਦੇ ਹਮ ਤੇ ਉਹ ਮੇਰੇ ਕੋਲ ਆਈ ਸੱਚੇ ਕਾਬਲਾਈ ਉਹਨੂੰ ਪਿਆਰ ਦਿੱਤਾ ਬੱਚੇ ਨੂੰ ਵੀ ਬਹੁਤ ਜਗ੍ਹਾ ਚੰਗੀ ਹੈ ਜੀ ਆਪਾਂ ਨੂੰ ਆਪਣੇ ਵਾਸਤੇ ਬੰਦੇ ਚੰਗੇ ਆ ਉਹ ਆਦਮੀ ਮੇਰੀਆਂ ਗੱਲਾਂ ਸੁਣੀ ਗਿਆ ਜੀ ਕਹਿੰਦੇ ਮਾਸਟਰ ਜੀ ਅੱਜ ਕੱਲ ਹੋਰ ਕੀ ਕੰਮ ਤੋਰਿਆ ਮਖਾ ਹੀ ਤੋਰਿਆ ਹੀ ਵਪਾਰ ਦਾ ਹੂੰ ਉਹ ਆਪਜੀ ਨੋਹ ਨੂੰ ਕਹਿੰਦਾ ਇਹ ਮਾਸਟਰ ਨੇ ਮੈਨੂੰ ਵੀ ਖੜਾਇਆ ਟਰਨਮੈਂਟਾਂ ਦੇ ਵਿੱਚ ਹੂੰ ਤੇ ਜਿਹੜਾ ਮੇਰਾ ਮੁੰਡਾ ਛੋੜੀ ਪਿੰਡ ਵਿਆਹ ਹੈ ਉਹ ਨੂੰ ਵੀ ਖੜਾਇਆ ਤੁਸੀਂ ਟਰਨਮੈਂਟ ਦੇ ਵਿੱਚ ਹੂੰ ਤੇ ਹੁਣ ਤਾਂ ਮਾਸਟਰ ਜੀ ਤੁਸੀਂ ਮੈਂ ਲੈ ਜਾਓ ਕਿਸੇ ਭਾਈ ਲੈ ਜਾਓ ਕੀ ਬਾਤ ਹੈ ਵੀ ਸਾਨੂੰ ਤੁਹਾਨੂੰ ਕੋਈ ਇਨਕਾਰੀ ਨਹੀਂ ਅਸੀਂ ਆਪੇ ਛੱਡ ਕੇ ਆਵਾਂਗੇ ਕਿਉਂਕਿ ਥੋੜੀ ਸ਼ਿਫਾਰਿਸ਼ ਬਹੁਤ ਵੱਡੀ ਪਹੁੰਚ ਗਈ ਹੈ ਮਾਸਟਰ ਨੂੰ ਪੈਸੇ ਮੰਗਣੇ ਨਹੀਂ ਵਿਆਪੀ ਦੀ ਜਾਣੀ ਅੱਛਾ ਕਦੇ ਨਿਆਂ ਜੇ ਫਾਇਦਾ ਚੱਕਿਆ ਹਾਂਜੀ ਇਸ ਕਾਲ ਦਾ ਇਹ ਨਹੀਂ ਇਹ ਨਹੀਂ ਕੰਮ ਕਰਨਾ ਜੀ ਹੁਣ ਕਹਿੰਦੇ ਵਪਾਰੀ ਸਗਾ ਨਹੀਂ ਹੁੰਦਾ ਕਿਸੇ ਦਾ ਨਿਆਂ ਸੀ ਮੰਨਦੇ ਆ ਪਰ ਇਹ ਗੱਲਾਂ ਸੋਚੋ ਹੀ ਨਾ ਹੂੰ ਆਪਾਂ ਆਏ ਵੇਖੋ ਜੀ ਆਹ ਚੀਜ਼ ਲੈ ਕੇ ਆਪਣੀ ਕੋਈ 2 ਰੁਪਏ ਆਪਾਂ ਨੂੰ ਦਿੰਦੀ ਆ ਜੇ ਆਪਾਂ ਨੂੰ ਦਿੰਦੀਏ 2 ਰੁਪਏ ਤਾਂ ਆਪਾਂ ਲੈ ਸਕਦੇ ਆ ਉਹ ਚੀਜ਼ ਅੱਛਾ ਪਰ ਇਹ ਗਲਤ ਨਾ ਸੋਚੋ ਵੀ ਹੁਣ ਇੱਥੇ ਜਮਾਂ ਹੀ ਥੱਲੇ ਅਗਲੇ ਨੂੰ ਦੇਖ ਲੋ ਅਗਲੇ ਇੱਕ ਵਾਰੀ ਚੀਜ਼ ਦੂਜੀ ਵਾਰ ਤੁਹਾਨੂੰ ਦੇਣੀ ਹਾਂ ਥੋੜਾ ਨਾਫਾ ਲੈ ਲੋ ਹੂੰ ਇਹਦੇ ਵਿੱਚ ਮੁਨਾਫਾ ਜ਼ਿਆਦਾ ਵੀ ਨਹੀਂ ਹੁੰਦਾ ਆਪਾਂ ਕਹਿੰਦੇ ਨੇ ਵੀ ਵਪਾਰੀ ਐ ਕਰ ਗਏ ਐ ਕਰ ਗਏ ਚ ਘਾਟੇ ਵੀ ਬਹੁਤ ਉਹ ਤਾਂ ਹਰੇਕ ਫੀਲਡ ਵਾਲੇ ਕਹਿੰਦਾ ਜੀ ਬਚਿਆ ਕੁਝ ਨਹੀਂ ਹਾਂ ਜੇ ਐ ਆਖਦੀਏ ਕੁਝ ਬਚਿਆ ਤਾਂ ਆਪਾਂ ਨੂੰ ਮਾਰ ਕੋਈ ਦਿੰਦਾ ਹੀ ਨਹੀਂ ਵੀ ਆਪਾਂ ਐ ਨਹੀਂ ਤੇ ਕਹਿ ਸਕਦੇ ਹੁੰਦੇ ਹਾਂ ਜੀ ਤਾਂ ਐ ਇੰਨਾ ਨਫਾ ਆ ਗਿਆ ਜੀ ਐ ਹੋ ਗਿਆ ਬਸ ਐ ਹੀ ਕਹਿਣਾ ਹੁੰਦਾ ਜੀ ਬਸ ਮਸਾਂ ਹੀ ਸ਼ੁਰੂ ਨਵੇਂ ਪੁਰਾਣੇ ਹੋਗੇ ਜੀ ਉਹਨਾਂ ਤੋਂ ਲੈ ਲੇ ਤੁਹਾਨੂੰ ਦੇ ਦੇ ਆਹੀ ਸਾਡੇ ਕਰਮਾ ਚ ਹੈਗਾ ਇਹ ਚੱਲੀ ਜਾਂਦਾ ਕੰਮ ਕੀ ਬਾਤ ਹੈ ਨਵੇਂ ਪੁਰਾਣੇ ਨੋਟ ਹੀ ਬਣਾ ਲੈ ਹਾਂ ਨਵੇਂ ਨੋਟ ਬਦਲ ਕੇ ਤੁਹਾਨੂੰ ਦੇ ਦੇ ਜੀ ਉਹਨਾਂ ਤੋਂ ਲਿਆਂਦੇ ਤੁਹਾਨੂੰ ਦੇ ਦੇ ਵਸਾਂ ਹੀ ਚੱਲਦਾ ਆਹੀ ਚੱਲੀ ਜਾਂਦਾ ਇਹ ਕੰਮ ਅੱਛਾ ਪਸ਼ੂਧਾਨ ਦੀ ਥੋੜੀ ਜੀ ਜਾਣਕਾਰੀ ਹੋਰ ਦੇ ਦਈਏ ਦਰਸ਼ਕਾਂ ਨੂੰ ਕਿ ਤੁਸੀਂ ਮੱਝਾਂ ਗਾਵਾਂ ਜਾਂ ਇਸ ਤੋਂ ਅੱਗੇ ਜ਼ਿਕਰ ਮੈਂ ਜਾਵਾਂ ਘੋੜੀਆਂ ਕਾਹਦਾ ਕਾਹਦਾ ਵਪਾਰ ਕਰਦੇ ਹੋ ਵੇਖੋ ਜੀ ਸਾਨੂੰ ਹਰ ਇੱਕ ਚੀਜ਼ ਬਾਰੇ ਨਾਲ ਜੀ ਬੱਕਰੀਆਂ ਦੀ ਵੀ ਨਾਲ ਜਾ ਮੱਝਾਂ ਦੀ ਵੀ ਗਾਵਾਂ ਦੀ ਵੀ ਘੋੜੀਆਂ ਵੀ ਕੁਛ ਚਰਾਂ ਲੈ ਕੇ ਵੇਖੀਆਂ ਕਿਸੇ ਦੇ ਨਾਲ ਲੜ ਕੇ ਅੱਛਾ ਮਤਲਬ ਇਹਨਾਂ ਬਾਰੇ ਸਾਨੂੰ ਫੀਡ ਬਾਰੇ ਜਾਣਕਾਰੀ ਬਹੁਤ ਹਮ ਹਰ ਇੱਕ ਜੀ ਜਾਣਸਾਰ ਵੇਖਣਾ ਵੀ ਆ ਚੀਜ਼ ਇਸ ਤਰ੍ਹਾਂ ਆਪਾਂ ਨੂੰ ਫਟਾਉ ਕਿ ਨਾ ਆਉ ਕਿਵੇਂ ਲਈਏ ਕਾ ਨਾ ਲਈਏ ਜੇ ਸਾਨੂੰ ਫਿੱਟ ਨਹੀਂ ਬੈਂਦੀ ਤਾਂ ਉੱਥੇ ਮੁੜਿਆਈ ਦਾ ਸੁਖਸਾਨਦ ਪੁੱਛ ਕੇ ਵੀ ਫਿਰ ਆ ਜਾਾਂਗੇ ਜੀ ਐਵੇਂ ਇਸ ਤਰ੍ਹਾਂ ਹੋ ਜਾਂਦਾ ਵੀ ਬੰਦੇ ਨੂੰ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਬਿਲਕੁਲ इवन ਜਦੋਂ ਬਣਾ ਬੰਦਾ ਕਿੰਨੀ ਉਮਰ ਦਾ ਹੋ ਜਾਂਦਾ ਫਰ ਫਿਰ ਵੀ ਇਹਨੂੰ ਆਇਆ ਰਹਿੰਦਾ ਮੈਂ ਕੁਝ ਸਿੱਖਾਂ ਹੂੰ ਛੋਟੇ ਬੱਚੇ ਤੋਂ ਵੀ ਆਪਾਂ ਨੂੰ ਕੁਝ ਸਿੱਖਣੀਆਂ ਪੈਂਦੀਆਂ ਬਿਲਕੁਲ ਬਿਲਕੁਲ ਇਹ ਨਾ ਸੋਚੋ ਵੀ ਉਹ ਬੱਚਾ ਜਿਹੜਾ ਆਪਾਂ ਛੋਟਾ ਹੈ ਉਹਦੇ ਚ ਗੁਣ ਨਹੀਂ ਗੁਣੋ ਚ ਬਹੁਤ ਹੈ ਉਹ ਅਜੇ ਵਿਚਾਰ ਨਹੀਂ ਕਰ ਸਕਦਾ ਹਾਂ ਜਦੋਂ ਵਿਚਾਰ ਕਰਨ ਲੱਗਿਆ ਹੋ ਸਕਦਾ ਆਪਣੇ ਉੱਤੋਂ ਦੀ ਹੋ ਜੀ ਹੂੰ ਹੁਣ ਜਿਹੜੇ ਬੱਚੇ ਸੀ ਇਸ ਫੀਲਡ 'ਚ ਪਾਏ ਆ ਹੂੰ ਐਜੂਕੇਸ਼ਨ ਤੋਂ ਬਾਅਦ ਜਿਹੜੀ ਇਹਨਾਂ ਬੰਦਿਆਂ ਨੂੰ ਤਕਨੀਕ ਦਿੱਤੀ ਆ ਉਹ ਕਈ ਵੀ ਸਾਨੂੰ ਹੀ ਮਾਰ ਪਾ ਜਾਂਦੀ। ਅੱਛਾ ਚੇਲੇ ਜਿਹੜੇ ਗੁਰੂਆਂ ਤੋਂ ਵੱਧ ਗਏ। ਵੱਧ ਜਾਂਦੇ। ਇਸ ਫੀਲਡ ਦੇ ਵਿੱਚ ਵੱਧ ਜਾਂਦੇ। ਪਸੂ ਨੂੰ ਲੈਣ ਦਾ, ਵੇਚਣ ਦਾ ਢੰਗ। ਕਿਉਂਕਿ ਜਮਾ ਨਵੇਂ-ਨਵੇਂ ਤਰੀਕੇ ਆ। ਮਹਿਲਾ ਦੇ ਤਰੀਕੇ ਨਵੇਂ। ਹਮ ਹਰ ਇੱਕ ਇਨਸਾਨ ਨੂੰ ਮੋਬਾਈਲ ਤੇ ਪਸੂ ਲੈਣਾ ਨਹੀਂ ਆਉਂਦਾ। ਪਰਖ ਨਹੀਂ ਕਰਨੀ ਆਉਂਦੀ। ਉਹ ਇਹਨਾਂ ਬੱਚਿਆਂ ਨੂੰ ਟੈਕਨੀਕ ਜ਼ਿਆਦਾ। ਹਮ ਜਿਹੜੇ ਮੋਬਾਈਲਾਂ ਦੇ ਉੱਤੇ ਵਾਕ ਕਰਦੇ ਆ। ਹਾਂ ਸਿੱਧਾ ਮੋਬਾਈਲਾਂ ਤੇ ਲੈ ਰਹੇ ਨੇ ਪਸੂ ਨੂੰ। ਮੋਬਾਈਲ ਤੇ ਹੀ ਵੇਚ ਦਿੰਦੇ ਆ। ਹਾਂਜੀ। ਇਹ ਮਾਤੇ ਬਹੁਤ ਸੋਹਣੀ ਟੈਕਨੀਕ ਆ ਜਾਣਾ ਆਉਣਾ ਨਹੀਂ ਪੈਂਦਾ ਹਮ ਬਸ ਇੱਕ ਸਾਧਨ ਲਿਆਉਣ ਨੂੰ ਤਾਂ ਚਾਹੀਦਾ ਹੈ ਤੇ ਪਕੈ ਸਾਈ ਨਾਲ ਦੀ ਨਾਲ ਹੀ ਉਹਦੇ ਨੇ ਖਾਤੇ ਜਾਵਾਂ ਹੋ ਜਾਂਦਾ ਹਮ ਇਹ ਸੌਖਾ ਤਰੀਕਾ ਵੈਸੇ ਤਾਂ ਚਲੋ ਹਰੇਕ ਨਸਲ ਦੇ ਉੱਤੇ ਗੱਲ ਮਾਸਟਰ ਜੀ ਖੜਦੀ ਹੁੰਦੀ ਹੈ ਵੀ ਘੋੜੀ ਕਿਹੜੀ ਨਸਲ ਦੀ ਆ ਮੱਝ ਕਿਹੜੀ ਨਸਲ ਦੀ ਆ ਪਰ ਜੇਕਰ ਮੋਟਾ ਜਿਹਾ ਸਿੱਟਾ ਕੱਢਣਾ ਹੋਵੇ ਤਾਂ ਵਪਾਰ ਵਾਲੇ ਪੱਖ ਤੋਂ ਕਿਹੜੀ ਚੀਜ਼ ਆ ਜਿਹੜਾ ਵਪਾਰ ਆ ਉਹ ਵੱਡੇ ਘਾਟੇ ਨਹੀਂ ਪਾਉਂਦਾ ਤੇ ਠੀਕ ਠੀਕ ਜਿਹਾ ਆਪਾਂ ਕਹ ਜੀਏ ਕਿ ਨਫੇ ਦੇਈ ਜਾਂਦਾ ਹਰੇਕ ਮੱਝ ਤੇ ਗਾਂ ਘਾਟਾ ਨਹੀਂ ਪਾਉਣੀ ਆ ਹੂੰ ਨਾ ਮੱਝ ਕਾ ਟੱਪਾ ਵੇ ਨਾ ਗਾਂ ਕਾ ਟੱਪਾ ਇਹ ਡੋਜੀ ਪਾਰਖ ਕਰੋ ਵੀ ਆ ਮੇਰੇ ਮੂਹਰੇ ਅੱਗੇ ਗਾਂ ਕਿਹੜੀ ਚੀਜ਼ ਦਾ ਹਾਂ ਵੀ ਗਾਂ ਦਾ ਗਾਹ ਕਾ ਕਿ ਮੱਝ ਦਾ ਗਾਹ ਕਾ ਕਿ ਝੋਟੀ ਦਾ ਗਾਹ ਕਾ ਵੱਡੀ ਛੋਟੀ ਪੱਕੀ ਖੋਲਾ ਲੈਂਦੇ ਆ ਕੋਈ ਕੋਈ ਸੋਹਣੀ ਝੋਟੀ ਲੈਂਦੇ ਆ ਹੂੰ ਪਰ ਅੱਜ ਕੱਲ ਸ਼ਕੀਨੀ ਦਾ ਜ਼ਿਆਦਾ ਮੁੱਲ ਹੈ ਹਾਂ ਜਿਹੜਾ ਪਸ਼ੂ ਸੋਹਣਾ ਸਾਰੇ ਪੱਖੋਂ ਸੋਹਣਾ ਹੂੰ ਉਹਨੂੰ ਜਿੱਥੇ ਤੁਸੀਂ ਭਰੇ ਬਾਜ਼ਾਰ ਚ ਮਰਜੀ ਵੇਚ ਸਕਦੇ ਆ ਘਰੇ ਵੇਚ ਸਕਦੇ ਆ 12ਵੀਂ ਵੇਸ਼ਾਵਲੀ ਚਲੋ ਹੂੰ ਤਾਂ ਖੈਰ ਤੁਸੀਂ ਨਹੀਂ ਦੱਸਦੇ ਹੁੰਦੇ ਹਾਂਜੀ ਪਰ ਮਾੜੀ ਮੋਟੀ ਲਿਹਾਜ਼ ਰੱਖ ਲਓ ਮੇਰੇ ਨਾਲ ਆਪਾਂ ਗਵਾਂਢੀ ਆ ਠੀਕ ਹੈ ਜੀ ਕਿੰਨੀ ਇੱਕ ਬਚਤ ਜੇਕਰ ਟਕਾ ਕੇ ਸੌਦਾ ਲੱਗ ਜੇ ਤਾਂ ਹੋ ਜਾਂਦੀ ਐ ਤੇ ਕਿੰਨੀ ਇੱਕ ਜੇਕਰ ਸਰਧਾਰਨ ਜੋ ਸੌਦਾ ਲੱਗ ਜੇ ਇੱਕ ਵਪਾਰੀ ਨੂੰ ਹੋ ਜਾਂਦੀ ਐ ਹੁਣ ਰੱਖ ਲਿਓ ਮਾਨ ਨਹੀਂ ਵਪਾਰਿਕ ਇਹੋ ਜੀ ਚੀਜ਼ ਆ ਇਹਦੇ ਵਿੱਚ ਜਿੱਥੇ ਸਾਡੀ ਆਕਲ ਖੁੰਝ ਗਈ ਉੱਥੇ ਸਾਨੂੰ ਘਟ ਐ ਹੂੰ ਤੇ ਨਹੀਂ ਇਹਦੇ 'ਚ ਨਫੇ ਨਫਾ ਜੀ ਕਿੰਨਾ ਕੁ ਵਤਵਦ ਮੈਂ ਗਾਂ ਦੇ ਵਿੱਚ 15-15000 ਰੁਪਏ ਵੀ ਲਿਆ ਮੈਂਚ ਵੀ 15-15000 ਲਿਆ ਆਮ ਦਰਨਾਨੇ ਪਥੂ ਵੀ 2-2 3-3000 ਆ ਜਾਂਦਾ ਹੂੰ ਤੇ ਜਾਂਦੀ ਚੋਰ ਦੀ ਬਾਗਨ ਦੀ ਛੜਦੇ ਨਹੀਂ ਨਫਾ ਭਲਾ ਕਿਵੇਂ ਹੋਈ ਜੰਦੀ ਥੋੜਾ ਘਣਾ ਮਦਰ ਨੂਨ ਮਸਾਲਾ ਝੂਟਦਾ ਲਾਉਣਾ ਪੈਂਦਾ ਹਾਂ ਉਹ ਜ਼ਰੂਰੀ ਹੈ ਇਹ ਜ਼ਰੂਰੀ ਹੈ ਨਹੀਂ ਤਾਂ ਆਹਦੇ ਜੀ ਅਸੀਂ ਕੁੜੀ ਨੂੰ ਮੱਝ ਦੇਣੀ ਆ ਜੀ ਭੈਣ ਕੋਲੇ ਭੇਜਣੀ ਆ ਇਹ ਤੁਸੀਂ ਕਿੱਥੋਂ ਲਿਆਏ ਆ ਜੇ ਅਸੀਂ ਸਹੀ ਦੱਸ ਦੇ ਵੀ ਕਿੱਥੋਂ ਲਿਆਏ ਫੇਰ ਸਾਨੂੰ ਉਹ ਜ ਨਫਾ ਹੈ ਨਹੀਂ ਅੱਛਾ ਜੇ ਜੀ ਇਹ ਕਹਿ ਦिए ਵੀ ਆ ਮੈਂ ਤਾਂ ਲਾਲਬਾਈ ਤੋਂ ਲਈ ਐ ਇੰਨੇ ਦੀ ਲਈ ਆ ਹੂੰ ਪੂਰੀ ਫੋਨ ਖੜਕਾਣ ਦੇ ਲਾਲਬਾਈ ਕਿੰਨੇ ਦੀ ਲੈ ਗਈ ਸੋਤੋਂ ਫੇਰ ਆਂਦੇ ਅਸੀਂ 8000 ਦੀ ਲੈ ਗਈ ਜੀ ਫੇਰ ਆਂਦੇ ਨਾ ਜੀ ਚਲ ਖਰਚਾ ਪਾਣੀ ਲੈ ਲੋ ਜੀ ਤੁਸੀਂ ਲੈ ਕੇ ਆਏ ਆ ਬਸ ਜੇ ਜੀ ਆਖ ਦੀ ਜੇ ਮੈਂ ਤਾਂ ਜੀ ਗੁਰੂ ਸਰੋਂ ਆਈ ਆ ਹੂੰ ਮਾਂ ਐਵੇਂ ਦੱਸਦਾ ਪਿਆਰਾ ਸਿੰਘ ਤੋਂ ਲਈ ਆ ਲੈ ਭਾਲ ਦਾ ਫੱਦਰ ਨਾ ਪਿਆਰਾ ਸੋ ਮਿਲੇ ਤੇ ਫੇਰ ਉਹ ਫੇਰੀ ਹੋਰ ਜਪਰਾਫਟ ਪ੍ਰਾਪਤੀ ਆ ਬਸ ਤੁਸੀਂ ਤਾਂ ਹੀ ਕਹਿਣੀ ਹੁੰਦੀ ਇਹ ਪਾਕਿਸਤਾਨੀ ਨਸਲ ਆ ਬਹੁਤ ਦੂਰੋਂ ਲਿਆਂਦੀ ਆ ਬਾਲਕੀ ਹਾਂ ਮਤਲਬ ਥੋੜਾ ਜਿਹਾ ਉਹ ਪਸ਼ੂ ਨੂੰ ਵੜਿਆਉਣਾ ਉਹਨੂੰ ਬਿਊਟੀ ਬਾਰਨਰ ਚ ਭੇਜਣਾ ਹਾਂ ਜਿੰਨਾ ਪਸ਼ੂ ਨੂੰ ਬਿਊਟੀ ਬਾਰਨਰ ਚ ਭੇਜਾਂਗੇ ਉਹਨੇ ਹੀ ਚੰਗਾ ਹੈ ਜੇ ਪਸ਼ੂ ਲਿਬੜਾ ਆਪਣੇ ਲੈ ਗਏ ਆਪਾਂ ਹੂੰ ਕਈ ਵਪਾਰੀ ਇਹੋ ਜਿਹੇ ਹੁੰਦੇ ਆ ਵੀ ਇੰਨੀ ਟੌਰ ਕੱਢ ਕੇ ਜਾਂਦੇ ਮੰਡੀ ਤੇ ਹੂੰ ਉਹ ਜ਼ੀਰੋ ਆ ਅੱਛਾ ਹਾਂ ਕਿਉਂਕਿ ਜੋ ਬੰਦਾ ਵੇਂਦਾ ਇਹਦੀ ਕੰਨੀ ਉਹਨੇ ਪਸ਼ੂ ਨੂੰ ਉਹਨੇ ਨਹੀਂ ਤੋੜਨਾ ਪਸ਼ੂ ਜੇ ਗੋਹਾ ਕਰਦਾ ਪਾਸੇ ਹੋ ਜਾਣਾ ਪਿਸ਼ਾਬ ਕਰਦਾ ਪਾਸੇ ਹੋ ਜਾਣਾ ਉਹ ਤੇ ਹੱਥ ਨਹੀਂ ਫੇਰਨਾ ਉਹਨੂੰ ਪਿਆਰ ਨਹੀਂ ਦੇਣਾ ਵੀ ਵੇਲੇ ਲੀੜੇ ਖਰਾਬ ਹੋ ਜਾਣ ਹੂੰ ਮੰਡੀ ਵਾਲਿਆਂ ਦਾ ਮੰਡੀ ਵਾਲੇ ਦੀ ਰੱਖੋ ਥੋੜੇ ਕਹਿੰਦਾ ਪਾਉ ਕਿ ਆਪ ਨਾ ਤਿਆਰ ਹੋ ਕੇ ਜਾਓ ਪਸ਼ੂ ਨੂੰ ਤਿਆਰ ਕਰ ਪਸ਼ੂ ਨੂੰ ਤਿਆਰ ਕਰੂ ਅਗਲੇ ਨਾਲ ਆਪਣੇ ਨਾਲ ਕੋਈ ਪਿਆਰ ਨਹੀਂ ਉਹਨਾਂ ਨੂੰ ਹੂੰ ਉਹਨਾਂ ਨੇ ਪਸ਼ੂਆਂ ਨੂੰ ਪਸ਼ੂ ਤੋਂ ਪਿਆਰ ਹੈ ਵੀ ਇਹ ਲੈਣਾ ਹੈ ਮੈਂ ਹੂੰ ਆਪ ਨੂੰ ਕੀ ਹੈ ਜਿਸ ਬਾਅਦ ਹੁਣੇ ਨਹੀਂ ਚਾਹੀਦਾ ਇਹਨਾਂ ਦਰمیان ਨਹੀਂ ਬਣ ਕੇ ਲੋ ਬਿੜਜਨ ਜਾਂ ਆਪ ਤੇ ਛਿੱਟੇ ਮਾਰਦੇ ਫੇਰ ਕੀ ਹੋ ਗਿਆ ਛਿੱਟਿਆਂ ਦੀ ਕਮਾਈ ਹ ਹ ਜੇ ਆਪਾਂ ਛਿੱਟਿਆਂ ਤੋਂ ਡਰ ਗਏ ਤੇ ਫੇਰ ਆਪਾਂ ਕੀ ਕਰ ਸਕਦੇ ਉ ਫਿਰ ਮਾਸਟਰ ਜੀ ਜਿੰਨਾ ਕ ਮਾਸਟਰ ਜੀ ਤਨਖਾਹ ਮਿਲਦੀ ਸੀ ਹਾਂਜੀ ਇੰਨਾ ਕ ਤਾਂ ਵੱਟਦੇ ਪਿਆ ਬਹੁਤ ਵਧੀਆ ਜੀ ਹ ਹ ਬਹੁਤ ਸੋਹਣਾ ਕੰਮ ਮਾੜਾ ਨਹੀਂ ਨਹੀਂ ਕੰਮ ਨਹੀਂ ਮਾੜਾ ਜੀ ਬਿਲਕੁਲ ਬਹੁਤ ਸੋਹਣਾ ਕੰਮ ਆ ਮੈਂ ਆਉਣ ਵਾਲੀ ਹੁਣ ਵੀ ਬੱਚਿਆਂ ਨੂੰ ਕਹਿਣਾ ਵੀ ਤੁਸੀਂ ਬਾਹਰ ਭੱਜੇ ਜਾਂਦੇ ਆ ਤੇ ਪੈਸਾ ਇੱਥੇ ਬਹੁਤ ਪਿਆ ਹਾਂ ਜੇ ਮਿਹਨਤ ਕਰੀਏ ਪੈਸਾ ਇੱਥੇ ਹੈਗਾ ਹੂੰ ਜਿਵੇਂ ਉੱਥੇ 16 ਘੰਟੇ ਕੰਮ ਕਰਨਾ ਇੱਥੇ 8 ਘੰਟੇ ਕਰ ਲਓ ਹਾਂਜੀ ਫੇਰ ਵੀ ਇੱਥੇ ਪੈਸਾ ਆਏਗਾ ਹੂੰ ਪਰ ਜੁਨੀ ਮਤਲਬ ਬੰਦਾ ਆਪਦੀ ਆਪ ਨੂੰ ਸਮਾਰਦਾ ਨਾ ਕਿ ਮੈਂ ਐ ਕਰਕੇ ਐ ਕਰਾਂ ਫੇਰ ਨਹੀਂ ਪੈਸਾ ਫੇਰ ਨਹੀਂ ਕੰਮ ਦੇ ਮੁਤਾਬਕ ਬਦਲਣਾ ਪੈਂਦਾ ਹਾਂਜੀ ਜਿਹੇ ਜੇ ਕੰਮ ਆਏ ਜੇ ਖੇਤ ਜਾਣਾ ਤੂੰ ਉਹ ਜੇ ਕੱਪੜੇ ਕਿਵੇਂ ਸੂਤ ਆ ਜਾਣਗੇ ਬਿਲਕੁਲ ਨਹੀਂ ਆਉਂਦੇ ਟਾਈ ਲਾ ਕੇ ਖੇਤ ਜਾਂਦਾ ਸਵਾਕ ਆ ਨਾ ਜੇ ਆਪਾਂ ਨੂੰ ਫਿਰ ਉਹ ਥੇ ਕੀ ਕੰਮ ਟਰੈਕਟਰ ਤੇ ਚੜਨਾ ਕਾਲਾ ਤੇ ਰੀ ਵੀ ਲੱਗਣਾ ਸਭ ਕੁ ਸੋਣਾ ਫਿਰ ਆਪਾਂ ਉਹ ਕਿਵੇਂ ਕੰਮ ਕਰ ਲਾਂਗੇ ਹੂੰ ਇਹ ਤਾਂ ਸਮੇਂ ਮੁਤਾਬਕ ਢਲਣਾ ਪੈਂਦਾ ਉਹ ਵੀ ਹੁਣ ਆਪਾਂ ਕਿਹੜਾ ਕੰਮ ਕਰਨਾ ਕਿਹੜੇ ਪਾਸੇ ਜਾਣਾ ਹਾਂ ਐਵੇਂ ਢਲਣਾ ਪੈਂਦਾ ਤੁਸੀਂ ਨਾ ਪਸ਼ੂ ਨੂੰ ਸ਼ਿੰਗਾਰਨ ਦੀ ਗੱਲ ਕਹੀ ਕਿ ਉਹ ਭਾਈ ਉਹਨੂੰ ਬਿਊਟੀ ਪਾਰਲਰ ਲਿਜਾਣਾ ਪੈਂਦਾ ਲਿਜਾਣਾ ਪੈਂਦਾ ਤੇ ਸਾਡੇ ਦਰਸ਼ਕਾਂ ਨੂੰ ਥੋੜਾ ਇਹ ਦੱਸ ਦਿਓ ਕਿਸੇ ਨੇ ਘਰੋਂ ਖੜੀ ਵੇਚ ਨਹੀਂ ਹੋਵੇ ਤਾਂ ਮਾੜਾ ਮੋਟਾ ਉਹ ਕਿਵੇਂ ਟਿਪ ਟੋਪ ਕਰ ਸਕਦੇ ਨੇ ਇੱਕ ਵਪਾਰੀ ਕਿਵੇਂ ਸ਼ਿੰਗਾਰਦਾ ਇੱਕ ਪਸ਼ੂ ਨੂੰ ਵੇਖੋ ਜੀ ਜਦੋਂ ਪਸ਼ੂ ਆਪਾਂ ਘਰੇ ਵੀ ਵੇਚਣਾ ਹੂੰ ਉਹਦੇ ਸਿੰਗ ਚੰਗੀ ਤਰ੍ਹਾਂ ਸੋਹਣੇ ਬਣਾ ਦੇਣੇ ਚਾਹੀਦੇ ਸਰੋਂ ਦਾ ਤੇਲ ਲਾ ਕੇ ਚੋਪੜੇ ਹੋਣ ਹਾਂ ਪੂਰਾ ਚੋਪੜੇ ਹੋਣ ਪਸ਼ੂ ਨਮਾਇਤ ਮਾਇਆ ਹੋਵੇ ਪਸ਼ੂ ਸੋਹਣੇ ਉੱਚੇ ਥਾਂ ਦੇ ਖੜਾ ਹੋਵੇ ਅੱਛਾ ਵੀ ਅਗਲੀ ਨੂੰ ਐ ਲੱਗੀ ਵੀ ਆਹ ਮੈਂ ਨਵਾ ਮੈਂ ਉੱਚੀ ਆ ਦੂਰੋਂ ਹੀ ਮੱਥੇ ਵੱਜੇ ਹਾਂ ਉਹ ਇਹ ਨਹੀਂ ਮੈਨਾਂ ਵੀ ਇੱਧਰ ਹੀ ਪਾਸੇ ਨੀਵੀਂ ਥਾੜੇ ਕੋਈ ਆਈ ਨਹੀਂ ਉਹ ਤੇ ਮਾਰ ਭੁੱਲ ਜਾਂਦਾ ਹਾਂ ਉਹਨੂੰ ਐ ਹੁੰਦਾ ਮੈਂ ਕਿੱਦਾਂ ਕੱਟ ਕੱਦ ਕਾਟ ਕਿੱਦਾਂ ਹਾਂ ਉੰਮੀ ਦੇ ਵਰਗਾ ਟੋਏ ਚ ਬੰਨੀ ਬੈਠਾ ਹੁੰਦਾ ਤੇ ਸਵਾ ਲੱਖ ਮੰਗ ਲੈਂਦਾ ਹਾਂ ਜੀ ਫਿਰ ਉੱਥੇ ਤਾਂ ਉਹਦੀ ਮੋੜਿਆਂ ਦਾ ਬੰਦਾ ਵੀ ਇਹ ਨਹੀਂ ਮਤਲਬ ਨਹੀਂ ਪਾਸੋਂ ਦੀ ਮੈਂ ਇਹਨੂੰ ਤੋੜ ਕੇ ਵੇਖੋ ਆਪਦੇ ਘਰੇ ਵੀ ਵੀ ਤੁਰਦੀ ਮੈਂ ਕਿੰਨਾ ਸੋਹਣੀ ਲੱਗਦੀ ਆ ਅੱਛਾ ਪਿਛੇ ਲੇਵਾ ਹੈਗਾ ਕਿ ਹੈ ਨਹੀਂ ਦਾ ਤੇ ਸਾਰੀਆਂ ਗੱਲਾਂ ਪੁੱਤੇ ਵੇਖਣ ਜਾ ਬੈਠੇ ਫੇਰ ਜਾ ਕੇ ਕੋਈ ਫੇਰ ਜਾ ਕੇ 2 ਰੁਪਿਆ ਨੂੰ ਆਸ ਹੁੰਦੀ ਆ ਜੇ ਉਹਨਾ ਮਤਲਬ ਉਹਵੇਂ ਲਿਬੜੀ ਲਿਬੜੀ ਮੈਂ ਲੈ ਜੀਏ ਕੋਈ ਨਹੀਂ ਥੋੜੇ ਨੇੜੇ ਆਉਂਦਾ ਹਾਂ ਜੇ ਮੈਂ ਥੱਲੇ ਅਸੀਂ ਜਾ ਕੇ ਇਹ ਕਹਿ ਦਈਏ ਵੀ ਥੱਲੇ ਸਾਰੇ 8 ਕਿਲੋ ਤੋਂ ਦੇਈ 4-4 ਕਿਲੋ ਤੇਰੀ ਮੈਂ ਤੇ ਕੋਈ ਨੇੜੇ ਹੀ ਨਹੀਂ ਆਉਂਦਾ ਹੂੰ ਜੇ ਤੂੰ ਆਸਤਾ ਜੀ 16 ਕਿਲੋ ਦੋ ਤਾਂ ਨੇਟ ਹੀ ਆ ਹਾਂ ਮੈਂ ਪਿਛਲੇ ਸੂਏ ਤਾਂ 16 ਦਿੱਤਾ ਐ ਕਿ ਹੋਸਾ ਦਾ 18-20 ਨੂੰ ਹੱਥ ਮਾਰ ਜੇ ਮਾਰ ਜੇ ਫੇਰ ਬੰਦਾ ਗਾਹਕ ਲੱਗਦਾ ਹੂੰ ਉਹਨੇ ਚਰ ਗਾਹਕ ਹੀ ਲੱਗਦਾ ਜੇ ਥੋੜਾ ਦੁੱਧ ਕਹੇ ਜੀ ਕੋਈ ਨਹੀਂ ਆਉਂਦਾ ਹਾਂ ਬਿਲਕੁਲ ਪਸ਼ੂ ਜੀ ਨਸਲ ਦੱਸੋ ਕਿਹੜੀ ਨਸਲ ਵੇਖੋ ਤੂੰ ਸ਼ਾਬ ਵੀ ਕਿੰਨੀ ਪਿਆਰੀ ਨਸਲ ਆਹ ਨਸਲ ਦਾ ਸਾਡਾ ਪਸ਼ੂ ਆ ਇਹ ਲਓ ਤੁਸੀਂ ਅੱਗੇ ਵੀ ਯਾਦ ਰੱਖੋਗੇ ਇੱਕ ਪਸ਼ੂ ਸਾਥੋਂ ਲੈਗੇ ਜੀ ਤੇ ਦੁਬਾਰਾ ਵੀ ਆਉਂਗੇ ਆਣ ਗਵਾੜ ਵੀ ਕਹਾਂਗੇ ਉੱਥੋਂ ਜਾ ਕੇ ਪਸ਼ੂ ਲਿਆਓ ਜੀ ਉਹ ਪਸ਼ੂ ਚੰਗੇ ਰੱਖਦੇ ਹਾਂ ਪਸ਼ੂ ਹਾਰੀ ਕੀ ਚੰਗਾ ਹੁੰਦਾ ਆਪਦੀ ਥਾਂ ਤੇ ਪਰ ਅੱਗੇ ਯੋਗ ਮਤਾਬਕ ਜਿਹੜਾ ਉਹ ਚੰਗਾ ਪਸ਼ੂ ਚੱਲ। ਅੱਛਾ ਮਾਸਟਰ ਜੀ ਜਿਵੇਂ ਤੁਸੀਂ ਕਹਿ ਦਿੱਤਾ ਕਿ ਬੰਦੇ ਨੂੰ ਪਾਈ ਵੱਡੀਆਂ ਵੱਡੀਆਂ ਗੱਲਾਂ ਕਰਕੇ ਜਿਹੜਾ ਪਸ਼ੂ ਉਹ ਦਿੱਤਾ ਜਾਂਦਾ ਹੈ। ਹਾਂ। ਕਦੇ ਆਏ ਹੋਇਆ ਕਿ ਕਿਸੇ ਨੂੰ ਕਹਤਾ ਹੋਵੇ ਵੀ ਇਹ ਤਾਂ ਦੋ ਬਾਲਟੀਆਂ ਲੈ ਕੇ ਬੈਠਣਾ ਪੈਂਦਾ ਦੋ ਪਰਦੀ ਆ। ਤੇ ਇੱਕ ਮਿੰਟ ਬਾਅਦ ਵਿੱਚ ਕੀ ਹੋਵੇ ਕਿ ਜਦੋਂ ਉਹ ਅਗਲਾ ਲੈ ਜੇ ਤੇ ਥੱਲੇ ਉਹ ਥਣਾ ਨੂੰ ਹੱਥ ਨਾ ਲਾਉਣ ਦੇਵੇ ਘਰੇ ਜਾ ਕੇ। ਹਾਂਜੀ। ਤੇ ਉੱਪਰ ਤੁਹਾਨੂੰ ਲੰਬਾ ਦੇ ਕੇ ਆਵੇ। ਉਹ ਭਰਿਆ ਭਰਾਇਆ ਆਵੇ ਤੇ ਫਿਰ ਕਿਵੇਂ ਹੈਂਡਲ ਕਰਦੇ ਹੋ? ਉਹਨੂੰ ਇਹ ਕਹਿਣਾ ਵੀ ਸਾਡੇ ਕੋਲ ਛੱਡ ਜਾ। ਹੂੰ। ਉਹਨਾਂ ਦਾ ਉਹਦੀ ਲੈ ਲਈ। ਅੱਛਾ ਜਿਹਨਾਂ ਨੂੰ ਦੁੱਧ ਕਹਿਣਾ ਉਹਨਾਂ ਨੂੰ ਸਾਥੋਂ ਲਈ ਪੰਜ ਦਿਨ ਸਾਡੇ ਕੋਲੇ ਪਸ਼ੂ ਨੂੰ ਛੱਡ ਜਾ। ਖੀਮੇ ਦਾ ਦੁੱਧ ਉਹਨਾਂ ਤੋਲ ਲਈ ਅਸੀਂ ਦੇਵਾਂਗੇ ਉਹਨਾਂ ਤੋਲ ਕੇ। ਤੇ ਉਹ ਫਿਰ ਤੁਸੀਂ ਕਿਵੇਂ ਪੂਰਾ ਕਰਦੰਨੇ? ਅਸੀਂ ਚੰਗੀ ਖਰਾਕ ਉਹਨੂੰ ਪਸ਼ੂ ਨੂੰ ਪਾਉਣੀ। ਚੰਗੇ ਕਾੜੇ ਦੇਣੇ। ਮੂਰੇ ਸੁੱਕੀ ਤੂੜੀ ਰੱਖਣੀ ਐ। ਹੂੰ ਪਸ਼ੂ ਦੇ ਨਾਰਮਲ ਖਰਾਕ ਹੀ ਰੱਖਣੀ ਆਹ ਹੀ ਪਾ ਕੇ ਚੋਣੇ ਬਈ ਅਸੀਂ। ਅੱਛਾ ਪੂਰੀ ਕਾੜੇ ਉਹਨਾਂ ਪਸ਼ੂ ਨੂੰ ਹਰੇਕ ਨੂੰ ਦੁੱਧ ਵਧਾਉਣ ਵਾਸਤੇ ਦੇਣੇ। ਜੈਲ ਦੇਣੀ। ਜਾਂ ਜੋ ਵੀ ਕਾੜਾ ਚੰਗੇ ਤੋਂ ਚੰਗਾ ਦੇਣਾ ਪਸ਼ੂ ਨੂੰ। ਇਹ ਜੈਲ ਜਰ ਲਈ ਦੁੱਧ ਬਣਾਉਣ ਵਾਸਤੇ ਕੈਲਸ਼ੀਮ ਕੈਲਸ਼ੀਮ ਦੇਣਾ ਹਾਂਜੀ ਤੇ ਕਹਿੰਦਾ ਭਾਵੇਂ ਜਿਹੜੀਆਂ ਚੀਜ਼ਾਂ ਤੁਸੀਂ ਦਿਨੇ ਹੋ ਹਾਂਜੀ ਇਹਦਾ ਕੋਈ ਦੁੱਧ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਅਸਰ ਕਹਿੰਦਾ ਭਾਵੇਂ ਕਿ ਦੁੱਧ ਸਿਹਤ ਲਈ ਮਾੜਾ ਹੋ ਗਿਆ ਨਹੀਂ ਨਹੀਂ ਇਹ ਗੱਲ ਤੇ ਨਹੀਂ ਕਮਗੇ ਜਿਵੇਂ ਚਿੱਟਾ ਜੀਰਾ ਹੂੰ ਮੈਂ ਵਿਸਰੀ ਆ ਗਲਕੰਦ ਹੈ ਇਹ ਆਪਣੀ ਸਿਹਤ ਵਾਸਤੇ ਚੰਗੇ ਆ ਅੱਛਾ ਇਹ ਚੀਜ਼ਾਂ ਦਿਓ ਪਸ਼ੂ ਨੂੰ ਪੂਰਾ ਮਤਲਬ ਹੀ ਤੁਹਾਨੂੰ ਪ੍ਰਾਫਿਟ ਆਊਗਾ ਹੂੰ ਜੋ ਕਣਕ ਆਪਾਂ ਪਾਉਣੀ ਹੈ ਦੇਤੀ ਹੋ ਰੰਨ ਕੇ ਪਾਉ ਉਹ ਚ ਮਿੱਠਾ ਸੋਡਾ ਹੋਵੇ ਲੂਣ ਹੋਵੇ ਉਹ ਪਸ਼ੂ ਦੁਆਰਾ ਦੁੱਗਣਾ ਅਸਰ ਕਰਦਾ ਇਹ ਕਾਦੇ ਲਈ ਆ ਇਹ ਦੁੱਧ ਵਧਾਉਣ ਦੇ ਲਈ ਦੁੱਧ ਵਧਾਉਣ ਨੂੰ ਕੀ ਕੁਝ ਪਾਇਆ ਜਾਵੇ ਚਿੱਟਾ ਜੀਰਾ ਗਲਕੰਦ ਤੇ ਮਿਸ਼ਰੀ ਅੱਛਾ ਇਹ ਕਾੜੇ ਦੇ ਵਿੱਚ ਆ ਤਿੰਨ ਚਾਰ ਦਿਨ ਪਸ਼ੂ ਜੀਰਾ ਸੀ ਲੈਉਣੇ ਉਹਨੂੰ ਪਹਿਲਾਂ ਦਿੰਨੇ ਆ ਐਵੇਂ ਪਸ਼ੂ ਤਿਆਰ ਨਹੀਂ ਹੁੰਦਾ ਇਹ ਸਾਰੀਆਂ ਚੀਜ਼ਾਂ ਫਿਰ ਕਾਦੇ 'ਚ ਪਾ ਕੇ ਤੁਸੀਂ ਕਾੜਾ ਬਣਾਉਣੇ ਹੋ ਪਹਿਲਾਂ ਲੇਟੀ ਵਾਲ ਲਈਦੀ ਆ ਲੇਟੀ ਵਾਲ ਲਈ ਉਹਦੇ ਵਿੱਚ ਮਤਲਬ ਚਿੱਟਾ ਜੀਰਾ ਵਾਲ ਲੈਣਾ ਵਿੱਚ ਮਿਸ਼ਰੀ ਪਾ ਲੈਣੀ ਆ ਹੂੰ ਤੇ ਉਹ ਬਚ ਉਹਦੀ ਮਤਲਬ ਗਲਕੰਦ ਪਾ ਲਈ ਉਹ ਜਲੇਟੀ ਦੇ ਵਿੱਚ ਪਾ ਦਾ ਪਸੂ ਲਚ ਲਚ ਖਾ ਜਾਂਦਾ ਥੋੜੀ ਜਿਹੀ ਮਾਤਰਾ ਦੱਸ ਦਿਓ ਮਾਤਰਾ ਜੀ ਘੱਟ ਤੋਂ ਘੱਟ ਪਾਈਆ ਜੀਰਾ ਹੋਵੇ ਹੂੰ ਪਾਈਆ ਮਿਸ਼ਰੀ ਪਾਈਆ ਗਲਕੰਦ ਕਿੰਨੇ ਦਿਨ ਦੇਣੀ ਜ਼ਰੂਰੀ ਹੈ 4 ਦਿਨ ਤੇ ਬੱਲੇ ਬੱਲੇ ਇਹ ਚ ਬੱਲੇ ਪੂਰੀ ਤੁਹਾ ਆ ਤਜਰਬਾ ਕਰਕੇ ਵੇਖਦਾ ਹਰੇਕ ਇਨਸਾਨ ਹੀ ਵੇਖੋ ਹੂੰ ਪਰ ਜਿਹੜੇ ਨਹੀਂ ਕਰਦੇ ਪਿੱਛੇ ਰਹਿ ਜਾਂਦੇ ਹਾਂ ਜਿਹੜੇ ਕਰਦੇ ਉਹ ਅੱਗੇ ਜਾ ਵਰਦੇ ਘਾੜ ਵੱਡੀ ਆ ਕਾਹ ਕੋਲ ਵੱਡੀ ਜਿਹੜਾ ਇਨਸਾਨ ਘੌਲ ਕਰ ਗਿਆ ਕਿਸੇ ਫੀਲਡ ਚ ਕਾਮਯਾਬ ਨਹੀਂ ਹੋ ਸਕਦਾ ਹੂੰ ਬਿਲਕੁਲ ਜਿਹੜਾ ਮਤਲਬ ਘੌਲ ਨਹੀਂ ਉਹ ਸਭ ਕੁਝ ਸੀ ਤੇ ਜੇਕਰ ਮੈਂ ਗੱਲ ਕਰਾਂ ਵਪਾਰ ਦੇ ਵਿੱਚ ਤਾਂ ਮਾਸਟਰ ਜੀ ਨਵੇਂ ਮੁੰਡਿਆਂ ਦਾ ਕਿੰਨਾ ਕਰਝਾਨ ਹੈ ਆ ਰਹੇ ਨੇ ਕਿ ਬਸ ਜਿਹੜੇ ਤੁਸੀਂ ਪੁਰਾਣੇ ਬਜ਼ੁਰਗ ਕਹਿ ਦਈਏ ਖਰਮ ਬਜ਼ੁਰਗ ਨਹੀਂ ਕਹਿੰਦਾ ਤੁਹਾਡੇ ਚ ਫੁਰਤੀ ਪੂਰੀ ਹੈ ਕਹਿੰਦੇ ਆ ਕਿ ਜਿਹੜੇ ਤੁਸੀਂ ਲੱਗੇ ਹੋਏ ਹੋ ਤੁਸੀਂ ਉਹ ਕਿ ਨਵੇਂ ਮੁੰਡੇ ਵੀ ਇਹਦੇ ਚ ਇਤਸ਼ਾਹ ਜਿਹਾ ਵਿਖਾਉਂਦੇ ਵੀ ਯਾਰ ਅਸੀਂ ਵੀ ਨਾਲ ਤੁਰਦੇ ਆ ਤੁਹਾਡੀ ਪੈਰ ਚ ਪੈਰ ਧਰਦੇ ਆ ਨਵੇਂ ਬੱਚਿਆਂ ਨੂੰ ਕੁਝ ਚਿਰ ਨਾ ਰੱਖਣਾ ਪੈਂਦਾ ਹੂੰ ਆ ਰਹੇ ਨੇ ਹਾਂ ਆ ਰਹੇ ਬਹੁਤ ਵਧੀਆ ਆਉਟਪੁੱਟ ਬਹੁਤ ਵਧੀਆ ਨਵੇਂ ਬੱਚਿਆਂ ਦੀ ਹੂੰ ਉਹ ਨਾਲ ਲੈ ਜਾਣਾ ਪੈਂਦਾ ਮੰਡੀਆਂ ਤੇ ਹੂੰ ਵੀ ਆਓ ਵੇਖੋ ਤੁਸੀਂ ਫਲਾਨੀ ਗਾਂ ਕੋ ਉਹ ਖੜੀ ਆਓ ਵੇਖ ਕੇ ਆਓ ਕੀ ਮੁੱਲ ਪੁੱਛ ਕੇ ਆਓ ਕਿੰਨੇ ਕੀ ਦੀ ਐ ਕਿੰਨੇ ਦੇਊਗਾ ਤੁਸੀਂ ਆਪ ਵੀ ਸੋਚੋ ਪਹਿਲਾਂ ਉਹਦੇ ਨਾਲ ਦੀ ਆਪਾਂ ਲਈ ਲਈ ਆ ਫਿਰ ਆਪਾਂ ਉਹ ਵੇਚੀ ਆ ਕਿ ਉਹਦੇ ਮੁਕਾਬਲੇ ਚ ਹੈਗੀ ਹੂੰ ਉਹਨੂੰ ਕੰਪੀਟੀਸ਼ਨ ਬੱਚੇ ਨੂੰ ਬਣਾਓ ਹੂੰ ਵੀ ਫਲਾਨੀ ਤੂੰ ਮੈਂ ਆਪਾਂ ਵੇਚੀ ਆ ਉਹਦਾ ਨਵਾ ਚੰਗੀ ਐ ਕਿ ਮਾੜੀ ਹੂੰ ਜਦੋਂ ਇਹ ਜਿਆ ਗੱਲਾਂ ਬੱਚਾ ਵੇਂਦੇ ਆ ਫਿਰ ਆਪ ਜੀ ਆਪਚਾਰ ਹੋ ਜਾਂਦੀ ਹਮ ਇੱਕ ਬੱਚਾ ਮੈਂ ਨਾਲ ਤਿਆਰ ਕੀਤਾ ਜੀ ਇੱਕ ਸਾਲ ਮੇਰੇ ਨਾਲ ਰਿਹਾ ਜੀ ਜਦੋਂ ਕੇ ਦੇ ਘਰੇ ਜਾਇਆ ਕਰੀ ਜੀ ਪਿੱਛੇ ਖੜ ਜਾ ਕਰੇ ਮੋਟਰਸਾਈਕਲ ਕੋਲ ਨਾਉ ਮੁੱਲ ਪੁੱਛਿਆ ਕਰੇ ਦੇਖੀ ਜਾਇਆ ਕਰੇ ਦੇਖੀ ਜਾਇਆ ਕਰੇ ਗਰਮੀ ਬਹੁਤ ਹੋਈ ਜੇਠ ਦਾ ਮਹੀਨਾ ਮੀਂਹ ਪੈ ਕੇ ਹਟਿਆ ਜਾਵੜੇ ਹਮ ਮੈਂ ਕਿਹਾ ਵੀ ਮੈਨੂੰ ਬੁਖਾਰ ਚੜਦਾ ਜਾਂਦਾ ਪੁੱਤ ਇਹਦਾ ਮੁੱਲ ਪੁੱਛ ਗਾਂ ਦਾ ਕੀ ਕਰਦੇ ਜੀ ਦਲਾਲ ਸਾਡੇ ਨਾਲ ਉਹਨਾਂ ਨੇ ਕਹਿੰਦੇ ਤਾਂ 13000 ਮੋੜਲਾ ਹੂੰ ਮੈਂ ਉਹਨੂੰ ਕਹਿਤਾ ਸਾਡੀ ਬੋਲੀ ਦੇ ਵਿੱਚ ਵੀ ਤੂੰ 8000 ਰੁਪਈਆ ਲਾ ਹੂੰ ਉਹਨੇ 8000 ਲਾਤਾ ਹੌਲੀ-ਹੌਲੀ ਕਰਦਾ ਹੋਇਆ ਜੀ ਵੀ ਸਾਡੇ ਬੰਦੇ ਨੇ 9000 ਰੁਪਈਆ ਲਾਤਾ ਉਹ ਸਾਡੇ 9 ਤੇ ਆ ਗਿਆ ਹੂੰ ਸੌਧਾਰ ਗਿਆ ਮੈਂ ਖੜਾ ਹੋਇਆ ਮੱਖ ਬੈਣੇ ਗੱਲ ਇੱਕਾ ਵੀ ਵੇਚਣ ਨੂੰ ਲੈਣੀ ਇਹ ਤੇ ਖਰਚੀ ਖਰਚ ਪਈ ਜਾਣੇ ਹੁਣ ਤੋਂ ਹੂੰ ਜਦ 9100 ਦੀ ਹੋ ਗਈ 100 ਦਲਾਰ ਦੇ ਦੀ 94 ਆਪਣਾ ਸੌਦਾ ਹੋ ਗਿਆ ਤੇ ਪੈਸੇ ਹੁਣ ਆਪ ਦੇ ਲੈ ਲਓ ਹੂੰ ਉਹਨਾਂ ਨੂੰ ਪੈਸੇ ਦੇ ਤੇ ਅਸੀਂ ਗਾ ਲੈਣ ਦੀ ਉਹ ਮੁੰਡੇ ਨੂੰ ਆਖਿਆ ਦੁਆਰ ਕੀ ਮੰਡੀ ਤੇ ਨਾਲ ਚੱਲੀ ਹੂੰ ਉਹਦੇ ਪਿਤਾ ਮੇਰੇ ਨਾਲ ਸਾਥੀ ਆ ਵਪਾਰ ਦਾ ਵੀ ਨਾਲ ਚੱਲੀ ਮੇਰੇ ਸਾਡੇ ਹੂੰ ਉਹ ਭਾਈ ਆਖਣ ਲੱਗੇ ਵੀ ਇਹਨੂੰ ਕੀ ਕਰਾਉਣਾ ਹੈ ਮੈਂ ਕਿਹਾ ਨਹੀਂ ਯਾਰ ਇਹਨੂੰ ਨਾਲ ਚੱਲਾਂਗੇ ਹੂੰ ਹੁਣ ਮਾਰਕ ਬਣਾਤਾ ਗਾਂ ਦਾ ਅੱਛਾ ਮੈਂ ਕਿਹਾ ਵੀ ਮੁੱਲ 14000 ਕਰਨ ਤੂੰ ਹੂੰ ਘੱਟ ਨਹੀਂ ਕਰਨਾ ਹੂੰ ਉਹਨੇ 14000 ਕਰ ਲਿਆ ਗਾਹਕੇ ਰੁਪਏ ਲਾਉਣ ਲੱਗੇ 11000 ਵੀ ਲਾਤਾ ਉਹ ਮੁੰਡੇ ਨੂੰ ਆਏ ਮੈਂ ਛੇਤੀ ਫੜਾ ਚੱਕਦ ਗਏ ਵੀ ਮੈਨੂੰ 11000 ਲਾਈ ਜਾਂਦੇ ਮੈਨੂੰ ਆਉਂਦੇ ਹੀ ਆਪਾਂ ਨੂੰ ਮਤਲਬ 15-1800 ਰੁਪਏ ਖਰਚ ਕੱਢ ਕੇ ਵੀ ਆਉਣਾ ਮੈਨੂੰ ਆਖਿਆ ਵੀ ਨਹੀਂ ਅਜੇ ਦੀ ਵੇਚ ਨਹੀਂ ਆਪਾਂ ਫਿਰ ਗਾਹਕ ਆ ਗਏ ਗਾਕਾ ਨੇ ਫਿਰ 11.5 ਲਾਤਾ ਹੂੰ ਮੈਂ ਉਹਨੂੰ ਆਖਿਆ 12000 ਇਹਨੂੰ ਘਰੇ ਦੇ ਦਿੰਦੇ ਸੀ ਇਸ ਮੁੰਡੇ ਨੂੰ ਗਾ ਦੇ ਸੀ ਆਹਾਹਾ ਕਰੇ ਦਿੰਦੇ ਸੀ ਪੈਸੇ ਉਦੋਂ ਨੈਕ ਨਹੀਂ ਕੀਤਾ ਸਾਨੂੰ ਕਹਦਾ ਨਹੀਂ ਜੀ ਮੈਂ ਤਾਂ 15000 ਹੀ ਵੇਚ ਕੇ ਆਉਂ ਦੱਬ ਲਈ ਰੁੱਟ ਨਹੀਂ ਬੱਠੀ ਠੀਕ 12 ਲਾ ਹੀ ਦਿੱਤਾ ਹੂੰ ਫਿਰ ਉਹ 12200 ਜੀ ਉਹਨੂੰ ਗਾਹਕ ਨੂੰ ਗਾਂ ਦੁਆਈਓ ਤੂੰ ਸੀ ਪਰ ਆਪਦੀ ਪਰ ਉਹ ਦੁਆਦੀ ਫਿਰ ਮੁੰਡਾ ਬਹੁਤ ਖੁਸ਼ ਹੋਇਆ ਫਿਰ ਚੱਲ ਪਿਆ ਬਾਜ਼ਾਰ 'ਚ ਯਾ ਸੱਟਾ ਯਾਰ ਹਾਂ ਮਤਲਬ ਵੀ ਬੱਚੇ ਨੂੰ ਟੈਕਨੀਕ ਦੇਣੀ ਪੈਂਦੀ ਆ ਹੂੰ ਵਿਓਸ ਪਾਸੇ ਉਹਨੂੰ ਤੋੜਨਾ ਪੈਂਦਾ ਹਾਂ ਤੋੜਨਾ ਪੈਂਦਾ ਅੱਛਾ ਤੁਸੀਂ ਆ ਆਪਣੇ ਉੱਤਰ ਦੇ ਵਿੱਚ ਜਿਹੜੀ ਗੱਲ ਕਹੀ ਸੀ ਸਾਡੀ ਭਾਸ਼ਾ 'ਚ ਹਾਂਜੀ ਹਾਂਜੀ ਥੋੜੀ ਭਾਸ਼ਾ ਸਮਝਾ ਦਿਓ ਮਣੀ ਸਾਡੀ ਵਪਾਰਕ ਬੋਲੀ ਵੱਖਰੀ ਹੁੰਦੀ ਹੈ ਦੱਸ ਸਕਦੇ ਹਾਂ ਦੱਸ ਤਾਂ ਸਕਦੇ ਹਾਂ ਇਹ ਮਤਲਬ ਬੋਲੀ ਲਈ ਮੋਲ ਹੈ ਜੀ ਮਾੜਾ ਜਾਂ ਦੇਜੋ ਬਿਹਤਰ ਮਤਲਬ ਨਾ ਤੇ ਇਹ ਇਕਲਾ ਜੌਲਾ ਡੈਲਾ ਹੂੰ ਅਸਰਦਲਾ ਮਤਲਬ ਵੀ ਬੋਲੀ ਸਾਡੇ ਦੱਸਦੇ ਆ ਵੀ ਇਹ 14 ਹੀ ਲੈ ਲਓ 15 ਹੀ ਲੈ ਲਓ 20 ਹੀ ਲੈ ਲਓ ਹੂੰ ਖਮਸੀ ਵਾਲੀ 50 ਹੀ ਲੈ ਲਓ ਇਹਨੂੰ ਕਹਿੰਦੇ ਖਮਸ ਹਾਂ ਮਤਲਬ ਐਂ ਦੱਸਦੇ ਆ ਅਸੀਂ ਵੀ ਨਾਲ ਦੇ ਨੂੰ ਇੰਨੇ ਦੀ ਲੈ ਲਾ ਤੇ ਆਮ ਜੀਵਿੰਦਾਰ ਨੂੰ ਨਹੀਂ ਪਤਾ ਲੱਗਦਾ ਕਿ ਕਿੰਨੀ ਹੈ ਤੇ ਜਦੋਂ ਕਿੰਨੇ ਵੀ ਇਹ ਲੈਣੀ ਨਹੀਂ ਆਪਾ ਉਹਦੇ ਲਈ ਕੀ ਬੋਲੀ ਐ ਉਹ ਤੇ ਵੀ ਦੱਸੀ ਰਹੇ ਜੇ ਹੁਣ 50 ਦੀ ਲੈਣੀ ਹੈ ਖਮਸ ਤੋਂ ਘੱਟ ਲੈ ਲੈ 50 ਤੋਂ ਘੱਟ ਲੈ ਲੈ ਖਮਸ ਤੋਂ ਫਿਰ ਦੱਸਦੇ ਆ ਵੀ ਇੰਨੀ ਘੱਟ ਲੈ ਹੂੰ ਜੇ ਮੰਨ ਲਓ ਕਿ ਮੈਂ ਅੱਜ ਲੈ ਰਿਹਾ ਹਾਂ ਤੇ ਤੁਸੀਂ ਮੈਨੂੰ ਦਵਾਉਣੀ ਹੋਵੇ 40000 ਦੀ ਫਿਰ ਉਹਦੇ ਲਈ ਕੀ ਸ਼ਬਦ ਹੋਊਗਾ ਉਹ ਤੇ ਸ਼ਬਦ ਇਹ ਆ ਵੀ ਉਹਨੂੰ ਮਾਰਕ ਨੂੰ ਇਹ ਕਹਿਣਾ ਪੈਂਦਾ ਵੀ ਇਹ ਤਾਂ ਨਹੀਂ 40 ਲੈਂਦਾ ਭਰਾ ਬਸ 30 32 ਤੇ ਫਿਰਦਾ ਹੂੰ ਇਹਨੇ 30000 ਰੁਪਏ ਲਾਉਣੇ ਤੇ ਇਹਦੇ ਚ ਪਹੁੰਚ ਹੈ ਨਹੀਂ 40000 ਵੀ ਉਹ ਵਪਾਰਾਂ ਵਾਲੀ ਬੋਲੀ ਦੇ ਵਿੱਚ ਕਿਵੇਂ ਕਹਾਂ ਅਸੀਂ ਇਹ ਕਹਿੰਦੇ ਆ ਵੀ ਇਹ ਤਾਂ ਇਹ ਤਾਂ ਜੇ ਤੁਸੀਂ ਲੈਣੀ ਹੈ ਕਿ ਲੈ ਵੇਚਣੀ ਹੈ ਲੈਣੀ ਹੈ ਲੈਣੀ ਆ ਤੁਸੀਂ ਹੂੰ ਉਹਨੂੰ ਫਿਰ ਤੁਹਾਨੂੰ ਦੱਸਾਂਗੇ ਨਾਲ ਦੇ ਨੂੰ ਵੀ ਇਹ ਤਾਂ ਰਵਾਹ ਤੋਂ ਬਾਅਦ ਰੁਪਏ ਲਾਉਣਾ ਵੀ 40 ਤੋਂ ਬਾਅਦ ਆਲਾ ਹੈ ਹੀਗਾ ਗਾ ਕੇ ਇਹਨੂੰ ਕਹਿੰਦੇ ਰਵਾਹ ਹਾਂ ਰਵਾਹ ਇਹ ਦੂ ਘੱਟ ਘੱਟ ਇਹ ਗਾ ਕਾ ਫਿਰ ਅਗਲੇ ਉਹ ਟੈਕਨੀਕ ਤਿਆਰ ਕਰੀਦਾ ਵੀ ਇੱਥੋਂ ਤੱਕ ਦੇ 40 ਤੱਕ ਦੇ ਦੇ ਤਨ ਚੰਗੀ ਆ ਉਹ ਤਾਂ ਹੀ ਤਾਂ ਕਹਿੰਦੇ ਹੁੰਦੇ ਨੇ ਕਿ ਵਪਾਰੀ ਦੇ ਤਾਂ ਕੋਲੇ ਖੜੇ ਤਾਂ ਵੀ ਮਿਲ ਜਾਂਦੇ ਆ ਹਾਂ ਇਹ ਫਿਰ ਅੱਛਾ ਸੌਦਾ ਹੀ ਬਣ ਜਾਂਦੇ ਅੱਛਾ ਹੱਥ ਤੋਂ ਗੱਲ ਯਾਰ ਬੰਲੇ ਦਾ ਸੌਦਾ ਹੂੰ ਤੁਹਾਡੇ ਹੱਥ ਤੋਂ ਗੱਲ ਯਾਦ ਆਈ ਇੱਕ ਅਸੀਂ ਛੋਟੇ ਛੋਟੇ ਹੁੰਦੇ ਸੀ ਦੱਸਿਓ ਵੀ ਹੁਣ ਵੀ ਹੈਗਾ ਕਿ ਹੈ ਨਹੀਂ ਸਾਫ ਆ ਜਾ ਸੈਟਲ ਹੋ ਜਾਂਦੀ ਸੀ ਹੋ ਪੱਲੇ ਦਾ ਸੌਦਾ ਜੀ ਅੱਛਾ ਉਹਨੂੰ ਕਹਿੰਦੇ ਪੱਲੇ ਦਾ ਸੌਦਾ ਪੱਲੇ ਦਾ ਸੌਦਾ ਅੱਠ ਜੀ ਮੂਕੇ ਜੀ ਸੌਦਾ ਕਰਨਾ ਹੋ ਬਸ ਆਏ ਕਰਕੇ ਇੱਕ ਦੂਜੇ ਨਾਲ ਸਾਹਮਣੇ ਕਰੀ ਜਾਂਦੇ ਹਾਂ 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 ਸਿੱਧਾ ਸੌਦਾ ਹੈ ਵੀ ਹੁਣ ਆਪਾਂ ਗੂਠਾ ਆਪਣਾ ਹੂੰ ਇਹਦਾ ਮੁੱਲ 10000 ਜਿਵੇਂ ਛੋਟਾ ਗਣੀ ਇਹ ਤਾਂ ਹੁਣ ਖੁੱਲ ਕੇ ਦੱਸ ਦਿਓ ਤਾਂ ਹੁਣ ਮੂਕੇ ਜੀ ਕਿਸੇ ਨੇ ਨੱਪੜਾ ਹਾਂ ਮਤਲਬ ਆਏ ਵੀ ਜੇ ਹੁਣ ਅਸੀਂ 1 ਲੱਖ ਤੋਂ ਉੱਤੇ ਲੈਣਾ ਠੀਕ ਹੈ ਵੀ ਆ ਤਾਂ ਹੈਗਾ ਹੀ ਹੈਗਾ ਲੱਖ ਤਾਂ ਹੈਗੀ ਹੈ ਉੱਤੇ ਚਾਰ ਫੇਰ ਨੱਪਦੀਆਂ ਵੀ 40000 ਬਣ ਗਿਆ 1 ਲੱਖ 40000 ਮੁੱਕੇ ਜਦ ਬਣ ਵੀ ਐਂ ਕਰਕੇ ਗੱਲਦੰ ਵਿਚ ਉਹ ਤਾਂ ਕਿਸੇ ਨੂੰ ਨਹੀਂ ਪਤਾ ਹਾਂ ਤਾਂ ਦੂਜੇ ਬੰਦੇ ਨਹੀਂ ਪਤਾ ਕਿ ਕੀ ਆਖੀ ਇਹ ਚੀਚੀ ਦੇ ਕਿੰਨੇ ਆ ਨਹੀਂ ਇਹ ਤਾਂ ਚੀਚੀ ਦਾ ਵੀ ਮাজে ਤਾਂ ਹੁਣ ਪੰਜੇ ਦਾ ਫਿਰ ਤਾਂ ਚੀਚੀ ਦਾ 1000 ਮੁੱਲ ਵੀ ਚੱਲ ਪੈਂਦਾ ਅੱਛਾ ਉਹਵੇਂ ਚੱਲਦੀ ਟੈਕਨੀਕ ਫਿਰ ਪਤਾ ਲੱਗ ਜਾਂਦਾ ਵੀ ਇਹਦਾ ਕਿੰਨਾ ਮੁੱਲ ਆ ਐਂ ਅੰਗਲ ਦਾ ਕਿੰਨਾ ਇਸ ਦਾ अच्छा मास्टर जी ਕਿੰਨੀਆਂ ਤਕਨੀਕਾਂ ਨੇ ਇੱਕ ਵਪਾਰੀ ਕੋਲੇ ਇੱਕ ਤਾਂ ਦੀ ਭਾਸ਼ਾ ਹੋਗੀ ਹਾਂਜੀ ਜਿਹਨੂੰ ਤੁਸੀਂ ਕਹਿੰਦੇ ਕਿ ਸਾਡੀ ਭਾਸ਼ਾ ਵੱਖਰੀ ਹੈ ਇੱਕ ਪੱਲੇ ਦਾ ਸੌਦਾ ਹੋ ਤੇ ਹੋਰ ਇਸ ਤੋਂ ਇਲਾਵਾ ਹੋਰ ਜਿਹੜੇ ਮਤਲਬ ਐਦੂ ਬਾਹਰ ਦੂਜੇ ਪ੍ਰਾਂਤਾਂ ਜਾਂਦੇ ਉਹਨਾਂ ਦੀ ਬੋਲੀ ਵੱਖਰੀ ਕੋਈ ਹੈ ਨਮੂਨਾ ਨਹੀਂ ਨਾ ਨਾ ਉਹ ਤਾਂ ਹੋਰ ਆਪਦੀ ਭਾਸ਼ਾ ਜੇ ਇੱਕ ਦੂਜੇ ਨੂੰ ਕਹਿ ਜਾਂਦੇ ਆ ਪਰ ਐਸੀ ਨਹੀਂ ਉਹਦੇ ਬਾਰੇ ਆਪਾਂ ਤਾਂ ਆਹੀ ਭਾਸ਼ਾ ਆਉਂਦੀ ਆ ਹੱਥ ਦਾ ਸੌਦਾ ਤੇ ਪੱਲੇ ਵਾਲਾ ਸੌਦਾ ਤੇ ਬੋਲੀ ਬੋਲੀ ਵਾਲਾ ਸੌਦਾ ਕਰ ਜਾਂਦੇ ਆ ਬੋਲੀ ਵਾਲਾ ਹੂੰ ਆਪਦੀ ਬੋਲੀ 'ਚ ਬੋਲ ਕੇ ਦੱਸਣਾ ਵੀ ਨਹੀਂ ਲੈ ਠੀਕ ਹੈ ਤੇ ਕੋਈ ਮੰਡੀ ਦੀ ਘਟਨਾ ਤੁਹਾਡੇ ਯਾਦ ਹੋਵੇ ਕੋਈ ਹਾਸੇ ਵਾਲੀ ਹੋਵੇ ਕੋਈ ਕਿਸੇ ਤਰੀਕੇ ਦੀ ਹੋਵੇ ਜਿਹੜੀ ਯਾਦਗਾਰ ਬਣ ਗਈ ਹੋਵੇ ਇਹਦਾ ਜੀ ਜਦੋਂ ਮੰਡੀਆਂ ਤੇ ਜਾਂਦੇ ਆ ਹਮ ਸਾਰਿਆਂ ਨੂੰ ਹਾਸਾ ਹੀ ਰਹਿੰਦਾ ਹਮ ਜ਼ਿੰਦਗੀ 'ਚ ਹਾਸਾ ਵੀ ਉਤਰਾ ਚੜਾ ਜੇਦਾ ਵੱਧ ਵੇਗੀ ਤਾਂ ਹਾਸਾ ਹੈ ਜੇ ਘੱਟ ਵੇਗੀ ਤਾਂ ਫਿਰ ਬਤਲ ਮੂੰਹ ਮੋੜੀਆਂ ਕਰ ਲੈਣਾ ਪੈਂਦਾ ਹਮ ਇਹਦਾ ਮੰਡੀਆਂ ਤੇ ਤਾਂ ਜੀ ਹਰ ਇੱਕ ਵਪਾਰੀ ਮੰਡੀ ਜਾਊ ਜਾਊ ਵਿਆਹ ਛੱਡ ਸਕਦਾ ਉੱਧਰ ਤੇ ਮੰਡੀ ਨਹੀਂ ਛੱਡ ਸਕਦਾ ਅੱਛਾ ਮੰਡੀਆਂ ਦਾ ਸਟੈਂਡਰਡ ਕਿਸ ਤਰੀਕੇ ਦਾ ਅੱਜ ਕੱਲ ਸਰਕਾਰ ਵਾਲੇ ਪੱਖ ਤੋਂ ਪੁੱਛਦਾ ਪ੍ਰਬੰਧ ਵੇਖੋ ਜੀ ਪ੍ਰਬੰਧ ਹੈ ਕਮੀਆਂ ਕੋ ਸਹੀ ਗਈਆਂ ਪ੍ਰਬੰਧ ਦੇ ਵਿੱਚ ਹੂੰ ਪਰ ਉਹ ਵੀ ਕੀ ਕਰਨ ਜੇ ਆਪਾਂ ਗੰਦ ਪਾਉਣ ਲੱਗ ਜਾਗੇ ਬਿਲਕੁਲ ਬਿਲਕੁਲ ਸਹੀ ਗੱਲ ਕੋਈ ਸਾਬ ਦੇ ਆਪ ਨੂੰ ਹੀ ਬੰਦਾ ਸੰਭਾਲੇ ਹੂੰ ਕੋਈ ਉਹਨਾਂ ਨੂੰ ਵੀ ਉਹ ਕਰਦੇ ਆ ਜਿਹੀ ਕਹਿ ਦਨੇ ਅਸੀਂ ਬਈਰ ਕੀ ਸਫਾਈ ਘੱਟ ਸੀ ਤੁਸੀਂ ਇਹ ਗੰਦ ਚਕਾਓ ਉਹ ਚਕਾ ਵੀ ਦਿੰਦੇ ਆ ਚਕਾ ਦਿੰਦੇ ਆ ਪਾਣੀ ਪੂਰੀਆਂ ਪ੍ਰਬੰਧ ਵੀ ਪੂਰਾ ਕਰਦੇ ਆ ਪਰ ਜਿੱਥੇ ਉਹਨਾਂ ਨੇ ਮਤਲਬ ਆਪਾਂ ਨੂੰ ਪਾਣੀ ਪੀਣ ਨੂੰ ਰੱਖਿਆ ਜਿ ਉਹਨਾਂ ਦੇ ਕੋਂਡਾਟ ਬਣੇ ਵੀ ਪਾਣੀ ਵਾਸਤੇ ਆਪਾਂ ਨੂੰ ਬਹੁਤ ਵਧੀਆ ਪ੍ਰਬੰਧ ਹੈ ਜੇ ਆਪਾਂ ਪੀਣ ਵਾਲੇ ਪਾਣੀ ਚੋ ਬਾਟੀਆਂ ਭਰ-ਭਰ ਪਸ਼ੂਨ ਪਈ ਜਾਵਾਂਗੇ ਫਿਰ ਨਹੀਂ ਨਸੂ ਬਿਲਕੁਲ ਗਲਤ ਹੈ ਬਿਲਕੁਲ ਉਹ ਤਾਂ ਪੀਣ ਵਾਲ ਤੇ ਪੀਣਾ ਹੀ ਹੈ ਪੀਣ ਵਾਸਤੇ ਰੱਖਿਆ ਦੂਜੇ ਪਾਸੇ ਚੰਗਾ ਪ੍ਰਬੰਧ ਦਾ ਵਧੀਆ ਪਾਣੀ ਦਾ ਹਰ ਇੱਕ ਮੰਡੀਆਂ ਤੇ ਬਹੁਤ ਜ਼ਿਆਦਾ ਹੈ ਜੀ ਵੱਡੇ ਟੈਂਟ ਬਣੇ ਵੀ ਚੰਗੇ ਬੰਨ੍ਹਣ ਨੂੰ ਥਾਂ ਬਣਿਆ ਵਾ ਬਾਕੀ ਥੋੜ੍ਹਾ ਜਿਆ ਆਪ ਜਾ ਕੇ ਪਹਿਲਾਂ ਸਮਾਰ ਲੈ ਆਪ ਤਾਂ ਜਿੱਥੇ ਆ ਖੜਨਾ ਹੈ ਪਸ਼ੂਨ ਤੋਰਨਾ ਹੈ 2 ਮਿੰਟ ਆਪਾਂ ਨੂੰ ਲਾ ਲਓ ਹਾਂ ਬਿਲਕੁਲ ਫੇਰ ਲਾ ਕੇ ਦੇ ਪੰਨਾਂ ਵਾਲੀ ਥੱਲੇ ਸਾਫ਼ ਰੱਖੋ ਤਾਂ ਹਾਂ ਉਹ ਆਪਣਾ ਹੀ ਫੜ ਬੰਦ ਮਾਸਟਰ ਜੀ ਇੱਕ ਨਾ ਮਿੱਥ ਹੈ ਹਾਂਜੀ ਕਹਿੰਦੇ ਜੇਕਰ ਕਿਸਾਨ ਦਾ ਪੁੱਤ ਖੇਤੀ ਕਰਨ ਲੱਗ ਜੇ ਤਾਂ ਕਹਿੰਦੇ ਯਾਰ ਕਿਉਂ ਮਿੱਟੀ ਨਾਲ ਮਿੱਟੀ ਹੁੰਨੇ ਜੇ ਉਹ ਪਸ਼ੂ ਵਪਾਰ ਦੇ ਵਿੱਚ ਆ ਜੇ ਕਹਿੰਦੇ ਯਾਰ ਕਿਉਂ ਪਸ਼ੂਆਂ ਚ ਪਸ਼ੂ ਹੁੰਨੇ ਇਹ ਸੱਚੀ ਫਰਕ ਪੈਂਦਾ ਕਿ ਜਿਹੜਾ ਬੰਦਾ ਪਸ਼ੂਆਂ ਦੇ ਵਿੱਚ ਉਹਦੀ ਪਾਲਣ ਦੇ ਵਿੱਚ ਜਾਂ ਕਹਿੰਦੀ ਇਹਦੇ ਵਪਾਰ ਚ ਲੱਗ ਜਾਂਦਾ ਉਹ ਦੂਜਿਆਂ ਨਾਲ ਥੋੜਾ ਜਿਹਾ ਵੱਖਰਾ ਹੋ ਜਾਂਦਾ ਹੂੰ ਤਾਂ ਫਿਰ रांझा हीर दा ए, जी, कर जो पढ़ਦੇ ਆ 12 ਸਾਲ ਬੇਲਿਆਂ ਦੀ ਗੱਲ ਪੜਦੇ ਆ ਤਾਂ ਕਹਿੰਦੇ ਭਾਈ ਉਹਦੇ ਵਿੱਚ ਵੀ ਇਹ ਗੱਲ ਦਾ ਜੇਕਰ ਇਸ ਮਿੱਥ ਦਾ ਆਉਂਦਾ ਤੁਸੀਂ ਤਾਂ ਖੁਦ ਉਸ ਕਿੱਤੇ ਦੇ ਵਿੱਚ ਲਾਓ ਮੋਰ ਫਿਰ ਵੀ ਕਿਸ ਤਰੀਕੇ ਇਹ ਬਿਲਕੁਲ ਗਲਤ ਹੈ ਜੀ ਹੂੰ ਜਿਹੜਾ ਕਿਸਾਨ ਦਾ ਪੁੱਤ ਕਿਸਾਨੀ ਕਰਦਾ ਹੈ ਜੋ ਅੱਜ ਸਹੀ ਤਕਨੀਕ ਨਾਲ ਕਰੇ ਉਹ ਕਾਮਯਾਬ ਬਿਲਕੁਲ ਕਾਮਯਾਬ ਐਵੇਂ ਵਪਾਰੀ ਦਾ ਪੁੱਤ ਜੂ ਸਹੀ ਕੰਮ ਕਰੇ ਤੇ ਅੱਗੇ ਵਧੂਗਾ ਪਛਾਣ ਹੀ ਹੋ ਸਕਦੀ ਨਹੀਂ ਸੋਚ ਰਹਿਣ ਬੈਣ ਲੋਕਾਂ ਚ ਵਿਚਰਨਾ ਗੱਲਬਾਤ ਦਾ ਤਰੀਕਾ ਇਹਦੇ ਤੇ ਅਸਰ ਪੈਂਦਾ ਉਹ ਜੀ ਸੋਸਾਇਟੀ ਚ ਜਾ ਕੇ ਵੇਖੋ ਜੀ ਜੇ ਮਤਲਬ ਵਪਾਰ ਲੈਣ ਦੇ ਵਿੱਚ ਤਾਂ ਜਦੋਂ ਬੱਚੇ ਸਾਡੇ ਨਾਲ ਤੁਰਦੇ ਆ ਜਾਂ ਜਾਂਦੇ ਆ ਉਹ ਬਹੁਤ ਕੁਝ ਵੇਂਦੇ ਆ ਸਾਡੀਆਂ ਗੱਲਾਂ ਚ ਸਿੱਖਦੇ ਆ ਫਿਰ ਉਹ ਅਜਮਾ ਕੇ ਵੇਂਦੇ ਆ ਵੀ ਇਸ ਤਰ੍ਹਾਂ ਬੋਲੇ ਸੀ ਇਸ ਤਰ੍ਹਾਂ ਪਾ ਕੰਮ ਕੀਤਾ ਇਸ ਤਰ੍ਹਾਂ ਕੀਤਾ ਉਹ ਕਾਮਯਾਬੀ ਹੈ ਜੇ ਆਪਾਂ ਢਾਹ ਢੇਰੀ ਦਾ ਜੀ ਜੋ ਹੁਣ ਆਪਾਂ ਕਿਸੇ ਨੂੰ ਰਹਿ ਦਿੰਨੇ ਆ ਜੇ ਆਪਾਂ ਨੂੰ ਨੈਗੇਟਿਵ ਹੀ ਰਹਿ ਜੇਤੀ ਵੀ ਛੱਡਪਰਾ ਵਪਾਰ ਚ ਕੁਛ ਨਹੀਂ ਪਿਆ ਕੁਛ ਨਹੀਂ ਪਿਆ ਛੱਡਪਰਾ ਖੇਤੀ ਚ ਕੁਛ ਨਹੀਂ ਪਿਆ ਦੁਕਾਨਾਂ ਇੰਨੀਆਂ ਖੁੱਲੀਆਂ ਤੂੰ ਇੱਥੇ ਕੀ ਕਰ ਲੈ ਇਹਦੇ ਜੀ ਵੀ ਕੁਛ ਨਹੀਂ ਪਿਆ ਫੋਟੋਗ੍ਰਾਫੀ ਜੇ ਇੰਨੀਆਂ ਖੁੱਲੀਆਂ ਪਈਆਂ ਤੇਰੇ ਕੋਲੇ ਕਾਹਨਾ ਇਹ ਆਪਦਾ ਆਪਦਾ ਜੇ ਮਿਹਨਤ ਕਰੇ ਨਸੀਬਾ ਪ੍ਰਮਾਤਮਾ ਵੇਨ ਹੈ ਤੂੰ ਮਿਹਨਤ ਕਰਨਾ ਇਸ ਫੀਲਡ ਦੇ ਵਿੱਚ ਤੈਨੂੰ ਜਰੂਰ ਆਉਟਪੁੱਟ ਚੰਗੀ ਆਉ ਅੱਛਾ ਦੋ ਵਪਾਰੀਆਂ ਬਾਰੇ ਵੀ ਜਾਣਕਾਰੀ ਦਿਓ ਹਾਂਜੀ ਇੱਕ ਗੱਡੀਆਂ ਵਾਲੇ ਜਿਹਨੂੰ ਛਾਂਟਗੀ ਵੀ ਕਹਿ ਦਿੰਦੇ ਆ ਨਾ ਉਹ ਬੜਾ ਹੱਥ ਤੇ ਹੱਥ ਮਾਰਦੇ ਆ ਜੀ ਇੱਕ ਉਹਨੇ ਯੂਪੀ ਤੋਂ ਸਾਡੇ ਪਿੰਡਾਂ 'ਚ ਕਹਿੰਦੇ ਸੀ ਲੰਗੜਾਂ ਵਾਲੇ ਆ ਗਏ ਬਈ ਠੀਕ ਹੈ ਜੀ ਇਹਨਾਂ ਦਾ ਕੀ ਹਸਾਬਕਤਾ ਹੁੰਦਾ ਪੰਜਾਬ ਦੇ ਸੌਦਿਆਂ 'ਚ ਪੰਜਾਬ ਦੇ ਸੌਦਿਆਂ 'ਚ ਇਹ ਬਹੁਤ ਪਹਿਲਾਂ ਕਾਮਯਾਬ ਰਹੇ ਆ ਜੀ ਲੰਗੜਾਂ ਵਾਲੇ ਲੰਗੜਾਂ ਵਾਲੇ ਬਲਦ ਲੈਂਦੇ ਹੁੰਦੇ ਸੀ ਹਾਂ ਮੋٹے ਬਲਦ ਖਰੀਦਦੇ ਚੰਗੇ ਮਤਲਬ ਲੋਕਾਂ ਚ ਜਾਣ ਪਛਾਨ ਪਿੰਡਾਂ ਚ ਜਾਂਦੇ ਲਿਹਾਜ ਪਾ ਲੈਣ ਦੇ ਪੂਰੀ ਵਿਆਪਾ ਪੱਗਵਟ ਭਰਾ ਬਣ ਗਏ ਜੀ ਆਹ ਤਾਂ ਮੇਰਾ ਚਾਚਾ ਹੈ ਜੀ ਆਹ ਮੇਰਾ ਤਾਊ ਮੈਨੂੰ ਦਵਾ ਦੂਗਾ ਹਾਂ ਤਾਊ ਕਹਿੰਦੇ ਸੀ ਉਹਨਾਂ ਨੂੰ ਇੰਨੀ ਟੈਕਨੀਕ ਹੈ ਵੀ ਬੰਦੇ ਨੂੰ ਮਿੰਟਾ ਜੀ ਮੋਹ ਲੈਂਦੇ ਅੱਛਾ ਇਹਨਾਂ ਦੇ ਪੱਟੇ ਰਾਸ ਨਹੀਂ ਆਏ ਕਈਆਂ ਦੇ ਬੜੇ-ਬੜੇ ਪੈਸੇ ਮਾਰ ਗਏ ਇਹ ਉਹ ਸਾਡੇ ਵੀ ਮਾਰੇ ਆ ਜੀ ਅੱਛਾ ਅਸੀਂ ਕਿਵੇਂ ਕਹੇ ਸਾ ਨਹੀਂ ਕੀ ਸੀ ਮੰਜਾਂ ਦਵਾ ਬੈਠੇ ਇਹਨਾਂ ਨੂੰ ਲੰਗੜਾ ਵਾਲਿਆਂ ਨੂੰ ਨਹੀਂ ਆਮ ਹੋਰ ਬਿਮਾਰੀ ਸੀ ਬਾਹਰ ਦੇ ਹਾਂ ਸੱਤ ਵੇਰੀ ਸਾਨੂੰ ਪੈਸੇ ਨਾਗ ਦਿੰਦੇ ਰਹੇ ਸੱਤ ਵਾਰੀ ਸੱਤ ਵਾਰੀ ਪਸ਼ੂ ਲੈ ਜਾਂਦੇ ਨਗਦ ਦੇ ਦੇ ਆਠਵੀਂ ਵੇਲੇ ਤੜਾ ਲਾਗੀ ਐਂ ਕਰਦੇ ਆ ਜਦੋਂ ਉੱਥੇ ਗਏ ਆ ਉੱਥੇ ਉਹਨਾਂ ਕੋਲੇ ਕੋਈ ਚੱਜ ਦੇ ਕਮਰਾ ਵੀ ਹੈ ਨਹੀਂ ਅੱਛਾ ਬਸ ਕਿਸੇ ਦੇ ਬੰਨ ਕੇ ਅੱਡੇ ਵੇਚ ਦੇਣੀਆਂ ਹੂੰ ਆਪਦੇ ਘਰੀ ਦਾ ਬੈਠਣ ਨੂੰ ਥਾਂ ਵੀ ਹੈ ਨਹੀਂ ਤੇ ਇੱਥੇ ਆ ਕੇ ਵਪਾਰੀ ਕੋ ਹੁੰਦੇ ਤੇ ਆਪਾਂ ਲੋਕਾਂ ਨੂੰ ਕਹਿੰਗੇ ਕਿ ਭਾਈ ਬਚੋ ਇਹਨਾਂ ਤੋਂ ਹਾਂ ਬਚੋ ਨਗਦ ਪੈਸੇ ਲੋ ਹਣ ਅਸੀਂ ਇਹ ਹੁਣੇ ਵੀ ਕਹਿੰਦੇ ਆ ਕਿਸੇ ਸੌਦੇ ਚ ਤਵਾਰ ਨਾ ਕਰੋ ਹਾਂ ਨਾ ਇਹਨਾਂ ਤੇ ਜਮੇ ਹੀ ਨਹੀਂ ਕਰਨਾ ਪੈਂਦਾ ਹੂੰ ਇਹ ਤਾਂ ਬਹੁਤ ਸਮਾਂ ਖਾਂਦੇ ਤੇ ਜਿਹੜੇ ਗੱਡੀਆਂ ਵਾਲੇ ਹੁੰਦੇ ਆ ਸ਼ਾਂਟੀਏ ਕਹਿੰਨੇ ਜਿੰਨੂੰ ਹਾਂਜੀ ਇਹ ਗੱਲ ਤੇ ਗੱਲ ਸੱਟਦੇ ਨੇ ਇਹ ਐ ਕਹੇ ਲਈ ਕਿ ਆਪ ਬੰਦੇ ਦਿੱਤਾ ਇਹ ਵਿੜੇ ਤੋਂ ਲੱਗਦੇ ਨੇ ਵਿੜੇ ਵਾਲੇ ਨਿੰਮ ਤੋਂ ਲੱਗਦੇ ਨੇ ਤੇ ਚੌਂਤਰੇ ਤਿੱਕਰ ਜਾਂਦੇ ਨੇ ਸਰਦਾਰ ਜੀ ਸਰਦਾਰ ਜੀ ਕਰਦੇ ਇਹਨਾਂ ਦੀਆਂ ਕੋਈ ਟੈਕਨੀਕ ਵੱਖਰੀਆਂ ਹੁੰਦੀਆਂ ਨੇ ਕਿੰਨਾ ਦੀ ਵੇਖੋ ਜੀ ਇਹ ਜਿਹੜੇ ਲੋਕ ਆ ਹੂੰ ਇਹਨਾਂ ਨੂੰ ਇੰਨੀ ਟੈਕਨੀਕ ਹੈ ਜਦੋਂ ਬਾਹਰ ਚੋਂ ਨਿਕਲ ਗਏ ਗਾਂ ਬੁੜੀਆਂ ਤੱਕ ਜਾ ਹੀ ਵਰਦ ਜਾ ਵਰਦਿਆ ਨਹੀਂ ਸੌਦਾ ਹੋਇਆ ਤਾਂ ਰੋਟੀ ਲੈ ਆਉਣੀ ਆ ਹੂੰ ਨਹੀਂ ਸੌਦਾ ਚਾਰ ਰੋਟੀਆਂ ਰੱਖ ਦਿਓ ਜੀ ਕੁਸ ਮਾੜੀ ਮਾਂ ਜੀ ਗਾਂ ਸਬਜੀ ਰੱਖ ਦਿਓ ਨਹੀਂ ਸਬਜੀ ਚਾਰ ਹੀ ਰੱਖ ਦਿਓ ਹੂੰ ਜੇ ਉਹ ਕਹਿੰਦੇ ਵੀ ਸਾਡੇ ਨਾਲ ਪਸ਼ੂਆਂ ਵਟਾ ਸੱਟਾ ਵੀ ਕਰਨਾ ਹੈ ਪਣਾ ਵਟਾ ਸੱਟਾ ਕਰ ਲਿਆ ਪਰ ਜਾਣ ਲੱਗੇ ਰੋਟੀ ਪਾਚਾ ਤੁਕ ਫੇਰ ਵੀ ਖਾ ਜਾਣਗੇ 50 ਰੁਪਿਆ ਦਾ ਹਾਂ ਵੀ ਉਹਨਾਂ ਨੂੰ ਆਉਂਦੇ ਸਨ ਮੈਂ ਇੰਨੀ ਬਚਤ ਅੱਛਾ ਇਹਦੇ ਬਾਰੇ ਮੈਂ ਇੱਕ ਮਾਸਟਰ ਜੀ ਇਹ ਵੀ ਸੁਣਿਆ ਸੀਗਾ ਗੱਡੀਆਂ ਵਾਲਿਆਂ ਦੇ ਬਾਰੇ ਇਤਿਹਾਸ ਵਿੱਚ ਲਿਖਿਆ ਹੈ ਕਹਿੰਦੇ ਅਸੀਂ ਸੌਦਾ ਚਾਹੇ ਬਰਾਬਰੀ ਤੇ ਕਰੀਏ ਅਸੀਂ ਉਹਨਾਂ ਨੂੰ ਕਹਦੇ ਨਹੀਂ ਵੀ ਇੱਕ ਰੋਟੀ ਨਾਲ ਦੇ ਦੇ ਕਿਉਂਕਿ ਸਾਨੂੰ ਹੁਣ ਤੱਕ ਕਿਹਾ ਗਿਆ ਹੈ ਕਿ ਕੋਈ ਘਾਟੇ ਦਾ ਜਾਂ ਬਰਾਬਰੀ ਦਾ ਸੌਦਾ ਨਹੀਂ ਕਰਨਾ ਸੌਦਾ ਵਾਧੇ ਦਾ ਹੀ ਕਰ ਹਾਂਜੀ ਵਾਧੇ ਕਿ ਕਰਨਾ ਤਾਆਂ ਨੂੰ ਰੋਟੀ ਲੈ ਲੈਂਦੇ ਹਾਂ ਵੀ ਵੜ ਕੇ ਵੱਟੇ ਵੜਕਾ ਤਾਂ ਲੈ ਲੈ ਨਾਲ ਇੱਕ ਰੋਟੀ ਵੀ ਲੈ ਕੇ ਆ ਰੋਟੀ ਲੈ ਲੈਂਦੇ ਲੈ ਹੂੰ ਉਹਨਾਂ ਨੂੰ ਟੈਕਨੀਕ ਆ ਹਾਂ ਕਿਰਾਂ ਅਗਲੇ ਨੂੰ ਪਿਆਰ ਨਾਲ ਮੋਲ ਲੈਣੇ ਵੀ ਆਪਣਾ ਬੱਚਾ ਕਿੰਨਾ ਸੋਹਣਾ ਦੇ ਗਿਆ ਜੀ ਆਪਾਂ ਨੂੰ ਦੁਆਰਾ ਫੇਰ ਮੇਰੇ ਅਰਗੋ ਦੇ ਕੋਲੇ ਜਾਂਦਾ ਵੀ ਸਾਡੇ ਨਾਲ ਵਟਾਲਾ ਜਾਂ ਸਾਨੂੰ ਮੋਲ ਦੇ ਦੇ ਹੂੰ ਉਹਨਾਂ ਨੂੰ ਇਹ ਕਿਉਂਕਿ ਉਹਨਾਂ ਦਾ ਕੀਤਾ ਬਹੁਤ ਜੁੜਿਆ ਬਹੁਤ ਚਿਰਾਂ ਦੀ ਉਹ ਕੰਮ ਕਰਦੇ ਆ ਆਪਣੇ ਜ਼ਿੰਮੇਵਾਰਤਾ ਕੋ ਸੱਚ ਕੀਤਾ ਫੇ ਤੂੰ ਮੈਂ ਆਖਣ ਲੱਗ ਜੰਨੇ ਛੱਡ ਪਰਾਂ ਹਾਂ ਤੂੰ ਬੁਢਾ ਹੋਗਾ ਪਸ਼ੂ ਥੱਲੇ ਲੈ ਲੂਗਾ ਹਾਂ ਕੋ ਐ ਕਰ ਲੂਗਾ ਐ ਕਰ ਐ ਪਸ਼ੂ ਇਨਸਾਨ ਦਾ ਦਿਮਾਗ ਪਸ਼ੂ ਨੂੰ 10 ਗੁਣੇ ਜਾ ਰਿਹਾ ਜੀ ਜੇ ਆਪਾਂ ਵੇਖੀਏ ਤੇ ਆਪਾਂ ਕਿਵੇਂ ਪਸ਼ੂ ਲੈ ਲੂਗਾ ਜੀ ਆਪਣੇ ਕੋਈ ਟੈਕਨੀਕ ਬਿਲਕੁਲ ਪਸ਼ੂ ਨੂੰ ਸੰਭਾਲਣ ਦੀ ਹੱਥ 'ਚ ਛੋਟੀ ਜਰੂਰ ਰੱਖੋ ਹੂੰ ਕਿਉਂਕਿ ਪਸ਼ੂ ਜਦੋਂ ਛੋਟੀ ਤੋਂ ਡਰਦਾ ਹੈ ਜੇ ਮਾਰਾ ਤੱਕ ਦੀ ਜੋ ਪਸ਼ੂ ਡਰ ਜਾਂਦਾ ਤੇ ਜੇ ਹੱਥ 'ਚ ਆਪਣੇ ਕੁਛ ਨਹੀਂ ਫੇਰਦਾ ਪਸ਼ੂ ਨਹੀਂ ਆਪਾਂ ਨੂੰ ਕਰਨਾ ਹੀ ਬਿਲਕੁਲ ਇਹ ਵਪਾਰ ਦੇ ਨਿਯਮ ਆ ਪੈਰੀ ਜੁੱਤੀ ਜਰੂਰੀ ਹੋਣੀ ਚਾਹੀਦੀ ਚੱਪੜਾਂ 'ਚ ਤਾਂ ਵਪਾਰ ਨਹੀਂ ਹੁੰਦਾ ਵਪਾਰੀ ਦੇ ਪੈਰਾਂ 'ਚ ਜੁੱਤੀ ਜ਼ਰੂਰੀ ਆ ਮੋਢੇ ਤੇ ਸਾਫਾ ਹਾਂ ਇਹ ਜ਼ਰੂਰੀ ਆ ਸਾਫਾ ਤਾਂ ਪਰਲੇ ਦਾ ਸੌਦਾ ਜੁੱਤੀ ਕੋਈ ਪੈਰ ਤੇ ਧਰਦੇ ਪਸ਼ੂ ਫਿਰ ਕੀ ਕਰਨਗੇ ਜੁੱਤੀ ਜ਼ਰੂਰੀ ਆ ਛੋਟੀ ਵੀ ਚਾਹੀਦੀ ਆ ਛੋਟੀ ਤਾਂ ਪਸ਼ੂ ਨੂੰ ਚਾਹੀਦੀ ਆ ਬੰਦੇ ਨੂੰ ਵਪਾਰ ਕਰਨ ਲਈ ਕੱਪੜੇ ਤੁਸੀਂ ਪਹਿਲਾਂ ਹੀ ਕਹਤੇ ਵੀ ਆ ਕੱਪੜੇ ਜੋ ਪੂਰੇ ਤਾਂ ਨਹੀਂ ਹੋਣੇ ਚਾਹੀਦੇ ਹਾਈ ਲੈਵਲ ਦੇ ਐਂ ਲੱਗੇ ਵੀ ਗਰੀਬ ਕਰੀਏ ਆ ਜਿਹੜਾ ਦਰਮਿਆਨਾ ਬੰਦਾ ਹੈ ਇਹ ਤੋਂ ਲਾਓ ਹੂੰ ਮਤਲਬ ਆਏ ਹੁੰਦਾ ਵੀ ਇਹ ਤੂੰ ਸੌਦਾ ਲਊ ਜੀ ਆਮ ਬੰਦਾ ਹੀ ਐ ਹੂੰ ਵੀ ਇਹ ਤਾਂ ਆਪਣੇ ਵਰਗਈ ਆ ਚਲੇ ਤੂੰ ਮਹਿ ਲੈ ਲੈਣੇ ਤੂੰ ਗੱਲ ਅੱਛਾ ਮਸਤ ਜੀ ਇੱਕ ਬਿਮਾਰੀ ਆਈ ਸੀ ਲਿੰਪੀ ਸਕੈਨ ਡਿਸੀਜ਼ ਹਾਂਜੀ ਉਹ ਦੌਰ ਸੀ ਪਸ਼ੂਆਂ ਜਿਹੜਾ ਬਹੁਤ ਜ਼ਿਆਦੇ ਮੌਤਾਂ ਹੋਈਆਂ ਇਹ ਕੁਦੂ ਪਹਿਲਾਂ ਆਈ ਸੀਗੀ ਕਰੋਨਾ ਆਈ ਚਲੋ ਥੋੜਾ ਤਾਂ ਸਰਦਾ ਸੀਗਾ ਪੈਨਸ਼ਨ ਵੀ ਆਉਂਦੀ ਹੋਊਗੀ ਚਾਰ ਛੱਲੜ ਬੰਦਾ ਜੋੜੀ ਵੀ ਬੈਠਾ ਹੁੰਦਾ ਪਰ ਜਿਹੜੇ ਏਸੇ ਗੱਲਾਂ ਦੇ ਉੱਤੇ ਖੜਦੇ ਸੀ ਡਿਪੈਂਡ ਕਰਦੇ ਸੀ ਉਹਨਾਂ ਦੇ ਫਿਰ ਹਾਲਾਤ ਥੋੜੇ ਇਹਨਾਂ ਵਪਾਰੀ ਵਰਗ ਵਿੱਚ ਕਿਹੋ ਜਿੇ ਬਣ ਗਏ ਉਹਨਾਂ ਦੇ ਹਾਲਾਤ ਮਾੜੇ ਹੋ ਗਏ ਕਿਉਂਕਿ ਉਹਦੇ ਵਿੱਚ ਨਾ ਦਵਾਈਆਂ ਨਹੀਂ ਇੱਕ ਤਾਂ ਸਰਕਾਰ ਤੋਂ ਵੀ ਨਹੀਂ ਪੂਰੀਆਂ ਆਈਆਂ ਇੱਕ ਆਪਾਂ ਦੂਜੀਆਂ ਗੱਲਾਂ 'ਚ ਵਿਸ਼ਵਾਸ ਰੱਖਣ ਲੱਗੇ ਫਿਰਾਂ ਤੋਂ ਪਾਣੀ ਕਰਾ ਲਈਏ ਹਾਂ ਜਾਂ ਮਦਰ ਟੂਣਾ ਕਰਦਾ ਕੋਈ ਹੂੰ ਵਾਇਰਸ ਦੇ ਵਿੱਚ ਟੂਣਿਆਂ ਦਾ ਕੀ ਕੰਮ ਬਿਲਕੁਲ ਵਾਇਰਸ ਜਿਹੜਾ ਹੈ ਉਹ ਤਾਂ ਸਾਰੇ ਆ ਗਿਆ ਇਹਦੇ ਵਿੱਚ ਤਾਂ ਦਵਾਈ ਕੰਮ ਕਰੂਗੀ ਹੂੰ ਜੇ ਆਪਾਂ ਪਸ਼ੂ ਨੂੰ ਦਵਾਈ ਸਹੀ ਢੰਗ ਨਾਲ ਦੇਈਏ ਦਵਾਈ ਦੇਈ ਚਲੋ ਆਏ ਆ ਪਸ਼ੂ ਆਪਣੇ ਬਿਮਾਰ ਨੇ ਹੋਈਆਂ ਪਸ਼ੂਆਂ ਨੂੰ ਦਵਾਈ ਸਹੀ ਤਰੀਕੇ ਨਾਲ ਦੇਈ ਗਏ ਜਿਵੇਂ ਡਾਕਟਰ ਕਹਿੰਦੇ ਸੀ ਉਵੇਂ ਦੇਈ ਗਏ ਉਹ ਪਸ਼ੂ ਸਹੀ ਸੀ ਆਵਾਰਾ ਪਸ਼ੂਆਂ ਦੀ ਫਾੜ ਬੱਟੀ ਕੇ ਦਵਾਈ ਹਾਂਜੀ ਉਹ ਵੀ ਠੀਕ ਹੋ ਗਏ ਪਸ਼ੂ ਹੂੰ ਪਰ ਜਿਹੜਾ ਪਸ਼ੂ ਕਮਜ਼ੋਰ ਹੈ ਜੀ ਉਹਨੂੰ ਬਰਬਰ ਬਿਮਾਰੀ ਦਵਾਲੀ ਜਾਂਦੀ ਦਵਾਲ ਗਈ ਸੀ ਹਾਂ ਉਹ ਤਾਂ ਕੁਦਰਤ ਕਣੀਓ ਕਰੋਪੀ ਪੈ ਜਾਂਦੀ ਹੈ ਨਾ ਉਹੀ ਮਾਰਦੀ ਹੈ ਬੰਦੇ ਤੁਸੀਂ ਦਵਾਈ ਦੀ ਗੱਲ ਚਲਾਈ ਐ ਉਸ ਤੋਂ ਪਹਿਲਾਂ ਸਾਨੂੰ ਤੁਸੀਂ ਬੜੀ ਖੂਬਸੂਰਤ ਜਿਹੜੀ ਜਾਣਕਾਰੀ ਦਿੱਤੀ ਕਿ ਦੁੱਧ ਕਿਵੇਂ ਵਧਾਇਆ ਜਾ ਸਕਦਾ ਹੈ ਕੋਈ 2-4 ਜੇਕਰ ਘਰੇਲੂ ਤੁਹਾਡੇ ਕੋਲ ਨੁਕਤੇ ਹੈਗੇ ਨੇ ਜਿਵੇਂ ਥਣ ਬੰਦ ਹੋ ਗਿਆ ਜਾਂ ਕਿ ਹੋਰ ਆਮ ਬਿਮਾਰੀਆਂ ਜਿਹੜੀਆਂ ਪਸ਼ੂਆਂ ਚ ਆਉਂਦੀਆਂ ਉਹ ਸਾਡੇ ਕਹਿੰਦੇ ਨਾ ਪੰਜਾਬੀ ਸ਼ਰਤੀਆ ਇਲਾਜ ਠੀਕ ਹੈ ਕੋਈ ਹੈਗੇ ਨੇ ਤਾਂ ਜਰੂਰ ਦੱਸੋ ਕਿਸੇ ਦਾ ਭਲਾ ਹੋ ਸ਼ਰਤੀਆ ਇਲਾਜ ਹੈਗੇ ਜੀ ਜਿਉਂਦੇ ਵਿੱਚ ਆਪਾਂ ਉਹਨੂੰ ਵਰਤ ਜੀ ਬਿਲਕੁਲ ਕਈ ਦਾ ਗੱਲ ਪੁੱਛ ਲੈਂਦੇ ਆ ਮੁੜ ਕੇ ਕਰਨੀ ਨਹੀਂ ਮੁੜ ਕੇ ਉਹ ਕਰਦੇ ਨਹੀਂ ਹੂੰ ਜੇ ਹੁਣ ਪਸ਼ੂ ਦਾ ਖਾਣਾ ਆਪਾਂ ਨੂੰ ਪਤਾ ਲੱਗਿਆ ਵੀ ਛੱਡੀ ਆ ਗਈ ਆ ਜੀ ਉਹਦੇ ਵਿੱਚ ਪਸੂਨ ਕਲਮੀ ਛੋਰਾ ਜੌਂਖਾਰ ਠੀਕੀ ਨਿਸ਼ਾਦਰ ਨੇ ਮੂਦਾ ਸਾਤ ਹੂੰ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਇਹ ਦੇ ਹੀ ਜਾइए ਮਾਤਰਾ ਮੁਤਾਬਕ ਇਹ ਮਾਤਰਾ ਤੇ ਕਦੋਂ ਕਦੋਂ ਕਿਵੇਂ ਕਿਵੇਂ ਪੂਰੀ ਜਾਂਦੀ ਹੈ ਇਹ ਇਹ ਜਾਣਕਾਰੀ ਹੈ ਜੀ 200 ਗ੍ਰਾਮ ਕਲਮੀ ਛੋਰਾ ਜੀ 200 ਗ੍ਰਾਮ ਠੀਕੀ ਨਿਸ਼ਾਦਰ 100 ਗ੍ਰਾਮ 200 ਗ੍ਰਾਮ ਜੌਂਖਾਰ ਹੂੰ ਪਾਈਆ ਮਿੱਠਾ ਥੋੜਾ ਆਡ ਰੱਖਣਾ ਠੀਕ ਹੈ ਇਹਨਾਂ ਦੇ ਵਿੱਚ ਨਹੀਂ ਲਾਉਣਾ ਚੀਜ਼ਾਂ ਦੇ ਇਹ ਚਿੰਨੇ ਚੀਜ਼ਾਂ ਪੀਠ ਲੈਣੀ ਹੂੰ ਕੋ 600 ਗ੍ਰਾਮ ਹੋ ਜਾਊਗਾ ਹੂੰ 100 ਗ੍ਰਾਮ 50 ਗ੍ਰਾਮ ਤੜਕੇ 50 ਗ੍ਰਾਮ ਬਾਥ ਨੇ ਜਾਂ 100 ਗ੍ਰਾਮ ਸ਼ਾਮ ਨੂੰ ਵੀ ਆਪਾਂ ਗੁੜ ਜਾ ਆਟੇ ਦੇ ਪੇੜੇ ਦੇ ਸਕਦੇ ਹਾਂ ਜਾਂ ਥੋੜਾ ਗਰਮ ਪਾਣੀ ਪਾ ਕੇ ਉਹਨੂੰ ਪੈਪਰਾਂ ਵੀ ਦੇ ਸਕਦੇ ਹਾਂ ਕਿੰਨਾ ਚਿਰ ਦੇਣਾ ਜੀ ਇਹ ਉਹ ਛੀਖਰਾਕਾ ਹੁੰਨੀ ਹੈ ਛੀਏ ਦਿਓ ਕਾਮਯਾਬ ਹੋ ਜਾਊਂਗੇ ਤੁਸੀਂ ਹੂੰ ਫਸੂ ਥਣ ਖਿੱਚੀ ਚੱਲੋ ਇਹ ਨਾ ਹੋਵੇ ਆਪਾਂ ਥਾਂ ਨਹੀਂ ਖਿਚਣਾ ਉਹ ਗੰਦ ਕੱਢੀ ਚੱਲੋ ਹੂੰ ਜਦੋਂ ਗੰਦ ਕੱਢੀ ਗਈ ਉਦੋਂ ਫਿਰ ਸਾਫ਼ ਆਉਣ ਲੱਗ ਜੂਗਾ ਠੀਕ ਹੈ ਜੀ ਤੇ ਪਰ ਆਏ ਨਾ ਸੋਚੋ ਵੀ ਜਦ ਮੈਂ ਕੱਲ ਨੂੰ ਦੇ ਜੂਗਾ ਅੱਜ ਦੇ ਜਾਂਗੇ ਨਹੀਂ ਉਹ ਤਾਂ ਜੇ ਆਪਾਂ ਨਹੀਂ ਜਿੰਦੇ ਜਾਂਦੇ ਕਿਸਾਨੀ ਗੁਆਂਢੀ ਨੂੰ ਕਹਿ ਦਿਓ ਵੀ ਸਾਡੇ ਪਸ਼ੂ ਨੂੰ ਆਖ ਰੱਖ ਦੇ ਜਾਂ ਕੋਈ ਇਨਕਾਰ ਨਹੀਂ ਇਨਸਾਨ ਕਰਦਾ ਨਹੀਂ ਕਰਦਾ ਜੀ ਜਿਵੇਂ ਦੇਖੋ ਹੁਣ ਮੈਂ ਤੁਹਾਨੂੰ ਪੁੱਛ ਲਿਆ ਕਿ ਯਾਰ ਕਿਸੇ ਪਸ਼ੂ ਦਾ ਫਾਇਦਾ ਹੋ ਜੂਗਾ ਰੱਬ ਦਾ ਜੀ ਆ ਬਚ ਜੂਗਾ ਤੇ ਜੇ ਆਪਾਂ ਕਿਸੇ ਨੂੰ ਕਹਾਂਗੇ ਉਹ ਵੀ ਆਪਣੇ ਆਖੇ ਇਸ ਤਰੀਕੇ ਨਾਲ ਲੱਗ ਜਾਂਦਾ ਲੱਗ ਜਾਂਦਾ ਜੀ ਕੋਈ ਹੋਰ ਇਸ ਤੋਂ ਇਲਾਵਾ ਵੀ ਵੀ ਹੁਣ ਸਮਝ ਲਓ ਵੀ ਤੁਸੀਂ ਆ ਫਰੇਮਾਂ ਪਸ਼ੂ ਨੂੰ ਹੋ ਜਾਂਦੇ ਹਾਂਜੀ ਜੋੜ ਦੀ ਕੁੱਕ ਫੁੱਲ ਜਾਂਦੀ ਹੈ। ਹੂੰ ਮੋਟੀ ਸੂਈ ਲੈ ਲੋ ਟੀਕੇ ਲਾਉਣ ਵਾਲੀ ਵੱਡੀ। ਜੀ ਉਹ ਜੀ ਕੁੱਕ ਚ ਮਾਰ ਦਿਓ ਖੱਬੇ ਪਾਸੇ ਵਾਲੀ। ਖੱਬੇ ਪਾਸੇ। ਉਹਨੂੰ ਸੂਈ ਨੂੰ ਫੜੀ ਰੱਖੋ। ਜੀ ਉਹ ਜਿਹੜੀ ਆਪਾਂ ਨੂੰ ਵਾਰ-ਸੂਈ-ਸੂਈ ਆਉਗੀ ਹਵਾ ਬਾਹਰ ਨਿਕਲਦੀ। ਹੂੰ ਜੇ ਉਹਨੂੰ ਢਿੱਲੀ ਛੱਡਤੀ ਸੂਈ ਆਪਾਂ ਤੇ ਉਹ ਤਾਂ ਬੜਕ ਜੂਗੇ ਆਪਨ ਸੂਈ ਵੀ ਨਹੀਂ ਠਿਉਣੀ, ਜਿੰਨੀ ਵਾਰ ਬੜਕ ਜਾਂਦੀ। ਅੱਛਾ। ਜਦ ਹਵਾ ਉਹਦੇ ਪੇਟ ਚੋਂ ਨਿਕਲ ਗਈ ਕਿਰਾ ਹੁਣ ਸੁਖਰਾ ਸਾਹ ਆਊਗਾ। ਆਊਗਾ। ਹੂੰ ਉਹਦੂ ਮੜ ਕੀ ਕਰਨਾ 100 ਗ੍ਰਾਮ ਹਲਦੀ। ਹੂੰ ਆ ਤਾਂ ਕਿ ਲਓ ਦੁੱਧ ਹੂੰ ਤੇ ਚਾਰ ਆਂਡੇ ਫੈਂਡ ਲਓ ਜੀ ਉਹਨੂੰ ਕੋਲ ਕੇ ਨਕਸ਼ ਕਰਕੇ ਪਸ਼ੂ ਨੂੰ ਦੇ ਦਿਓ ਫਰੇਮ ਨਾਲ ਦੀ ਨਾਲ ਥੱਲੇ ਹੋ ਜਾਣਾ ਹੂੰ ਪਸ਼ੂ ਵਾਲਾ ਪੱਟ ਲੂਗਾ ਇਹ ਇੱਕ ਵਾਰੀ ਦੇਣਾ ਜੀ ਜੇ ਤੇ ਇੱਕ ਵਾਰੀ ਦਿੱਤੇ ਫਰਕ ਪੈ ਗਿਆ ਆਪਾਂ ਨੂੰ ਸ਼ਾਮ ਨੂੰ ਫੇਰ ਦੇ ਦਿਓ ਇਹ ਦੇਸੀ ਚੀਜ਼ ਹੈ ਜੀ ਇਹਦੇ ਕੋਈ ਪਸ਼ੂ ਨੂੰ ਡਿਫੈਕਟ ਨਹੀਂ ਕਰਦੀ ਜੀ ਅੱਛਾ ਕਈ ਥਾਵਾਂ ਤੇ ਸੁਣਦੇ ਹੁੰਦੇ ਨੇ ਕਿ ਪਸ਼ੂ ਨੂੰ ਬੰਨ ਪੈ ਗਿਆ ਤੇ ਬੰਨ ਨਹੀਂ ਖੁੱਲਿਆ ਤੇ ਪਸ਼ੂ ਮਰ ਗਿਆ ਇਹਦੇ ਲਈ ਕੋਈ ਹੈ ਇਹਦੇ ਲਈ ਹੈ ਜੀ ਹੂੰ ਤੁਸੀਂ ਵੇਖੋ ਵੀ ਜਿਹੜੀ ਬੰਨ ਦੀ ਦਵਾਈ ਕਈ ਇਨਸਾਨ ਵੀ ਤਿਆਰ ਕਰਦੇ ਆ ਪਰ ਮਿੱਠਾ ਛੋੜਾ ਹਮ ਸਭ ਤੋਂ ਦੀ ਬੈਸਤ ਹੈ ਦੀ ਬੈਸਤ ਜੇ ਵੱਧ ਵੀ ਆ ਜੇ ਸਮਝ ਲਓ ਵੀ ਆਪਾਂ 200 ਗ੍ਰਾਮ ਜਾਂ 250 ਗ੍ਰਾਮ ਆਪਾਂ ਮਿੱਠਾ ਛੋੜਾ ਪਾਣੀ ਚ ਘੋਲ ਕੇ ਦੇ ਤਾ ਹਮ ਵਿੱਚ ਖੰਡ ਪਾ ਲਓ ਨਿੰਬੂ ਪਾ ਲਓ ਹਮ ਉਹਨੂੰ ਜਦੋਂ ਘੁਲ ਗਿਆ ਅੰਦਰ ਪਸ਼ੂ ਦੇ ਆਟੋਮੈਟਿਕਲੀ ਗੋਹੇ ਨਹੀਂ ਫੇਰਾਉਣੇ ਆਉਣਾ ਤੇ ਜੇ ਆਪਾਂ ਕੋਈ ਉਹਨੂੰ ਸਖਤ ਜੀ ਦੀ ਜਾਵਾਂਗੇ ਹਮ ਸਖਤ ਨਾਲ ਜੇ ਸੁੱਕੀ ਤੂੜੀ ਪਾਤੀ ਉਹ ਵੀ ਗਲਤ ਹਾਂ ਉਹਨੂੰ ਉਹੋ ਜਿਹਾ ਟੌਨਕ ਦਿਓ ਜਿਹਦਾ ਛੇਤੀ ਹਾਜਮ ਆਵੇ ਤੇ ਉਹ ਲੀਕੋੜੇ ਵਚਵਣ ਕੇ ਉਹਨੂੰ ਗੁਹਾਵ ਆ ਸਭ ਤੋਂ ਪਹਿਲਾਂ ਮੈਂ ਫੇਸਬੁੱਕ ਦੇ ਵਿਦਵਾਨਾਂ ਤੋਂ ਮਾਫੀ ਮੰਗ ਲਵਾਂ ਸਾਡੇ ਨਾ ਪਿੰਡਾਂ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਕਿ ਪੂਸ਼ ਨੂੰ ਬਾਹਮਣੀ ਲੱਗ ਗਈ ਹਾਂਜੀ ਇਹ ਕਿਸੇ ਜਾਤੀ ਦੀ ਗੱਲ ਨਹੀਂ ਕਿ ਬਹਾਮਣ ਬਾਹਮਣੀ ਵਾਲੀ ਗੱਲ ਨਹੀਂ ਸਪੈਸ਼ਲ ਕਿਹਾ ਜਾਂਦਾ ਕਿ ਪੂਸ਼ ਨੂੰ ਬਾਹਮਣੀ ਲੱਗ ਗਈ ਫਿਰ ਪੂਸ਼ ਕੱਟਨੀ ਪੈਂਦੀ ਹੈ ਬਾਹਮਣੀ ਤੋਂ ਬਚਾਇਆ ਜਾ ਸਕੇ ਜਾਂ ਪੂਸ਼ ਨਾ ਕੱਟਨੀ ਪਵੇ ਕੋਈ ਇਸ ਤਰੀਕੇ ਦਾ ਕਿ ਤੇਲ ਜਾਂ ਕੁਛ ਹੈ ਇਹ ਤਾਂ ਹੈ ਜੀ ਸਰੋਂ ਦਾ ਤੇਲ ਹੂੰ ਲਓ ਤੁਸੀਂ 100 ਗ੍ਰਾਮ ਲੈ ਲਓ 150 ਗ੍ਰਾਮ ਲੈ ਲਓ ਵਿੱਚ ਤਿੰਨ ਚਾਰ ਲਾਸਣ ਦੀਆਂ ਅੰਗੜੀਆਂ ਪਾ ਲਓ ਹੂੰ ਵਿੱਚ ਥੋੜੀ ਜੀ ਹਲਦੀ ਪਾ ਲਓ ਹੂੰ ਉਹਨੂੰ ਕਲਕਾਰ ਨੂੰ ਸਵਾਰ ਕੇ ਜੀ ਉਹਦੇ ਉੱਤੇ ਲਾਉਂਦੇ ਰਹੋ 4-5 ਦਿਨ ਬਿਲਕੁਲ ਜ਼ਖਮ ਉਹ ਬਾਵ ਨਹੀਂ ਕਿਤੇ ਜਾਊਗੀ ਹੂੰ ਉਹ ਚੀਜ਼ ਬਹੁਤ ਵਧੀਆ ਦਵਾਈ ਹੈ ਹੂੰ ਜੇ ਕਟਾਤੀ ਹੈ ਬਪੂ ਜੀ ਕਟਾਂ ਦੇ ਨਾਲ ਲਾਲ ਦਵਾਈ ਜਿਹੜੀ ਆਪਣੀ ਹੁੰਦੀ ਹੈ ਜੀ ਉਹਦੇ ਨਾਲ ਧੋ ਕੇ ਇਹ ਚੀਜ਼ ਉੱਤੇ ਲਾ ਦਿਓ ਹੂੰ ਫਿਰ ਵੀ ਬਹੁਤ ਵਧੀਆ ਛੇਤੀ ਰਾਮ ਆਊਗਾ ਜੀ ਭੁਆਰਾ ਮਾਰ ਲਿਓ ਮੱਖੀ ਨਾ ਬੈਠੇ ਹੂੰ ਜੇ ਥੋਥੋ ਭੁਆਰਾ ਨਹੀਂ ਵੀ ਉਹਦੇ ਕਪੜਾ ਬੰਨ ਦਿਓ ਮੱਖੀ ਬੈਂਦੀ ਨਹੀਂ ਮੱਖੀ ਨਹੀਂ ਬੈਂਦੀ ਮੱਖੀ ਜਾਖਮ ਤੇ ਨਾ ਬੈਠੇ ਪਾਸੇ ਬੈਠੀ ਰਹੋ ਤਾਂ ਬੈਠੀ ਜਾ ਹੂੰ ਹੋਰ ਕੋਈ ਦੇਸੀ ਇਲਾਜ ਕੋਈ ਦਵਾਈ ਨਾ ਇਸ ਚੀਜ਼ ਤੇ ਇਹੀ ਲਾਜਾ ਹੋਰ ਬਿਮਾਰੀਆਂ ਲਈ ਕੋਈ ਸ਼ਰਤੀਆ ਇਲਾਜ ਮੈਂ ਵਾਰੀ ਵਾਰੀ ਤਾਂ ਪੁੱਛਦਾ ਕਿ ਜਿੰਨੀਆਂ ਗੱਲਾਂ ਆਉਣਗੀਆਂ ਸਾਡੇ ਦਰਸ਼ਕਾਂ ਨੂੰ ਜਾਂ ਕਹ ਲਈਏ ਕਿ ਪਸ਼ੂ ਧਨ ਦੇ ਲਈ ਫਾਇਦਾ ਹੀ ਫਾਇਦਾ ਹੈ ਆਹ ਤਾਂ ਵੇਖੋ ਜੀ ਪਸ਼ੂ ਦੇ ਹੁਣ ਅੱਖਾਂ ਦਾ ਰੋਗ ਆ ਪਾਣੀ ਡਿੱਗਣ ਲੱਗ ਜਾਂਦਾ ਆਮ ਦੇਸੀ ਦਵਾਈ ਤੇ ਇਹੀ ਹੈ ਵੀ ਲੂਣ ਘੋਲ ਲੋ ਜੀ ਤੇ ਅੱਗੇ ਤਾਂ ਬੁੱਢੀ ਜਾਨ ਸਾਨੂੰ ਬੰਦੇ ਕਹਿਣਦੇ ਵੀ ਮੂੰਹ ਚ ਪਾਲੋ ਕੁਰਲੀ ਉਹਦੇ ਉੱਤੇ ਮਾਰੋ ਦੂਰ ਫੜ ਕੇ ਅੱਜ ਕੱਲ ਵੱਡੀ ਸਰਿੰਜ ਭਰ ਲੋ ਹਾਂਜੀ ਸੂਈ ਨਾ ਲੱਗੀ ਹੋਵੇ ਮੂਰੇ ਹੂੰ ਕੋਈ ਪਸ਼ੂ ਦੀ ਸਿੱਧੀ ਨਿਸ਼ਾਨੇ ਮਾਰ ਕੇ ਉਹ ਅੱਖ ਦੇ ਕੋਲੇ ਮਾਰੋ ਹਾਂ ਹੁਣ ਅੱਖ ਨੂੰ ਸਵਾਰ ਕੇ ਧੋਤਾ ਚਾਰ ਪੰਜ ਵਾਰੀ ਚੋਰਾਵਾਂ ਆ ਜਾਂਦਾ ਹੂੰ ਤੇ ਜੇ ਹੁਣ ਆਪਾਂ ਸੂਈ ਸਿੱਧੀ ਕਈ ਵਾਰੀ ਪਸ਼ੂ ਗੇੜਾ ਖਾ ਗਿਆ ਸੂਈ ਵੱਜ ਸਕਦੀ ਉਹਦੇ ਵੀ ਨੁਕਸਾਨ ਜ਼ਿਆਦਾ ਹੋ ਸਕਦਾ ਜੀ ਇਹੀਆਂ ਚੀਜ਼ਾਂ ਦਾ ਹੀ ਮੌਕੇ-ਮੌਕੇ ਦੀ ਬਿਮਾਰੀ ਦਾ ਇਲਾਜ ਹੂੰ ਚਲ ਮੈਨੂੰ ਐਸੀ ਜਿੰਨਾ ਕੁਝ ਤੁਹਾਡੇ ਚੇਤੇ ਜਾਂ ਸਾਡੇ ਦਰਸ਼ਕਾਂ ਕੋਲੇ ਪਹੁੰਚ ਜੇ ਕੋਈ ਫਾਇਦਾ ਹੋ ਜੇ ਅੱਗੇ ਚੱਲਦੇ ਆਪਾਂ ਇਹਨਾਂ ਦਵਾਈਆਂ ਤੋਂ ਐ ਤਾਂ ਹੁਣ ਪਸ਼ੂ ਕਈ ਹੂੰ ਤੁਹਾਨੂੰ ਮੈਂ ਦੱਸਦਾ ਜੀ ਜਰੂਰ ਪਸ਼ੂ ਕਈ ਹੁੰਦੇ ਆਈ ਮੁੰਨੀ ਖੜਕਾਈ ਜਾਂਦੇ ਮੁੰਨੀ ਖੜਕਾਉਂਦੇ ਹਾਂ ਖੜਕਾਉਂਦੇ ਰੇਂਜਾ ਰਾਤ ਨੂੰ ਲੱਗਦੇ ਹੂੰ ਰਾਤ ਨੂੰ ਹਾਂ ਕਿਨਾਂ ਸੀ ਮੱਝ ਲਿਆਂਦੀ ਜੀ ਪਾ ਕੇ ਤਾਂ ਮੈਂ ਬੈਗੀ 2 ਘੰਟੇ ਹੂੰ ਥੱਕੀ ਸੀਗੀ ਹੂੰ ਸਾਡੇ ਐਂ ਚਤ ਚਾਈ ਦੋਹਾਂ ਜੀਆਂ ਦੇ ਵਿਆਹ ਮੈਂ ਆਪ ਰੱਖੀ ਹੂੰ ਬਹੁਤ ਚੰਗੀ ਮੈਂ ਆ ਚੰਗਾ ਦੁੱਧ ਦਿੱਤਾ ਹੂੰ ਤੇ ਜਦੋਂ ਉਹ 9 ਵਜੇ ਉਹਨੇ ਸ਼ੁਰੂ ਕਰਤਾ ਮੁੰਨੀ ਖੜਕਾਉਣੀ ਤੇ ਨਾਲ ਹੀ ਮੰਜੇ ਸੀਗੇ ਉਹਨੇ ਸਾਰੇ ਰਾਤ ਸਾਨੂੰ ਨਹੀਂ ਨੀਂਦ ਆਉਂਦੀ ਤੇ ਖੜਕਾਈ ਗਈ ਖੜਕਾਈ ਗਈ ਤੜਕੇ ਮੈਂ ਕਿਸੇ ਇਨਸਾਨ ਨੂੰ ਪੁੱਛਿਆ ਸਿਆਣੇ ਨੂੰ ਵੀ ਸਾਡੀ ਮੈਂ ਮੁੰਨੀ ਖੜਕਾਉਂਦੀ ਆ ਹੂੰ ਉਹ ਕਹਿੰਦਾ ਉਹਦਾ ਕੰਨ ਬੰਨ ਦਿਓ ਸਿੰਘ ਨਾਲ ਹਰਸੀਨਾ ਸਿੰਘ ਨਾਲ ਸਿੰਘ ਦੇ ਨਾਲ ਉਹ ਕੰਨ ਬੰਨ ਲਿਓ ਤਾਂ ਕਰਕੇ ਤਾਂ ਕਰਕੇ ਹੂੰ ਅਸੀਂ ਉਹ ਸਿੰਘ ਬੰਨਤਾ ਕੰਨ ਬੰਨਤਾ ਹੂੰ ਉਹ ਰਾਤ ਨੂੰ ਦੂਜੇ ਪਾਸੇ ਨਾਲ ਲੱਗ ਗਈ ਫਿਰ ਦੂਜੇ ਪਾਸੇ ਹੀ ਬੰਨਤਾ ਹੂੰ ਉਹ ਮੁੰਨੀ ਖੜਕਣੋਂ ਤਾਂ ਹਾੜ ਗਈ ਹੂੰ ਤੇ ਤੜਕੇ ਨੂੰ ਦੋਵੇਂ ਕੰਨ ਸੁੱਜ ਗਏ ਹੂੰ ਕਿਉਂ ਘਟਕੇ ਰੱਸੀ ਬੰਨੀ ਸੀ ਬੰਨੀ ਸੀ ਕੰਨ ਸੁੱਜ ਗਏ ਅਗਲੇ ਦਿਨ ਗਾਹ ਆ ਗਏ ਹੂੰ ਉਹ ਕਹਿੰਦੇ ਇਹ ਕੰਨ ਕਿਵੇਂ ਸੁੱਜੇ ਆ ਹੂੰ ਅਤੇ ਮੈਂ ਮੌਕੇ ਤੇ ਫਾਰਮ ਕੋਈ ਨਾ ਕੋਈ ਆਉਟ ਜਾਂਦੀ ਇਨਸਾਨ ਨੂੰ ਕੀ ਕਿਹਾ ਫਿਰ ਸਾਡੇ ਸਾਹਮਣੇ ਸ਼ੋਰ ਆਜੀਂ ਛिडੀਆਂ ਦਾ ਕੁਝ ਮੱਖੀਆਂ ਸੀਗੀਆਂ ਇਹ ਖਾਏਗੀ ਉਹ ਕੰਨ ਤੇ ਮੱਖੀਆਂ ਲੜ ਗਈਆਂ ਉਹ ਇਸ ਗੱਲ ਨੂੰ ਮੰਨ ਗਏ ਵਾਕਈ ਜਿਹੜਾ ਕੰਨ ਤੇ ਸੋਜ ਆਈ ਹੈ ਇਹ ਮੱਖੀਆਂ ਨਹੀਂ ਆਈ ਵੀ ਆਈ ਹੋਇਆ ਹਾਂ ਤੇ ਹੈ ਆ ਸਰਕਾਰਨ ਕੀ ਸੀ ਉਹ ਸਿੰਘਾਂ ਦੇ ਥੱਲੇ ਪਾਸੇ ਨਿੱਕੇ ਨਿੱਕੇ ਜੀਵ ਹੁੰਦੇ ਆ ਅੱਛਾ ਹਰੇਕ ਪਸ਼ੂ ਦੇ ਹੁੰਦੇ ਆ ਜਦ ਆ ਪਰ ਅਸੀਂ ਖਸਾਰੀਏ 4 ਦਿਨ ਤੇ ਨਹੀਂ ਸਰੋਂ ਦਾ ਤੇਲ ਵਿੱਚ ਨੂਨ ਪਾ ਲੋ ਵੈਚਨਰ ਲਾ ਕੇ ਤਿੰਨ ਚਾਰ ਦਿਨ ਲਾ ਦਿਓ ਉਹ ਪਸ਼ੂ ਜੀਓ ਮਰ ਜਾਣਗੇ ਉਹ ਪਸ਼ੂ ਮੁੰਨੀ ਖੜਕਾਊਗਾ ਹੂੰ ਇਸ ਤਰੀਕੇ ਨਾਲ ਠੀਕ ਹਾਂ ਇਸ ਤਰੀਕੇ ਨਾਲ ਦੇਸੀ ਤਰੀਕਾ ਅੱਛਾ ਇੱਕ ਨਾ ਜੀ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਵਿਚਾਰਾਂ ਬਹੁਤ ਐ ਹਰ ਇੱਕ ਚੀਜ਼ ਨੂੰ ਲੈ ਕੇ ਪਸ਼ੂਆਂ ਨੂੰ ਲੈ ਕੇ ਕਿਹੜੀਆਂ ਵਿਚਾਰਾਂ ਵੀ ਜੇਕਰ ਇਸ ਤਰੀਕੇ ਨਾਲ ਪਸ਼ੂ ਕਰੇ ਤਾਂ ਮਾੜਾ ਐ ਇਸ ਤਰੀਕੇ ਨਾਲ ਕਰੇ ਤਾਂ ਲੈ ਲੋ ਭਾਈ ਇਹ ਘਰ ਨੂੰ ਚੰਗਾ ਐ ਤੇ ਇਹ ਘਰ ਨੂੰ ਘਟਾ ਐ ਉਹ ਤੁਸੀਂ ਵੀ ਮੰਨਦੇ ਹੋ ਹੁੰਦੀਆਂ ਕੋਈ ਵੇਖੋ ਜੀ ਅਸੀਂ ਪਹਿਲਾਂ ਪਹਿਲਾਂ ਸੁਣਦੇ ਰਹੇ ਹਾਂ ਹੂੰ ਵੀ ਪਸ਼ੂ ਦੀ ਪੂਛ ਚੱਕ ਕੇ ਵੇਖਣੀ ਚਾਹੀਦੀ ਆ ਹੂੰ ਉੱਥੇ ਤਿੰਨ ਗੰਡਾ ਨਾ ਹੋਣ ਥੱਲੇ ਵਾਲੇ ਪਾਸੇ ਠੀਕ ਐ ਇੱਕ ਗੰਡਾ ਹੋਵੇ ਤੇ ਲੈ ਲਊ ਠੀਕ ਐ ਜਿਹੜੀ ਪਸ਼ੂ ਦੀ ਜੀਭ ਆ ਹੂੰ ਉਹ ਜੇ ਚਿੱਟੀ ਜੀਭ ਵਾਲਿਆਂ ਨਾਲ ਲਓ ਮਾੜਾ ਇਹ ਉਹ ਮਾੜਾ ਹੂੰ ਪਸ਼ੂ ਘੋੜੀ ਵਾਲਿਆਂ ਨਾਲ ਲਓ ਮੰਨਦੇ ਉਦਲੇ ਪਾਸੇ ਇੱਕ ਮਾੜਾ ਜਿਹਾ ਕੋਲ ਵਾਈਦੀ ਆ ਨੀਵਾ ਥਾਂ ਹੁੰਦਾ ਹੂੰ ਪਰ ਸਾਬ ਪਿਛਲੀਆਂ ਚੀਜ਼ਾਂ ਜਿਹੜੀਆਂ ਕੱਟੀਆਂ ਗਈਆਂ ਅੱਜ ਦੀ ਘੜੀ ਹੂੰ ਕੋਈ ਨਹੀਂ ਮੰਨਦਾ ਹੁਣ ਚੰਗਾ ਕਿਹਨੂੰ ਕਹਿੰਦੇ ਸੀ ਚੰਗੇ ਕਿਹੜੇ ਸੀ ਚੰਗੀ ਦਾ ਉਹ ਸੀ ਜਿਹੜੀ ਜਦੋਂ ਮਗਰ ਲੇਵਾ ਹੋਵੇ ਪਸ਼ੂ ਦਾ ਹੂੰ ਚਾਰੇ ਥਾਨ ਵਿੱਤ ਤੇ ਹੋਣ ਹੂੰ ਉਹ ਪਸ਼ੂ ਸਭ ਤੋਂ ਆਪਾਂ ਦੀ ਵੈਸਟ ਬੰਦੇ ਆ ਉਹ ਥੱਲੇ ਭਾਂ ਦੁੱਧ ਘਾਟ ਹੋਵੇ ਤਾਂ ਵੀ ਸੋਨਾ ਗਿਣਿਆ ਜਾਂਦਾ ਹੂੰ ਤੇ ਜਿਹੜੀਆਂ ਆਹ ਗੱਲਾਂ ਅੱਗੇ ਕੱਟ ਜਾਂਦੇ ਬਿੱਲੀ ਮੂਹਰ ਦੀ ਨਾਂ ਕੀ ਨੰਬਰਦਾਰ ਲੱਗਿਆ ਇਹ ਸਾਡੀਆਂ ਬਣਾ ਬਣਾ ਜੰਗਲ ਹਾਂ ਪਸ਼ੂ ਜਿਹਨੂੰ ਪਸ਼ੂ ਨੂੰ ਅਸੀਂ ਲੈਨੇ ਆਂ ਸਵਾਰੀ ਦੇ ਚਲਾਉਣੇ ਆ ਜੋ ਗੋਹਾ ਕਰਦੇ ਆਹਨ ਜੀ ਇਹ ਤਾਂ ਨਫਾ ਦੇਊਗਾ ਅੱਛਾ ਵੀ ਗੋਹਾ ਕਰਤਾ ਪਸ਼ੂ ਨਹੀਂ ਆਪਾਂ ਨਫਾਈ ਦੇਊਗਾ ਪਰ ਨਹੀਂ ਉਹ ਗੱਲ ਆ ਸਾਹ ਗਲਤੀ ਆ ਹੂੰ ਉਹ ਡਰਿਆ ਪਸ਼ੂ ਗੋਹਾ ਕਰ ਹੀ ਦਿੰਦਾ ਉਹ ਡਰਿਆ ਪਸ਼ੂ ਦੂਜੇ ਥਾਂ ਤੇ ਜਾਂਦਾ ਡਰਦਾ ਹੀ ਡਰਦਾ ਹੀ ਹੁੰਦਾ ਡਰਦੇ ਗੋਹਾ ਕਰਦਾ ਹੋਰ ਉਹ ਤਾਂ ਨਹੀਂ ਆਉਂਦਾ ਹੂੰ ਕਈ ਪਸ਼ੂ ਹੁਣ ਸਾਜ ਨਾਵਾ ਨਾਵਾ ਜੋ ਜੋ ਟੈਕਨੀਕ ਹਰੇਕ ਚੀਜ਼ ਦੀ ਪੈਂਦੀ ਆ ਤਿਆਂ ਤੋਂ ਬੰਦੇ ਨੂੰ ਸਮਝ ਆਉਂਦੀ ਰਹਿੰਦੀ ਆ ਹੂੰ ਫੇਰ ਹੀ ਥੋਕਰਾ ਖਾ ਕੇ ਬੰਦਾ ਬਣਦਾ ਅੱਛਾ ਕਦੇ ਮਾਸਟਰ ਜੀ ਆਏ ਹੋਇਆ ਵੀ ਕਿਸੇ ਸ਼ਕੀਨ ਨੇ ਕਿਹਾ ਹੋਇਆ ਵੀ ਆਪਾਂ ਉਹਨਾਂ ਝੋਟੀ ਭਾਲ ਕੇ ਦਿਓ ਕਾਲੀ ਸ਼ਾ ਕਾਲੀ ਹਾਂਜੀ ਤੋ ਕਿ ਬੱਲੀ ਰੰਗ ਕਰਕੇ ਵੇਚੀ ਹੋਵੇ ਬਾਦੂ ਇਹ ਕੰਮ ਤਾਂ ਆਪਨ ਬਹੁ ਜੀ ਆਉਂਦਾ ਹਾਂ ਬੰਦਾ ਹਾਂ ਬੰਦਾ ਸ਼ਕੀਨ ਹੁੰਦਾ ਕਾਲੀ ਮਾਸਟਰ ਜੀ ਪੂਰੀ ਸ਼ਾ ਕਾਲੀ ਪਾਉਂਦਾ ਨਹੀਂ ਵੇਖੋ ਜੀ ਜਦੋਂ ਜਿਹੇ ਚੀਜ਼ ਦੀ ਕੋਈ ਡਿਮਾਂਡ ਰੱਖਦਾ ਜੇ ਥੋੜਾ ਵੱਡਾ ਉਹਨੂੰ ਰੰਗ ਦਿੰਨੇ ਆ ਪੈਰ ਵੀ ਰੰਗ ਦਿੰਨੇ ਆ ਅੱਛਾ ਉਹ ਦੱਸ ਦਿਓ ਮਾੜਾ ਜਿਆ ਕਿਹੜਾ ਰੰਗ ਰੰਗ ਹੁੰਦਾ ਅਸੀਂ ਲਾ ਲਈ ਜਿਹੜੀ ਆਪਾਂ ਕਲਫ ਲਾਉਣੀ ਹੈ ਉਹੀ ਰੰਗ ਦੀ ਅੱਛਾ ਉਹ ਕਲਫ ਉਹੀ ਕਲਫ ਲਾਉਣੀ ਤੁਜੇਰੇ ਮਹੀਨੇ ਬਾਅਦ ਪੂਰੀ ਜੀ ਹੁੰਦੀ ਏ ਫੇਰ ਪਤਾ ਲਾ ਪੰਜਵੀਂ ਸੀਮੇ ਜਨੂੰ ਲੈਣ ਲੱਗ ਜਾ ਫੇਰ ਪਤਲਾ ਦਾ ਮਾਸਟਰ ਜੀ ਆ ਕੀ ਦੇਗੇ ਉਹਦਾ ਜੀ ਜਿਵੇਂ ਸਾਡੇ ਨਾਲ ਹੋਈ ਜਾਂਦੀ ਆ ਆਪਾਂ ਘਾਗ ਰੀ ਜਾਂਦੇ ਆ ਪਰ ਤਕਨੀਕ ਹੋਣੀ ਚਾਹੀਦੀ ਉਹ ਕਲਫ ਤੁਸੀਂ ਲਾ ਸਕਦੇ ਹੋ ਆਪਣਾ ਜਿੱਥੇ ਬੱਲ ਹੋਵੇ ਉੱਥੇ ਪੈਰਾਂ ਤੇ ਲਾ ਦਿੰਨੇ ਪੈਰਾਂ ਤੇ ਜੇ ਸਿਰ ਤੇ ਤੇ ਕਾਲੀ ਸ਼ਾਹ ਕਾਲੀ ਕਰਕੇ ਕਾਲੀ ਸ਼ਾਹ ਤਾਂ ਜਿਹੜਾ ਹੁਣ ਮਤਲਬ ਕਲਫਾ ਇਹੀ ਲਾਦੀ ਪਸ਼ੂ ਦੇ ਉੱਤੇ ਉੱਤੇ ਚੰਗਾ ਤੇਲ ਲੱਗਿਆ ਹੋਵੇ ਪਸ਼ੂ ਆਪ ਹੀ ਚਮਕਣ ਲੱਗ ਅੱਛਾ ਕੋਈ ਪਰਖ ਦੱਸ ਦਿਓ ਕਿ ਮੇਰੇ ਵਰਗਾ ਲੈਣ ਜਾਵੇ ਤੁਹਾਨੂੰ ਪਤਾ ਲੱਗ ਜੇ ਭਾਈ ਕਲਫਾ ਲਈ ਜਾਂਦਾ ਉਹ ਤਾਂ ਜੇ ਆਪਾਂ ਉਹਦੇ ਪਿੰਡੇ ਤੇ ਹੱਥ ਘਸਾ ਕੇ ਵੇਖਾਂਗੇ ਤੇ ਆਪਣੇ ਹੱਥ ਨਾਲ ਕਾਲਸ ਲੱਗੂ ਲੱਗੂ ਉੱਥੋਂ ਪਤਾ ਲੱਗ ਜਾਂਦਾ ਪੁੱਠੋ ਪਤਾ ਲੱਗ ਜਾਂਦਾ ਵੀ ਇਹ ਕੋਈ ਚੀਜ਼ ਲਾਈ ਵੀ ਆ ਹੂੰ ਹੁਣ ਸਾਈਕਲ ਦੀ ਟਿਊਬ ਆ ਹੂੰ ਹੁਣ ਸਾਰ ਲਓ ਬੱਠਲ ਚ ਹੂੰ ਬਟ ਦੋਤਾਂ ਟੋਟੇ ਛੋਟੇ ਕਰਕੇ ਹੂੰ ਉਹ ਜਮਾ ਸਵਾਹ ਬਣ ਜੂ ਉਹ ਤੇਰ ਲਾ ਲਓ ਜੀ ਸਰੋਂ ਲਾ ਉਹ ਸਿੰਘਾਂ ਤੇ ਲਾ ਦਿਓ ਨੀਤੇ ਲਾ ਦਿਓ ਉਹ ਛੋਟੇ ਹੱਥ ਨਾਲ ਨਹੀਂ ਲੱਗੂਗਾ ਅੱਛਾ ਵੀ ਹੱਥ ਮਾਰੇ ਤੋਂ ਐ ਕਰਕੇ ਉਹ ਨਹੀਂ ਪਾਣੀ ਉਹ ਵਹੀ ਚੀਜ਼ ਐ ਸਿੰਘ ਨੂੰ ਵੀ ਕਾਲਾ ਕਰ ਦਿੰਦੀ ਸੋਹਣਾ ਲੱਗਦਾ ਸਿੰਘ ਹੂੰ ਬਾਕੀ ਜਿੰਨਾ ਪਸ਼ੂ ਨੂੰ ਬਿਊਟੀ ਬਾਰ ਦੇ ਭੇਜਾਂਗੇ ਉਹਨੇ ਹੀ ਚੰਗਾ ਸੋਹਣਾ ਲੱਗਦਾ ਉਹਨੇ ਤੁਸੀਂ ਤਾਂ ਖੈਰ ਵਪਾਰ ਛੱਡ ਕੇ ਪਸ਼ੂ ਵਾਲਾ ਬਿਊਟੀ ਪਾਰਲਰ ਵੀ ਖੋਲ੍ਹ ਸਕਦੇ ਹੋ ਤੁਹਾਡੇ ਕੋਲ ਤਾਂ ਬਹੁਤ ਨੁਕਤੇ ਆ ਨੇ ਨੁਕਤੇ ਤਾਂ ਬਹੁਤ ਆ ਜੀ ਅਸੀਂ ਥੋੜੇ ਜੇ ਦੂਜੇ ਪਾਸੇ ਹੋ ਜਾਈਏ ਨੇ ਕਈ ਵਾਰੀ ਵਿਹਾਂ ਸ਼ਾਦੀਆਂ ਦੇ ਪਾਸੇ ਰਿਸ਼ਤਾ ਕਰਾਉਂਦਾ ਸਾਨੂੰ ਉਦੋਂ ਵੀ ਸ਼ੌਂਕ ਆ ਅੱਛਾ ਪੈਗ ਲਾ ਲੈਨੇ ਨਹੀਂ ਨਹੀਂ ਜੀ ਇਹ ਕੰਮ ਤੋਂ ਬਾਹਰ ਆ ਜੀ ਨਸ਼ੇ ਤੇ ਕੋਲ ਤੋਂ ਬਾਹਰ ਮੈਂ ਤਾਂ ਪੁੱਛਣਾ ਕਈ ਹੁੰਦਾ ਨਾ ਕਿ ਭਰਾ ਬਣਾ ਕੇ ਸ਼ਾਮ ਨੂੰ ਫੇਰ ਵੀ ਬੰਦੇ ਪਸ਼ੂ ਲੈ ਲੈਂਦੇ ਆ ਨਹੀਂ ਬਿਲਕੁਲ ਗੱਲ ਆਪਾਂ ਤਾਂ ਜਾਵਾਂ ਨਸ਼ੇ ਤੋਂ ਜੇ ਇੱਕ ਟੀਚਰ ਨਸ਼ੇ ਵਿੱਚ ਆਦੀ ਹੋ ਗਿਆ ਤਾਂ ਬੱਚਿਆਂ ਨੇ ਹੋਣਾ ਹੀ ਹੈ ਆਪਾਂ ਉਹਨਾਂ ਨੂੰ ਕਹਿ ਨਹੀਂ ਸਕਦੇ ਪੁੱਤ ਤੂੰ ਇਹ ਕੀ ਕਰਦਾ ਜਦੋਂ ਆਪਾਂ ਖੁਦ ਕਰੀ ਜਾਂਦੇ ਹੂੰ ਇਹ ਤਾਂ ਕੰਮ ਆਪਾਂ ਬਿਲਕੁਲ ਨਸ਼ੇ ਤੋਂ ਤਾਂ ਜਾਵਾਂ ਇੱਕ ਨਵਾਂ ਹੀ ਪੇਸ਼ੇ ਦਾ ਵੀ ਆਪਾਂ ਨੂੰ ਹੈ ਨਹੀਂ ਕੋਈ ਆਵਲ ਜਿੰਦਗੀ ਵਿੱਚ ਕੋਈ ਪੂਰੀਆਂ ਕਮੀਆਂ ਨਾਲ ਭਰਿਆ ਹੋਇਆ ਪਸ਼ੂ ਵੀ ਇਹਦੇ ਚ ਤੇ ਸਾਰੀਆਂ ਹੀ ਕਮੀਆਂ ਹੈ ਤੇ ਬਹੁਤ ਮਿਲਦੀ ਹੈ ਜੀ ਉਹ ਵਿੱਚ ਆ ਹੋਵੇ ਕੋਈ ਸਕੀਮ ਲਾ ਕੇ ਮਿਲਦੀ ਹੈ ਉਹ ਜ਼ਰੂਰ ਦੱਸਿਓ ਕਿ ਸਕੀਮ ਲਾ ਕੇ ਵਿੱਚ ਤਾਂ ਮੈਂ ਤੁਹਾਡੇ ਲਾਲਬਾਈ ਜਾਵ ਰਿਹਾ ਜੀ ਛੜਕ ਤੇ ਤੁਰੀ ਜਾਂਦੀ ਸੀ ਆਮ ਤਿੰਨ ਚਾਰ ਬੰਦੇ ਬੈਠੇ ਸੀ ਬਾਹਰ ਮਾ ਕਾ ਵਾਪੀ ਜੀ ਕੋਈ ਪਸ਼ੂ ਵੇਚਦਾ ਵਕੈਸ ਕਰੇ ਗਾਂ ਬਕਾਉਗਾ ਹੂੰ ਅਸੀਂ ਜਾਵੜੇ ਜੀ ਉਹ ਜ਼ਿਮੀਂਦਾਰ ਗਾਂ ਨੂੰ ਪਾਣੀ ਪੀਈ ਜਾਂਦਾ ਸੀ ਹੂੰ ਮਾ ਕਾ ਮਾਤਾ ਜੀ ਕਿਹੜੀ ਪਸ਼ੂ ਵੇਚਿਆ ਕਾ ਵੇਖੋ ਪੇ ਕੱਖ ਵੇਖ ਲਈ ਹੂੰ ਉਹਨੇ ਮੈਂ ਤੋਰ ਕੇ ਵਿਖਾਤੀ ਹੂੰ ਬੰਨਤੀ ਆਥਰ ਫੇਰਤਾ ਉਹਨੇ ਮੈਂ ਹੀ ਫੇਰ ਲਿਆ ਹੱਥ ਹੂੰ ਤੇ ਮੈਂ ਆਪ ਜੀ ਨੇ ਸਾਰਾ ਪਸ਼ੂ ਨੂੰ ਪਰਖਿਆ ਜੀ ਪਰ ਜਿਹੜੀ ਅਸਲ ਪਰਖਣ ਵਾਲੀ ਗੱਲ ਰਹਿ ਗਈ ਸੀ ਉਹ ਤੁਹਾਨੂੰ ਭੱਜ ਹੋ ਗਈ ਹੂੰ ਉਹ ਤੁਹਾਨੂੰ ਦੱਸ ਦਾਂ ਮੈਂ ਜਰੂਰ ਸੌਦਾ ਸਾਡਾ ਹੋ ਗਿਆ ਹੂੰ ਬਿਆਨਾ ਦੇਤਾ ਵੀ ਕੱਲ ਨੂੰ ਪੈਸੇ ਲੈ ਕੇ ਚਿਗਾਂ ਲੈ ਜਾਵਾਂਗੇ ਜੀ ਗਾਂ ਮੰਡੀ ਤੇ ਵੇਚ ਵੀ ਦਿੱਤੀ ਹੂੰ ਤੇ ਜਦੋਂ ਮੈਂ ਮੌੜੀ ਮਹੀਨੇ ਤੋਂ ਮੰਡੀ ਤੋਂ ਗਾਹਕ ਆਇਆ ਕਹਿੰਦਾ ਮਾਸਟਰ ਮੈਨੂੰ ਗਾਂ ਨਹੀਂ ਦੇ ਗਿਆ ਤੂੰ ਅੱਛਾ ਮੈਂ ਕਹੀ ਇਹ ਤਾਂ ਹੋ ਹੀ ਨਹੀਂ ਸਕਦਾ ਕਹਿੰਦਾ ਅੱਜੇ ਵੀ ਮੌੜੀ ਨੌਰੀ ਚ ਖੜੀ ਗਾਂ ਹੂੰ ਤੈਨੂੰ ਦਿਖਾ ਦਿੰਨਾ ਮੈਂ ਅਸੀਂ ਪਸ਼ੂ ਵੇਚ ਕੇ ਉਹਨਾਂ ਦੇ ਕੋਲੇ ਜਾਵੜੇ ਉਹਨੇ ਸਾਨੂੰ ਗਾਂ ਵਿਖਾਈ ਵੀ ਆ ਵੇਖ ਜਦੋਂ ਗਾਂ ਦਾ ਰੱਸਾ ਫੜ ਲਈ ਆਪਾਂ ਤੁਰ ਪਈਏ ਤਾਂ ਗਾਂ ਮਗਰ ਤੁਰ ਪਈ ਤੁਰ ਪਈ ਜਦੋਂ ਆਪਾਂ ਖੜ ਜੀਏ ਗਾਂ ਖੜ ਜੀ ਹੂੰ ਉਹਨੇ ਖੇਲਤੀ ਲਾਤੀ ਉਥੇ ਪਾਣੀ ਉੱਥੇ ਹੀ ਖੜੀ ਰਹੀ ਗਾਂ ਹੂੰ ਬਾਸੇ-ਬਾਸੇ ਹੋਈ ਨਹੀਂ ਕਹਿੰਦਾ ਜੇ ਇਹਨੂੰ ਦੇਖਦਾ ਹੁੰਦਾ ਤੇ ਆਸ-ਪਾਸੇ ਹੁੰਦੀ ਆਪਦੇ ਬੱਚੇ ਕੋਲੇ ਆਉਂਦੀ ਉਹ ਭੱਜ ਕੇ ਹਾਂ ਬਿਲਕੁਲ ਮੈਂ ਕਹੀ ਫਿਰ ਇਹਦੀ ਕੀ ਤਕਨੀਕ ਆ ਉਹ ਕਹਿੰਦਾ ਅੱਖ ਦੇ ਤਸਿਆਂ ਅੱਥ ਮਾਰ ਕੇ ਵੇਖੋ ਹੂੰ ਵੀ ਆ ਪਸ਼ੂ ਫਰਕਦੇ ਹੀ ਨਹੀਂ ਅੱਖ ਨੂੰ ਹੂੰ ਅੰਦਰ ਆਣੇ ਨੂੰ ਫੇਰਦੇ ਹੀ ਨਹੀਂ ਇਹਦਾ ਮਤਲਬ ਪਸ਼ੂ ਹੀ ਡਿਫੈਕਟ ਆ ਹੂੰ ਤੇ ਜੇ ਪਸ਼ੂ ਡਰਦਾ ਤੁਨੋਂ ਅੱਖ ਫੇਰੂਗਾ ਭੱਜੂਗਾ ਉਧਰ ਨੂੰ ਅੱਖ ਮੀਚੂਗਾ ਫਿਰ ਪਸ਼ੂ ਦਾ ਮਤਲਬ ਸਹੀ ਹੈ ਹੂੰ ਕੋਈ ਵੇਖਿਆ ਨਹੀਂ ਅਸੀਂ ਉਹ ਤੋਂ ਬਾਅਦ ਪਤਾ ਲੱਗਾ ਹੂੰ ਜੇ ਹੁਣ ਪਸ਼ੂ ਲੈਣ ਜਾਣੇ ਆ ਛੋਟੀ ਕੱਟੀ ਲੈਣੀ ਆ ਹੂੰ ਉਹਦੇ ਜਾਂ ਛੋਟੀ ਬੱਛੀ ਲੈਣੀ ਆ ਉਹਦੀ ਥਣ ਜ਼ਰੂਰ ਵੇਖੋ ਬਿਲਕੁਲ ਅੱਜ ਇਸ ਮੰਡੀ ਤੇ ਆ ਕੇ ਗਿੱਦੜੀ ਵਿੱਚ ਪੁਰਾਣੇ ਕਿਹੜਾ ਆਏ ਸੀ ਹੂੰ ਤੇ ਗਿੱਦੜੀ ਦੇ ਛੋੜੇ ਛੋੜੇ ਮੁੰਡੇ ਨਿੱਕੇ ਨਿੱਕੇ ਤੇ 12 12 13 13 ਸਾਲ ਦੇ ਹੂੰ ਕੱਟੀ ਲਈ ਹੁਣ ਮੈਂ ਕਹ ਆ ਵੀ ਇਹ ਤਾਂ ਕੀ ਰੇਟ ਆ ਉਹ ਕੰਨੇ ਜਿਹੜਾ ਇੱਕ ਹਜ਼ਾਰ ਰੇਟ ਆ ਮੈਂ ਕਹ ਜਾਰੇ ਆ ਉਹ ਕਹ ਜਾਂ ਤੂੰ 900 ਦੇ ਜਾ ਉਹਨਾਂ ਨੂੰ ਨਹੀਂ ਪਤਾ ਸੀ ਵੀ ਮੜਾ ਮੋੜਾ ਕੰਮ ਜਾਣਦਾ ਹੂੰ ਮੈਂ ਕਹ 400 ਦੇ ਦਿੰਨੇ ਹੂੰ ਕਹਦੇ ਨਹੀਂ ਘਰ ਦੇ ਲੜਨਗੇ ਵੀ 400 ਚ ਨਹੀਂ ਹੂੰ ਕਰਦੇ ਕਰਾਂ 450 ਜੋ ਕੱਟੀ ਲੈ ਲਈ ਹੂੰ ਜਿਹੜੇ ਘਰ ਦੇ ਪੈਸੇ ਬੜਾਈ ਸਮਾਨ ਨੂੰ ਉਥੇ ਹੀ ਲਾਤੀ ਗਾਂਜ ਨੂੰ ਮੰਡੀ ਚ ਕੱਟੀ ਲੈ ਗਿਆ ਮੈਂ ਤੇ ਪੈਸੇ ਲਾਉਣ ਲੱਗੇ ਮੈਨੂੰ ਇਹ ਕਹਿੰਦਾ ਉਹੀ ਕੱਟੀ ਆ ਉਹ ਜਿਹੜੀ ਤਿੰਨ ਥਾਂ ਉਹ ਹੀ ਤਾਂ ਕੱਟੀ ਆ ਇਹ ਜਦੋਂ ਮੈਂ ਉਹਨੂੰ ਥੱਲੇ ਹੋ ਕੇ ਵੇਖਿਆ ਉਹਦੇ ਤਿੰਨ ਥਾਂ ਮੈਂ ਖੇ ਤਾਂ ਪੰਗੇ ਹੀ ਲੈ ਲੈ ਤਾਂ ਹੁਣ ਕੱਟਾਂ ਵਾਲੇ ਭਾਣਾ ਲੈ ਜਾਣ ਉਹ ਹੋਰ ਤਾਂ ਕੋਈ ਲੈਂਦਾ ਨਹੀਂ ਹੂੰ ਫਿਰ ਤਕਨੀਕ ਸੁਜੀ ਕਹਿੰਨੇ ਦਿਮਾਗ ਤੋਂ ਕੰਮ ਲਾਓ ਹੂੰ ਫਿਰ ਉੱਥੇ ਥੋੜਾ ਜਿਹਾ ਪਾਣੀ ਸੀਟ ਖੜਾ ਹੂੰ ਕੁਝ ਬੁਹਾਤੀ ਉਹ ਅੱਛਾ ਉਹ ਬੈ ਕੇ ਲਿਬੜ ਗਈ ਗਾਰਾ ਧਾਣਾ ਨੂੰ ਲੱਗ ਗਿਆ ਹੂੰ ਤੇ ਜਿਹੜਾ ਲਵੇ ਉਹ ਵੇਖੇ ਹੀ ਨਾ ਕਿ ਉਹ ਗਾਰਾ ਲੱਗਿਆ ਸੀ ਉਹ ਥਾਣੇ ਟਿਕਨੀ ਇਹਨਾਂ ਪਤਾ ਲੱਗੀ ਬੁਹਾਈ ਤੇ ਤਾਂ ਸੀ ਗਿਰ ਲਿੜੂਗੀ ਲਿਬੜੂਗੀ ਪਤਾ ਹੀ ਲੱਗਣਾ ਤੇ ਨਾਲ ਦੀ ਨਾਲ ਵੇਚਤੀ 20 ਮਿੰਟਾਂ ਚ ਜਦੋਂ ਗਾਰੇ ਜਿ ਲਿਬੜ ਗਈ ਫਿਰ ਵੇਖ ਗਈ ਫਿਰ ਕਿੰਨੇ ਦੀ ਵੇਚਤੀ ਫਿਰ 720 ਕਿਆ ਬਾਤ ਵੀ ਮੈਂ ਹਰ ਇੱਕ ਤਾਂ ਨਾਲ ਦੀ ਨਾਲ ਸੋਝੀ ਕਰਨੀ ਪੈਂਦੀ ਐ ਇੱਥੋਂ ਆਏ ਹੋਗੇ ਤੇ ਇੱਧਰ ਆਏ ਹੋਗੇ ਹਾਂ ਹੂੰ ਕਾਟੇ ਸੁਣੋ ਵੀ ਆ ਕਾਟੇ ਵਾਲਿਆਂ ਗੱਲਾਂ ਵੀ ਬਹੁਤ ਸਾਨੂੰ ਵੀ ਚਾਰ ਜਾਂਦੇ ਚਾਰ ਜਾਂਦੇ ਆ ਅਸੀਂ ਕਿਰਾਂ ਸਰਾਜ ਵਾਲਾ ਪਿੰਡ ਆ ਹੂੰ ਇੱਥੋਂ ਮੈਂ ਲੈ ਲਈ ਹੂੰ ਉਹ ਬਾਜੀਗਰ ਨੇ ਕਹਿੰਦੀ ਇਹ ਥੱਲੇ 5 ਕਿਲੋ ਤੋਂ ਦੇ ਹੂੰ ਅਸੀਂ ਕਿ 2.5 2.5 ਕਿਲੋ ਸਾਨੂੰ ਦੁੱਧ ਮਨਜ਼ੂਰ ਹੈ ਇੰਨਾ ਹੂੰ ਉਹਨੇ ਉਹਦੇ ਆਥ ਨੇ ਗਾਂ ਮੈਂ ਚੋਈ ਨਾ ਹੂੰ ਕਹਿੰਦੀ ਮੈਂ ਤਾਂ ਹੁਣ ਤਾਂ ਚੋਹੜੀ ਬਾਈ ਹੂੰ ਤੜਕੇ ਆ ਜਾਓ ਤੁਸੀਂ ਅਸੀਂ ਕਿ ਤੜਕੇ ਆ ਜਾਾਂਗੇ ਅਸੀਂ ਆਪਦੇ ਪਿੰਡੋਂ ਸਾਈਕਲ ਚੱਕ ਕੇ ਤੇ ਜਾਵੜੀ ਹੂੰ ਜਦੋਂ ਮੈਂ ਚੋਈ ਇਹ ਦੁੱਧ ਸਾਰਾ ਫੇਰ ਵੀ 2 ਕਿਲੋ ਨਿਕਲੇ ਹੂੰ ਮਾਕੇ ਤੂੰ ਹੀ ਤਾਂ ਕਹਿੰਸੀ ਭਾਈ ਕਿ ਢਾਈ ਤਿੰਨ ਕਿਲੋ ਦੁੱਧ ਹੈ ਹੂੰ ਇਹਦਾ ਦੁੱਧ ਹੀ 2 ਕਿਲੋ ਆ ਹੂੰ ਭਾਈ ਬੱਚਾ ਚੋਂ ਗਿਆ ਰਾਤ ਸਾਨੂੰ ਪਤਾ ਨਾ ਲੱਗਿਆ ਅੱਛਾ ਮਾਕੇ ਫੇਰ ਆ ਸ਼ਾਮ ਨੂੰ ਫੇਰ ਚੋ ਕੇ ਵੇਖ ਲਾਂਗੇ ਫੇਰ ਆ ਜਾਨੀ ਹਾਂ ਹੂੰ ਉਹਦੇ ਘਰ ਵਾਲਾ ਕਹਿੰਦਾ ਮਿੱਤਰਾ ਇਹ ਨਹੀਂ ਦੁੱਧ ਦਿੰਦੀ ਹੈ। ਤੁਲੇ ਜਾਣੀ ਇਹ ਲੈ ਜਾਂ ਨਹੀਂ ਲੈ ਜਾਂ ਤੇਰੀ ਮਰ। ਹਾਂ। ਚਲ ਮੈਂ ਕਹੀ ਥੋੜੀ ਬੋਲ ਸਮੰਨਣੇ ਸਾਂ 200 ਛੱਡ ਦਿਓ। ਹੂੰ। ਅਸੀਂ ਫਿਰ ਆਪੇ ਚਲ ਦੁੱਧ ਬਣਾਉਂਦੇ ਫਿਰਾਂਗੇ। ਹੂੰ। ਵੀ ਉਹ ਲੈ ਲਈ ਆਪਾਂ। ਹੂੰ। ਮੈਂ ਤਾਂ ਚਾਰ ਜਾਂਦੇ ਸਾਨੂੰ ਪਾ ਜੇ ਵੀ ਚਾਰ ਜਾਂਦੇ। ਇਹੋ ਜੀ ਦੁਨੀਆ ਪਈ ਐ। ਟਰੈਕ ਇਹੋ ਜਿਹਾ ਖੇਡਦੀ ਆ। ਵੀ ਛੱਡ ਦਿਓ ਗੱਲ ਤੋਂ। ਹੂੰ। ਪਰ ਫਿਰ ਵੀ ਜੇ ਕਿਤੇ ਗਲਤੀ ਖਾ ਜਾਂਦੇ ਉਹਨੂੰ ਦਰਾਓ ਵੀ ਫਲਾਣੇ ਵੀਰੇ ਸਾਥੋਂ ਹੋ ਗਈ ਸੀ। ਹੁਣ ਨਾ ਹੋਵੇ। ਹਾਂ। ਨਵੀਂ ਵੀਡੀਓ ਇਹ ਕਹਿੰਦੇ ਜੇ ਗਲਤੀ ਕੀ ਨਾ ਖਾ ਗਿਆ ਉਦੋਂ ਪ੍ਰਮਾਤਮਾ ਨਾਲੋਂ ਖਾ ਗਿਆ ਤਾਂ ਫਿਰ ਕੀ ਹੋਗੇ ਹਾਂ ਹੁਣ ਗਾਂ ਨੂੰ ਸੁਧਰੂ ਗਾਂ ਨੂੰ ਨਹੀਂ ਕਰਨੀ ਇਹ ਨਾ ਹੋਵੇ ਵੀ ਆਪਾਂ ਗਾਂ ਨੂੰ ਅੱਖਾਂ ਮੀਚ ਕੇ ਫੇਰ ਜੀਨ ਲੈ ਲਈ ਹੂੰ ਤੋੜ ਕੇ ਪਸ਼ੂ ਨੂੰ ਤਾਂ ਵੇਨੇ ਅਸੀਂ ਜਦੋਂ ਆਪਾਂ ਤੋੜਦੇ ਹਾਂ ਇੱਕਦਮ ਸ਼ਰਨ ਨਾ ਹੋਵੇ ਹੂੰ ਸ਼ਰਨ ਨਾ ਮਗਰਲੇ ਬਾਅਦ ਪਸ਼ੂ ਰਗਟਾਕੜੀ ਹੀ ਜਾਂਦੀ ਹੈ ਹੂੰ ਪੈਰ ਨਹੀਂ ਲਾਉਂਦਾ ਪਸ਼ੂ ਹੂੰ ਇੱਕ ਪਸ਼ੂ ਵੀ ਗਾਂ ਨੂੰ ਤੁਰਨ ਵਿੱਚ ਲੇਵਾ ਵਿਖਾਉਂਦਾ ਕਿ ਨਹੀਂ ਵਿਖਾਉਂਦਾ ਹੂੰ ਜੇ ਤਾਂ ਗਾਂਾਂ ਨੂੰ ਲੇਵਾ ਵਿਖਾਉਂਦਾ ਗਾਉ ਨੂੰ ਜਾਂਦਾ ਰਿਹਾ ਫੇਰ ਤਾਂ ਉਹਦੀ ਮਾਰਕੀਟ ਘੱਟ ਹੈ ਜੇ ਪਿੱਛੇ ਆ ਫਿਰ ਉਹਦੀ ਆਪਾਂ ਡੋਰਪੀਏ ਜਿਉ ਗਈ ਠੀਕ ਹੈ ਪਰ ਜ ਨੂੰ ਲੈਨਵੇਰ ਬਰ ਨਿਜਮ ਹੀ ਇਹ ਹੁੰਦੇ ਹੂੰ ਤੋੜ ਕੇ ਜਰੂਰ ਵੇਖਣਾ ਮਾਸਟਰ ਜੀ ਇੱਕ ਗੱਲ ਹੋਰ ਵੀ ਹੈ ਕਿ ਵਪਾਰ ਦੇ ਕਹਿੰਦੇ ਘਰ ਬਹੁਤ ਦੂਰ ਹੈ ਦੂਰ ਹੈ ਜੀ ਬਹੁਤ ਥੋੜੇ ਬੰਦੇ ਕਾਮਯਾਬ ਹੁੰਦੇ ਆ ਤੇ ਬਹੁਤੇ ਬੰਦੇ ਫੇਲ ਹੁੰਦੇ ਇਹਦੇ ਚ ਇਥੋਂ ਜ਼ਿਕਰ ਕੀ ਜਿਹੜਾ ਕੋਲੇ ਹੁੰਦਾ ਉਹ ਵੀ ਵਿਕ ਜਾਂਦਾ ਹੈ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਕਿਹੜਾ ਮੰਨਦੇ ਹੋ ਤੁਸੀਂ ਵੀ ਆਹ ਕਾਰਨ ਹੈ ਜਿਹੜਾ ਵਪਾਰੀ ਡੋਪਦਾ ਹੈ ਵਪਾਰੀ ਡੁੱਬਣ ਦੇ ਕਈ ਕਾਰਨ ਹੈ ਜੇ ਕਈ ਪਸ਼ੂ ਲੈ ਲੈਂਦੇ ਆ ਜਦੋਂ ਕਿਸੇ ਦੇ ਪੈਸੇ ਆਪਾਂ ਦੇਣੇ ਆ ਹੂੰ ਮੂਹਰੋਂ ਆਪਣੇ ਸਰ 2 ਲੱਖ ਰੁਪਏ ਚੜ ਗਿਆ ਪਸ਼ੂਆਂ ਦਾ ਹੂੰ ਆਪਾਂ ਸਰ ਪਸ਼ੂ ਮਹਿੰਗਾ ਚੱਕਾਂ ਹੂੰ ਉਹਨੂੰ 6 ਦੀ ਵੇਚ ਕੇ ਲੋਕਾਂ ਦੂਜਿਆਂ ਨੂੰ ਵੰਡੀ ਜੇ ਕੁਸਣਾ ਕੁਸਾ ਆਪਾਂ ਹੂੰ ਉਦੋਂ ਮਾਰ ਖਾ ਜਾਂਦੀ ਏ ਇੱਕ ਆ ਜਦੋਂ ਡਰਿੰਕ ਕਰਕੇ ਪਸ਼ੂ ਨੂੰ ਲੈਣਾ ਉਦੋਂ ਜਾਂ ਡਰਿੰਕ ਕਰਕੇ ਵੇਚਣਾ ਹੂੰ ਉਹਨੂੰ ਤਾਂ ਫਿਰ ਮਾਰ ਹੀ ਮਾਰ ਉਦੋਂ ਤਾਂ ਫਿਰ ਦਿਮਾਗ ਚੋਂ ਨਿਕਲੀ ਹੁੰਦੀ ਉਹੋ ਗੱਲ ਦਿਮਾਗ ਚੋਂ ਨਿਕਲੀ ਇਹ ਕੀ ਕਰ ਦੂਗੀ ਇਹ ਕਿਲਾ ਢਾ ਦੂ ਇੱਕ ਫਲਾਨਾ ਕਰ ਦੂ ਹਮ ਮਤਲਬ ਉਹ ਸੋਚ ਗਲਤ ਹੋ ਜਾਂਦੀ ਉਹਨਾਂ ਦੀ ਹਮ ਪਸੂ ਹਰ ਇੱਕ ਨਫਾ ਦਿੰਦਾ ਹੈ ਪਰ ਉਹਨਾਂ ਨਫਾ ਨੂੰ ਟੈਕਨੀਕ ਨਾਲ ਘਰੇ ਨਹੀਂ ਵਰਤਦੇ ਹਮ ਜਾਂ ਉਹਨੂੰ ਸਮਝਣਾ ਨਹੀਂ ਲਾਉਂਦੇ ਉਦੋਂ ਜੇ ਅੱਜ 5000 ਬਣਾਇਆ ਤਿੰਨ ਲਾ ਦੋ ਕੀ ਹੁੰਦਾ ਯਾਰ ਇਹ ਇਦਾਂ ਹੋ ਜਾਂਦਾ ਹੈ ਵੀ ਮਤਲਬ ਲਾ ਰਾਂਗੇ ਤਾਂ ਫੇਰ ਕੀ ਹੁੰਦਾ ਹੈ ਜਿਹੜੇ ਵੀ ਰੋ ਮਾਰਦੇ ਵੀ ਤੈਨ ਮੈਂ ਲਾਤਾ ਤਾਂ ਫੇਰ ਕੀ ਹੋ ਫੇਰ ਕੀ ਹੋ ਗਿਆ ਦੋ ਤਰ੍ਹਾਂ ਦੇ ਨਹੀਂ ਦੇਖਣਾ ਵੀ ਤੈਨ ਦੇ ਵਿੱਚ ਦੋ ਗੱਟੇ ਆਉਂਦੇ ਸੀ ਆਪਾਂ ਇਹਨਾਂ ਨੂੰ ਪਾਉਣੇ ਪਾਉਣੇ ਸੀ ਜੇ ਜ ਕੋਈ ਖਾਣੇ ਹੋਰ ਚੀਜ਼ਾਂ ਖਾਣ ਪੀਣ ਬਹੁਤ ਬਣੀ ਆ ਹੂੰ ਉਹ ਵੀ ਖਾ ਪਕ ਸਕਦੇ ਆ ਪਰ ਰਲ ਕੇ ਜਦੋਂ ਐਸ ਤਰ੍ਹਾਂ ਹੋਣ ਲੱਗ ਜਾਂਦੇ ਉਹ ਬੰਦੇ ਨੂੰ ਘਾਟੇ ਦੇ ਚਾਂਸ ਸੀ ਅੱਛਾ ਮੇਰੇ ਨਾਲ ਨਾ ਇੱਕ ਮੇਰਾ ਸਾਥੀ ਹੈ ਮੇਰਾ ਸਟੂਡੈਂਟ ਵੀ ਹੈ ਮੇਰੇ ਪਿੰਡ ਦਾ ਵੀ ਹੈ ਗਰਸੇਵਕ ਹਾਂਜੀ ਉਹ ਨੂੰ ਬਹੁਤ ਚਿਰ ਦਾ ਕਹਿੰਦਾ ਕਿ ਵਿਆਹ ਕਰਾ ਲੈ ਯਾਰ ਤੂੰ ਹੂੰ ਉਹ ਵਿਆਹ ਦੀ ਤਾਂ ਗੱਲ ਨਹੀਂ ਕਰਦਾ ਤੇ ਉਹ ਮੈਨੂੰ ਕਹੀ ਜਾਂਦਾ ਸੈਂਤਾ ਮਾਰ ਕੇ ਕੀ ਮਾੜਾ ਪੁੱਛ ਕੇ ਦੱਸਿਓ ਕਿ ਬੱਲੀ ਤੇ ਪੰਜ ਕਲਿਆਣੀ ਏਕੀ ਗੱਲ ਹੁੰਦੀ ਏ ਕਹਿੰਦੇ ਕਈ ਥਾਵਾਂ ਦੇ ਉੱਤੇ ਤਾਂ ਬੱਲੀ ਕਹਿੰਦੇ ਆ ਕਈ ਥਾਵਾਂ ਤੇ ਪੰਜ ਕਲਿਆਣੀ ਕਹਿੰਦੇ ਆ ਵੇਖੋ ਜੀ ਗੱਲ ਇੱਕ ਆ ਵੀ ਜਿਹੜੀ ਬੱਲੀ ਮੈਂ ਆ ਹੂੰ ਉਹਦੇ ਕੱਲਾ ਮੱਥਾ ਬੱਲਾ ਹੋਊਗਾ ਤੇ ਪੈਰ ਮਗਰ ਲਿਆ ਜੇ ਮਾੜੇ ਮਾੜੇ ਚਟਾਕ ਹੋਣਗੇ ਚਿੱਟੇ ਬੱਲੇ ਠੀਕ ਹੈ ਠੀਕ ਹੈ ਜਿਹੜੀ ਪੰਜ ਕਲਿਆਣੀ ਆ ਉਹਦੇ ਮੱਥੇ 'ਚ ਬੱਲ ਸਿੱਧਾ ਨੱਕ ਤਾਂ ਹੀ ਆਊਗਾ ਹੂੰ ਚਾਰੇ ਪੈਰ ਤੋਤੇ ਹੋਣਗੇ ਚਾਰੇ ਪੈਰ ਮਤਲਬ ਡੱਬੇ ਹੋਣਗੇ ਹੂੰ ਠੀਕ ਆ ਉਹਨੂੰ ਅਸੀਂ ਫਿਰ ਪੰਜ ਕਹਿਆ ਨਹੀਂ ਕਹਿੰਦੇ ਆ ਵੀ ਪੰਜ ਚੀਜ਼ਾਂ ਦੇ ਚਾਰੇ ਪੈਰ ਹੋਗੇ ਤੇ ਮੱਥਾ ਹੋ ਗਿਆ ਹੂੰ ਪੰਜੇ ਚੀਜ਼ਾਂ ਦੀ ਕਾਲਮ ਪੂਰੀ ਹੋ ਗਈ ਹੂੰ ਜਦੋਂ ਅਸੀਂ ਪਸ਼ੂ ਕਿਰੇ ਮੈਂ ਵੇਚਦਾ ਸੀ ਮੱਝ ਮੈਨੂੰ ਕਹਿੰਦੇ ਜਰਾਬਾਂ ਵਾਲੀ ਮੈਂ ਲਿਆਇਆ ਕਰ ਜਰਾਬਾਂ ਵਾਲੀ ਮੈਂ ਜਰਾਬਾਂ ਵਾਲੀ ਕਾਲੀ ਝੋਟੀ ਨਾਲ ਲਿਆ ਕਰ ਜਰਾਬਾਂ ਵਾਲੀ ਲਿਆ ਕਰ ਹੂੰ ਫਿਰ ਉਹਨੂੰ ਪਾਸੇ ਹੋ ਕੇ ਪੁੱਛਿਆ ਮਖ ਵੀ ਕਿੰਨੀ ਜਰਾਬਾਂ ਵਾਲੀ ਕਿਸ ਮਕਸਦ ਕਹਿੰਦਾ ਬੱਲੇ ਹੁਣ ਚਾਰੇ ਪੈਰ ਉਹ ਜ ਆਪਣੇ ਜਰਾਬਾਂ ਜਿਵੇਂ ਪਾਇਆ ਹੂੰ ਜਰਾਬ ਆਈ ਹੁੰਦੀ ਆਪਣੇ ਐ ਬਰ ਇੰਨੇ ਨੇ ਪੈਰ ਉਹਦੇ ਬੱਲੇ ਹੁਣ ਪਸ਼ੂ ਦੇ ਫੇਰ ਉਹੋ ਜੀ ਪਸ਼ੂ ਲੈ ਕੇ ਉਹਨੂੰ ਦੇਣ ਲੱਗੇ ਵੀ ਆ ਜਿਹੇ ਜੀ ਟੈਕਨੀਕ ਮੰਗਦਾ ਉਹ ਜੀ ਲੈ ਜਾਂਦੇ ਹੁਣ ਮੰਡੀਆਂ ਤੇ ਆ ਆ ਬੱਚੇ ਬਹੁਤ ਆ ਸਾਡੇ ਥਰਾਜ ਵਾਲੇ ਮੁੰਡਾ ਤੇਜ ਤੇਜ ਜੀ ਵੀ ਕਹਿ ਦਿੰਨੇ ਆ ਇਹਨੂੰ ਬਹੁਤ ਟੈਕਨੀਕ ਆ ਹੋਰ ਮੁੰਡੇ ਬਹੁਤ ਅੱਗੇ ਪਏ ਆ ਪਸ਼ੂ ਲੈਣ ਚ ਵੀ ਗਾਂ ਲੈਣੀ ਆ ਵਾਝ ਲੈਣੀ ਆ ਵੱਡੀ ਮੈਂ ਲੈਣੀ ਆ ਉਹੋ ਜੀ ਲੈਣੀ ਆ ਉਹ ਗਾਹਕ ਨੂੰ ਉਹੇ ਜੀ ਦੇਣੀ ਹੈ ਮੈਂ ਲੈ ਹੂੰ ਫਿਰ ਬੰਦਾ ਕਾਮ ਆ ਆ ਵੀ ਆ ਡਗਾ ਕਹੇ ਜੀ ਮੰਗਾ ਪਉ ਉਹ ਜੀ ਨੂੰ ਲੈ ਕੇ ਦੇਣੀ ਹੂੰ ਮੈਂ ਥੋੜਾ ਜਿਆਦਾ ਵਕਤ ਨਹੀਂ ਲੈਂਦਾ ਤੁਸੀਂ ਬਹੁਤ ਵਧੀਆ ਗੱਲਾਂ ਸੱਟਨ ਕੀਤੀਆਂ ਦੋਕ ਸਵਾਲ ਹੋਰ ਕਰਨੇ ਨੇ ਹਾਂਜੀ ਹਾਂਜੀ ਇਹ ਕੀ ਕਰਨਾ ਹੈ ਕਿ ਕਹਿੰਦੇ ਜਿਹੜੇ ਵਪਾਰੀ ਹੁੰਦੇ ਨੇ ਉਹਨਾਂ ਦਾ ਨੈਕਸਸ ਹੁੰਦਾ ਸੰਧੀ ਹੁੰਦੀ ਆ ਇਹ ਜਿੰਨੇ ਰੁਪਏ ਪਹਿਲਾਂ ਲਾ ਗਿਆ ਉਹ ਜਾ ਕੇ ਦੂਜੇ ਨੂੰ ਕਿਵੇਂ ਨਾ ਕਿਵੇਂ ਸੀਆਈਡੀ ਦੇ ਦਿੰਦਾ ਦੇ ਦਿੰਦਾ ਹੀ ਉਹ ਦੂਜਾ ਵੀ ਆਉਂਦਾ ਉਹਨੇ ਕੀ ਲਾਉਂਦਾ ਹੈ ਤੀਜਾ ਵੀ ਗਾਂ ਗੱਲ ਖਿਲਰ ਗਈ ਖਿਲਰ ਗਈ ਉਹ ਵੀ ਉਹਨੇ ਕੀ ਲਾਉਂਦਾ ਐਂਡ ਤੇ ਪਹਿਲੇ ਵਾਲੇ ਹੀ ਲੈ ਜਾਂਦਾ ਨਾਲੇ ਐਂ ਵੀ ਕਹਿ ਜਾਂਦਾ ਉਹ ਤੁਹਾਨੂੰ ਮੈਂ ਕਿਹਾ ਸੀ ਕਿ ਜਿੰਨੇ ਮੈਂ ਲਾਤੇ ਉਹਨੇ ਨਹੀਂ ਕੋਈ ਲਾਉਂਦਾ ਤੇ ਦੂਜਿਆਂ ਨੂੰ ਕਹਿ ਦਿੰਦਾ ਕਿ ਉੱਥੇ ਮੈਂ ਪਹਿਲਾਂ ਜਾਇਆ ਆ ਤੇ ਇਹ ਮੈਂ ਲੈਣੀ ਆ ਇਹ ਕੀ ਹੁੰਦਾ ਸਾਰਾ ਜਾਲ ਜਾਲ ਇਹ ਵੇਖੋ ਜੀ ਜਦੋਂ ਅਸੀਂ ਮੰਡੀਆਂ ਤੇ ਜਾਂਦੇ ਆ ਇੱਥੋਂ ਤਾਂ ਅਸੀਂ ਪਸ਼ੂ ਵੱਖਰੇ ਵੱਖਰੇ ਲੈ ਲਈ ਬਿਲਕੁਲ ਉੱਥੇ ਦੀ ਇਕੱਠਿਆਂ ਨਹੀਂ ਵੇਚਣੀ ਹੂੰ ਵੀ ਇੱਕ ਦੂਜੇ ਪਸ਼ੂ ਵੇਚਣਾ ਵੀ ਆ ਉੱਥੇ ਜਾ ਕੇ ਇੱਕ ਹੋ ਜੰਨੇ ਹਾਂ ਇੱਕ ਹੁੰਨੇ ਸਾਨੂੰ ਪਤਾ ਹੁੰਦਾ ਵੀ ਆ ਮੈਂ ਇੰਨੇ ਦੀ ਲਈ ਆ ਗਾਂ ਇੰਨੇ ਦੀ ਲਈ ਆ ਸਾਨੂੰ ਪਤਾ ਹੁੰਦਾ ਵੀ ਦੂਜਾ ਵਪਾਰੀ ਜਦੋਂ ਆਉਂਦਾ ਉਹਨੂੰ ਵੱਧ ਦੱਸਣਾ ਵੀ ਤੇ ਇੰਨੇ ਹੀ ਲਈ ਬੈਠਾ ਵੀ ਨਹੀਂ ਦਿੰਦਾ ਇੰਨੇ ਦੀ ਇੱਥੋਂ ਜਦੋਂ ਅਸੀਂ ਲੈਨੇ ਆ ਪਸ਼ੂ ਜੇ ਹਿਸਾਬ ਨਾਲ ਨਾ ਲਾਵਾਂਗੇ ਫਿਰ ਤਾਂ ਘਟਾ ਹੀ ਆ ਹਾਂ ਜੇ ਇੱਕ ਹੁੰਡ 40000 ਲਾ ਗਿਆ ਦੂਜੇ ਨੇ 45 ਤੇ ਜਿਹਨੇ 47 ਫਿਰੋਚ ਰਿਆ ਕੀ ਰਿਆ ਕੀ ਉਹਨੂੰ ਕਹਿ ਦਿੰਨੇ ਆ ਵੀ ਤੇ ਉਸ ਮੈਚ ਮੇਰਾ ਹਿੱਸਾ ਹੋ ਗਿਆ ਮੈਂ ਤੇ ਇਨੀ ਲਾ ਕੇ ਆ ਤੂੰ ਨਾਲ ਆਈ ਵਦ ਕੀ ਬਾਤ ਹੈ ਇਹ ਸਾਰਾ ਰੱਖ ਲੈਣੀ ਇਹ ਸਾਰਾ ਰੱਖ ਲੈਣੀ ਇੱਕ ਦੂਜੇ ਨਾਲ ਰੱਖ ਲੈਣੇ ਤੂੰ ਨਾਲ ਆਈਂ ਦਵਾ ਦਾ ਪੱਲਾ ਲੈ ਲੈ ਕੋਈ ਨਹੀਂ ਹੂੰ ਮੇਰੇ ਹੱਥ ਦਾ ਬੰਦਾ ਜੇ ਆਪੇ ਦੋ ਦਿਨ ਮੈਂ ਦੇਊਗਾ ਹੂੰ ਪਤਾ ਮਤਲਬ ਉਦੋਂ ਵਾਧਾ ਲਾਉਂਦਾ ਨਹੀਂ ਕੋਈ ਦਲਾਰੀ ਲਾਸ ਦਿੰਦੇ ਪੂਰੀ ਰਲ ਕੇ ਗੇਮ ਖੇਡਦੇ ਮਰ ਰਲ ਕੇ ਐਵੇਂ ਉੱਥੇ ਕਾਮਯਾਬ ਨਹੀਂ ਹੋਇਆ ਜਾਂਦਾ ਹੂੰ ਉਹ ਵੀ ਸਾਡੇ ਨਾਲ ਗੇਮਾਂ ਬਥੇਰੀਆਂ ਖੇਡਦੇ ਆ ਹੂੰ ਵੀ ਮੈਥੋਂ ਤੇ ਇਨੀ ਮੰਗੇ ਆ ਤੂੰ ਕਹਿੰਦਾ ਮਾਸਟਰ ਇਨੀ ਮੈਂ ਦੇਊਗਾ ਇਹ ਉਹ ਵੀ ਸੰਤਰੇ ਕਾ ਜਾਂਦੇ ਹਨ ਸਾਨੂੰ ਤਾਂ ਇੰਨੇ ਹੀ ਆਕੇ ਭਾਈ ਜੇ ਤੈਨੂੰ ਘੜਨੇ ਤਾਂ ਲੈ ਲੈ ਹੂੰ ਵੀ ਤੁੰਡੂ ਘੜਨੇ ਤਾਂ ਲੈ ਰੂ ਸਾਨੂੰ ਤਾਂ ਕੋਈ ਦਿੱਕ ਨਹੀਂ ਆਏ ਹੋਰ ਤੇ ਉਹ ਕੋਥੇ ਇਕੱਠਿਆਂ ਨੇ ਰਹਿਣਾ ਹੂੰ ਇਕੱਠਿਆਂ ਨੇ ਇੱਕ ਦੂਨ ਧਾਰ ਪਸ਼ੂ ਖਲਾਉਣਾ ਧਾਰ ਵੇਚਣਾ ਜ਼ਿੰਮੇਵਾਰੀਆਂ ਤੇ ਵੇਚਣਾ ਉਥੇ ਤਾਂ ਸਾਰੇ ਜਾ ਕੇ ਇੱਕ ਹੀ ਹੈ ਜੀ ਇੱਕ ਹੋ ਜਾਂਦੀ ਹਾਂ ਹੁਣਾਂ ਵੀ ਪੈਂਦਾ ਜੇ ਕੇ ਦੇ ਪੈਸੇ ਆੜੇ ਉਹ ਦੂਜੇ ਇਲਾਕੇ ਵੀ ਮਾਰਨਾ ਪੈਂਦਾ ਕੀ ਗੱਲ ਭਾਈ ਇਹ ਨਹੀਂ ਪਰਿਵਾਰ ਪਾਲਣਾ ਦੇ ਪੈਸੇ ਤੁਸੀਂ ਇਹ ਵੱਖਰੇ ਵੱਖਰੇ ਹੋਈ ਵੀ ਆਪਾਂ ਨੂੰ ਕੀ ਆ ਫੇਰ ਇਹ ਕੀ ਲਈ ਬੈਠੇ ਲੋਕ ਆਪਾਂ ਨੂੰ ਬਿਲਕੁਲ ਇਕਤਾ ਕਰਨਾ ਹੀ ਪੈਂਦਾ ਚਲੋ ਇੱਕ ਮੈਂ ਸਵਾਲ ਆਪਦੀ ਮਰਜ਼ੀ ਦਾ ਕਰਨਾ ਹੈ ਥੋੜਾ ਜਿਹਾ ਆਪ ਪਪਾ ਸ਼ੂ ਤੁਹਾਨੂੰ ਤੋਂ ਪਾਸੇ ਜਾ ਕੇ ਉਹ ਕੀ ਹੈ ਤੁਸੀਂ ਪਹਿਲਾਂ ਟੀਚਰ ਰਹੇ ਸਰਕਾਰੀ ਟੀਚਰ ਰਹੇ ਸੀ ਪਰ ਜਿਹੜੇ ਆਹ ਐਜੂਕੇਸ਼ਨ ਦੇ ਵਪਾਰੀ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਠੀਕ ਹੈ ਕੁਝਕ ਪ੍ਰਾਈਵੇਟ ਸੈਕਟਰ ਵਾਲੇ ਨਵੇਂ ਪੜ੍ਹੇ ਲਿਖੇ ਮੁੰਡਿਆਂ ਦੀ ਸ਼ੈਲ ਲਾਉਂਦੇ ਆ ਥੋੜੇ ਜਿਹੇ ਰੁਪਈਆਂ ਦੇ ਉੱਤੇ ਇਹ ਐਜੂਕੇਸ਼ਨ ਦੇ ਵਪਾਰੀ ਐ ਹਾਂਜੀ ਇਹਨਾਂ ਬਾਰੇ ਕਦੇ-ਕਦੇ ਦੇਖ ਕੇ ਤਰਸ ਨਹੀਂ ਆਉਂਦਾ ਸਾਡੀ ਨਵੀਂ ਪੀੜ੍ਹੀ ਤੇ ਉਹ ਵੀ ਥੋੜੀ ਫੀਲਡ ਦੀ ਐ ਕਿ ਯਾਰ ਅਸੀਂ ਵਧੀਆ ਤਰਖਾਹਾਂ ਲਈਆਂ ਰਿਟਾਇਰ ਹੋਏ ਦੂਜਾ ਕੀਤਾ ਵੀ ਵਧੀਆ ਚਲਾ ਲਿਆ ਇਹ ਪਹਿਲੀ ਚੀਜ਼ ਆਪਾਂ ਕਹਿ ਦਈਏ ਕਿ ਐਜੂਕੇਸ਼ਨ ਵਪਾਰੀਆਂ ਦੇ ਹਵਾਲੇ ਪੈ ਗਏ ਇਹਨੂੰ ਕਿਵੇਂ ਦੇਖਦੇ ਹੋ ਇਹ ਬਿਲਕੁਲ ਪੈ ਗਈ ਜੀ ਹੂੰ ਜਿਹੜੇ ਬੂਟ ਜਿਹੜਾ ਆਪਾਂ ਟਾਈਆਂ ਨਾ ਜਿਹੜੀਆਂ ਟਾਈਆਂ ਇਹਨਾਂ ਨੇ ਪਾਤੀ ਇਹਨਾਂ ਨੇ ਤੁਹਾਨੂੰ ਮੈਂ ਆਪਦੀ ਗੱਲ ਦੱਸਦਾ ਹੂੰ ਸਾਡਾ ਸੈਮੀਨਾਰ ਲੱਗਿਆ ਜੀ ਮੁਖਸਰ ਜ਼ਿਲ੍ਹੇ ਦੇ ਵਿੱਚ ਹੂੰ ਉਹਨੇ ਪ੍ਰਾਣੀ ਟੀਚਰ ਸਾਧ ਲਈ ਠੀਕ ਹੈ ਵੀ ਉਹਨਾਂ ਤੋਂ ਆਪਾਂ ਤੁਹਾਨੂੰ ਗਿਆਨ ਦਵਾਈਏ ਕੁਛ ਨਾ ਕੁਛ ਵੀ ਉਹਨਾਂ ਨੇ ਕਿਵੇਂ ਇੰਨਾ ਚਿਰ ਕਮਾਇਆ ਸਾਡੀ ਵਿਵਾਰੀ ਆ ਗਈ ਸਟੇਜ ਤੇ ਲੈ ਆਂਦਾ ਸਾਰੇ ਬੱਚਿਆਂ ਸੱਸੀ ਕਬਲਾਈ ਗੱਲਾਂ ਮਤਾਂ ਪੁੱਛੀਆਂ ਹੂੰ ਮੈਂ ਕਿਹਾ ਪੁੱਤਰ ਇੱਕ ਕੁਐਸਚਨ ਦਾ ਮੈਂ ਤੁਝ ਜਵਾਬ ਦਿਓ ਹੂੰ ਵੀ ਆਪਣੇ ਕੱਲੀ ਨਿਕਰੀ ਤੇੜਾ ਬੱਚੇ ਦੀ ਹਾਂਜੀ ਉਹ ਆਪਣੇ ਕੋਲ ਛੱਡ ਗਿਆ ਵੀ ਪਤਾ ਇਹਨੂੰ ਪੜ੍ਹਾਓ ਭਾਈ ਹੂੰ ਉਦੇ ਕੋਈ ਕੋਈ ਸਮਾਨ ਨਹੀਂ ਗਾ ਹੂੰ ਤੇ ਸਾਬ ਨੇ ਨਾ ਕਰਤੀ ਹੂੰ ਵੀ ਜਿਹਦੇ ਕੋਲੇ ਬੱਚੇ ਦੇ ਸਮਾਨ ਹੀ ਹੈ ਨਹੀਂ ਕੈਂਸਲ ਨਹੀਂ ਕਾਪੀ ਨਹੀਂ ਫੱਟੀ ਨਹੀਂ ਹੂੰ ਐਵੇਂ ਤਾਂ ਬੂਰੀ ਵੀ ਹੈ ਨਹੀਂ ਹੂੰ ਤੇ ਜਿਹੜਾ ਆਤਖੜੇ ਕਰ ਗਈ ਨਹੀਂ ਮੈਂ ਆਖਾ ਉਹ ਬੱਚੇ ਸਾਡੇ ਪੜਾ ਕੇ ਮਲਾਜਮ ਲਵਾਏ ਕਿਆ ਬਾਤ ਹੈ ਫਿਰ ਕਹਿੰਦੇ ਜੀ ਤੁਸੀਂ ਦੱਸੋ ਫਿਰ ਫਿਰ ਮੈਂ ਆਖਾ ਉਂਗਲ ਕਾਰੇ ਵਾਸਤੇ ਹੂੰ ਇਹ ਉਂਗਲ ਬਹੁਤ ਕੁਛ ਕਰਦੀ ਹੈ ਧਰਤੀ ਦੇ ਵਿੱਚ ਅੱਖਰ ਖੋਦੋ ਏਕਾ ਹੂੰ 1 ਕਾ ਬੋਲੀ ਚਲੋ ਹੂੰ ਵੀ ਆਏ ਕਾ ਪੈਂਦਾ ਤੇ ਆਏ ਬੋਲਣਾ ਹੂੰ ਫਿਰ ਦੂਆ ਪਾਤਾ ਤੀਜੇ ਤਿੰਨ ਦਿਨ ਏਕੇ ਤੇ ਟਿਕਾਈ ਰੱਖਣਾ ਫਿਰ ਦੂਏ ਤੇ ਟਿਕਾਈ ਰੱਖਣਾ ਹੂੰ ਐਸ ਤਰ੍ਹਾਂ ਦੱਸਤੇ ਕਿ ਉਹਨੂੰ ਟਿਕਾਉਣਾ ਹੂੰ ਫਿਰ ਏਕੇ ਤੇ ਸਿਫਰ ਤੇ ਫਿਰ ਜੋੜ ਦੇਣਾ ਹਾਂਜੀ ਦੋਹਾਂ ਤੇ ਜੋੜ ਦੇਦਾ ਹੂੰ ਏਕੇ ਦਾ ਸਾਤਾ ਵੀ ਬਣਨਾ ਹੂੰ ਸਿਫਰ ਦਾ ਛੱਕਾ ਵੀ ਬਣਨਾ ਸਿਫਰ ਦਾ 8ਾ ਵੀ ਬਣਨਾ ਸਿਫਰ ਦਾ 9ਾ ਵੀ ਬਣਨਾ ਹੂੰ ਸਿਫਰ ਨੂੰ ਅੱਧੀ ਦੋ ਸਿਫਰਾਂ ਜੋੜ ਕੇ ਤਾਂ ਢਟਾਤਾ ਕੀਆ ਬਣ ਜਾਣਾ ਫਿਰ ਬੱਚੇ ਨੂੰ ਸਾਰੇ ਅੱਖਰਾਂ ਗਿਆਨ ਆ ਜਾਂਦਾ ਵੀ ਐਵੇਂ ਪਾਉਣਾ ਮੈਂ ਤੇ ਜੇ ਉਹ ਬੱਚੇ ਨੂੰ ਆਪਾਂ ਐਵੇਂ ਕੁੱਟੀ ਜਾਈਏ ਤੇ ਆਪਣੀ ਗਲਤੀ ਹੈ ਬਿਲਕੁਲ ਬੱਚੇ ਨੂੰ ਪਹਿਲਾਂ ਟੈਕਨੀਕ ਨਾਲ ਸਿਖਾਓ ਹੁਣ ਜਿੱਥੇ ਮੈਂ ਪੜਾਉਂਦਾ ਰਿਹਾ ਕਮਰੇ ਦੇ ਵਿੱਚ ਸਾਡੇ 3-3 ਫੁੱਟ ਬਾਡਰ ਹੁੰਦਾ ਸੀ ਜੀ ਸਾਰਾ ਬੋਰਡ ਹੀ ਹੁੰਦੀ ਸੀ ਉਹ ਅੱਛਾ ਬੱਚੇ ਨੂੰ ਛੱਡ ਦੇਣਾ ਪੁੱਤਾਂ ਰੰਗਦਾਰ ਚਾਕ ਚੱਕੋ ਕੋਸੀ ਮਾਰੀ ਜਾਓ ਚਰੀਟਾ ਆਪਾਂ ਨੂੰ ਕੋਈ ਪਰਵਾਹ ਨਹੀਂ ਵਿੰਗੇ ਬੋਲੇ ਪਾਉ ਅੱਖਰ ਨਾ ਪਾਉ ਟੈਡੀ ਵਿੰਗੀ ਲਖੀਰ ਮਾਰੀ ਜਾਓ ਉਹਨਾਂ ਜੱਕ ਖੁੱਲ ਜਾਂਦਾ ਹੂੰ ਉਹ ਸਿਫੇ ਸਲੀਡ ਦੀ ਪੋਣੀ ਢਾ ਦੇਣਾ ਪਾ ਲੈਣਾ ਹੂੰ ਜਿਹੜੀਆਂ ਕਾਪੀਆਂ ਭਰਉਂ ਜਾਂਦੇ ਬਿਲਕੁਲ ਜਿ ਗਲਤ ਹੈ ਪਹਿਲੇ ਬੱਚਿਆਂ ਤੋਂ ਪਰ ਮੈਂ ਥੋੜਾ ਜਿਹਾ ਦੂਜੇ ਪਾਸੇ ਉਹ ਗੱਲ ਕਰ ਰਿਹਾ ਸੀ ਕਿ ਜਿਹੜੇ ਐਜੂਕੇਸ਼ਨ ਦੇ ਵਪਾਰੀ ਵੱਡੇ ਵੱਡੇ ادارے ਖੋਲ ਲੈਂਦੇ ਨੇ ਸਾਰੇ ਨਹੀਂ ਮੈਂ ਫਿਰ ਕਹਿੰਨਾ ਥੋੜੇ ਜਿਹੜੇ ਸ਼ੋਸ਼ਣ ਕਰਦੇ ਨੇ ਪੜ੍ਹੇ ਲਿਖੇ ਮੁੰਡਿਆਂ ਦਾ 8 8 4 4 3 3 2 2000 ਦੇ ਉੱਤੇ ਮੈਂ ਕਹ ਲਈ ਕਿ 8-8 ਨੋਨੋ ਕਾਂਟੇ ਕੰਮ ਲੈਂਦੇ ਨੇ 8-8 ਪੀੜ ਲਗਾਉਂਦੇ ਨੇ ਵੇਖੋ ਜੀ ਜਦੋਂ ਉਹਨਾਂ ਨੂੰ ਦੇਖਦੇ ਹੋ ਮਨ ਦੁਖੀ ਹੁੰਦਾ ਵੇਖੋ ਜੀ ਮੈਂ ਤੁਹਾਨੂੰ ਦੱਸ ਦਿੰਨਾ ਜਿੰਨਾ ਚਿਰ ਮੈਂ ਸਰਵਿਸ ਕੀਤੀ ਆ ਹੂੰ ਮੈਂ ਮਦਰ ਸਕੂਲ ਖੁੱਲ ਨਹੀਂ ਤਾਈ ਕੋਈ ਖੁੱਲ ਨਹੀਂ ਦਿੱਤਾ ਉਸ ਨੂੰ ਨਾ ਬਾਤ ਸੱਚੋ ਚੜੇ ਬੱਚੇ ਵੀ ਮੇਰੇ ਲਾਇਵ ਹੈ ਵੀ ਜੇ ਮੇਰੇ ਜ ਕੋ ਘਾਟਾ ਤਾਂ ਦੱਸੋ ਹੂੰ ਸਾਡੇ ਸਟਾਫ 'ਚ ਘਾਟਾ ਉਹ ਦੱਸੋ ਹਾਂ ਕਿੱਥੇ ਸਾਡੇ 'ਚ ਗਲਤੀ ਹੈ ਉਹ ਦੱਸੋ ਜੀ ਆਪਜੀ ਰਿਮੂਵ ਕਰ ਲਾਂਗੇ ਹੂੰ ਬਸ ਸਿਰਫ ਜਿਹੜੇ ਮਤਲਬ ਜਦੋਂ ਬੱਚਾ ਬੂੜ ਚਰਾ ਮਪਟਾਈਆਂ ਪਾ ਕੇ ਬੱਚਾ ਜਾਂਦਾ ਹੈ ਮਾਪਿਆਂ ਨੂੰ ਸੋਹਣਾ ਲੱਗਦਾ ਵੀ ਮੈਂ ਵੀ ਇੱਥੇ ਲਾ ਕੇ ਨਾ ਵੇਖੀ ਜੇ ਆਪ ਹੂੰ ਉਹਨਾਂ ਦੇ ਵਿੱਚ ਕੁਛ ਨਹੀਂ ਕਿਤੇ ਵੇਖੇ ਅਸੀਂ ਵੀ ਕਹਿੰਦੇ ਆ ਜਾਲ ਆ ਹੂੰ ਕਿਤੇ ਘਰੇ ਤੁਸੀਂ ਉਹਨਾਂ ਬੱਚਾ ਤੋਂ ਹੀ ਪੜਾ ਕੇ ਵੇਖ ਲਓ ਤੇ ਆਪਦੇ ਬੱਚੇ ਨੂੰ ਜੋਰ ਦਿਓ ਹੂੰ ਤੇ ਤੁਹਾਡਾ ਬੱਚਾ ਅੱਗੇ ਆਊਗਾ ਹੂੰ ਇਹ ਤਾਂ ਸਿਰਫ ਉਹਨਾਂ ਨੇ ਆਪਾਂ ਨੂੰ 99 ਨੰਬਰ ਦੇ ਦਿੱਤੇ 98 ਦੇ ਦਿੱਤੇ 100 ਦੇ ਦਿੱਤਾ ਹਾਂ ਤੇ ਆਪਾਂ ਨੂੰ ਕੋਈ ਡੇਟਾ ਪੇਪਰਾਂ ਜੋ ਪਾਸ ਹੋ ਕੇ ਕਿਹਾ ਕਿ ਮਾਂ ਕਹਿੰਦੀ ਮੇਰੇ ਬੇਟੇ ਨੇ ਟੌਪ ਕੀਤਾ ਹਾਂ ਬਸ ਉਹ ਚੀਜ਼ ਹੀ ਲੈ ਕੇ ਫਿਰ ਉਹ ਚੀਜ਼ ਲੈ ਕੇ ਬਹਿ ਗਿਆ ਸਾਡੇ ਹੱਥੇ ਜਮਾਇਆ ਜੀ ਕੰਮ ਹਮ ਤੇ ਮੈਂ ਪਿੰਡ ਜਾਵੜਾ ਦੋਦਕਾਉਣੀ ਉੱਥੇ ਜੀ ਗਰਮੀ ਕੱਟੀ ਬੱਚੇ ਆ ਗਏ ਉਤਰੇ ਬੱਸ ਤੋਂ ਹਮ ਤੇ ਮੈਂ ਆਖਿਆ ਭੈਣੇ ਕਿਹੜੀ ਕਿਹੜੀ ਕਲਾਸ ਚ ਬੱਚਾ ਇੱਕ ਬਈ ਚੌਥੀ ਚ ਹੈ ਇੱਕ ਸੁਖਨਾ ਪੰਜਵੀਂ ਚ ਹੈ ਹਮ ਮੈਂ ਬੱਚੇ ਥੋੜੇ ਬਹੁਤ ਸ਼ਾਈਨਿੰਗ ਹਾਂ ਭਾਈ ਬੱਚੇ ਬਹੁਤ ਸ਼ਾਈਨਿੰਗ ਹੈ ਹਮ ਇਹ ਜੇ 100% ਹੀ ਆਏ ਨੰਬਰ ਹਾਂ ਇਹ ਜੇ 98 ਆਏ ਆ ਉਹ ਆਪ ਕੁੜੀ ਦਾਸ ਜੀ ਮੈਂ ਤਾਂ ਪੜ੍ਹੀ ਸੀ ਹੂੰ ਮੈਂ ਕਿਹਾ ਪਾਣੀ ਬਹੁਤ ਵਧੀਆ ਐਨੀਆਂ-ਐਨੀਆਂ ਪੜ ਕੇ ਤਾਂ ਬੱਚੇ ਬਹੁਤ ਵਧੀਆ ਮੈਂ ਜਾਂ ਰੋਟੀ ਪਾਣੀ ਖਵਾਉ ਇਹਨਾਂ ਰੋਟੀ ਪਾਣੀ ਖਵਾਤਾ ਬੱਚੇ ਨੂੰ ਮੈਂ ਪਿਆਰ ਨਾਲ ਕੋਲ ਸੱਦ ਲਿਆ ਹੂੰ ਪਹਿਲਾਂ ਮੈਂ ਕੁਐਸਚਨ ਪੁੱਟ ਉਹਨਾਂ ਦੇ ਬੱਚਿਆਂ ਨੂੰ ਕੀਤਾ ਕਿ ਨੀਲੀ ਸ਼ਾਈ ਦਾ ਪੈਨ ਭਰਿਆ ਹੋ ਕਿ ਉਹ ਹਰਾ ਲਿਖ ਸਕਦਾ ਹੂੰ ਹੂੰ ਉਹ ਕਹਿੰਦੇ ਨਹੀਂ ਨਹੀਂ ਲਿਖ ਸਕਦਾ ਠੀਕ ਹੈ ਨਹੀਂ ਲਿਖ ਸਕਦਾ ਮੈਂ ਕਿਹਾ ਫਿਰ ਸੋਚ ਲਓ ਕਿ ਨਹੀਂ ਲਿਖ ਸਕਦਾ ਹੂੰ ਮੈਂ ਕਿਹਾ ਆਪਾਂ ਗ੍ਰੀਨ ਲਿਖਦੇ ਆ ਜਾਂ ਹਰਾ ਲਿਖਦੇ ਪੈਨ ਨਾਲ ਆ ਹਰਾ ਲਿਖ ਨਾਲ ਹਰਾ ਤੇ ਲਿਖਦੇ ਆ ਉਹ ਲਿਖਿਆ ਜਾਂਦਾ ਤੇ ਉਹ ਵੀ ਕਿੰਨੇ ਖਿਆ ਜਾਂਦਾ ਫਿਰ ਆਛ ਬੇਬੱਤੀ ਦੋ ਤਿੰਨ ਕੁਐਸਚਨ ਸਾਰੇ ਉਹਨਾਂ ਨੂੰ ਕੀਦੇ ਵੀ ਇੱਕ ਅੱਖ ਨਾਲ ਦੋ ਬੰਦੇ ਦੇਖਦੇ ਆ ਦੋ ਹਨ ਕਿੰਨੇ ਦਿਸਣਗੇ ਕੋਈ ਬੱਚਾ ਨਹੀਂ ਦੋ ਕਹਿੰਦਾ ਚਾਰ ਹੀ ਕਹੂਗਾ ਚਾਰ ਕਿਵੇਂ ਚਾਰ ਹੀ ਕਹਿੰਦਾ ਜੇ ਵੈਆਂ ਗਿਣਾ ਕਿਤੇ ਬੱਚੇ ਮੇਰੇ ਨੇੜੇ ਹੋਰ ਹੋ ਗਏ ਮਾਕ ਪੁੱਤਰਾ ਸਿਆਣੇ ਬਹੁਤ ਹ ਤੁਸੀਂ ਮਾ ਕਿਉਂ ਕਰ ਤੂੰ ਬਤ ਮੈਨੂੰ ਤਿੰਨ ਨੂੰ ਵਿੱਚ ਜ਼ੀਰੋ ਜੋੜ ਹ ਹੁਣੇ ਸੋਚੀ ਪੈ ਗਿਆ ਵੀ ਜ਼ੀਰੋ ਦਾ ਹੁਣ ਕੀ ਮੁੱਲ ਹੈ ਫਿਰ ਮੈਂ ਕਹਿੰਦਾ ਤੈਨੂੰ 0 ਨਾਲ ਗੁਣਾ ਕਰ ਲਾ ਫਿਰ ਚੁੱਪ ਤਿੰਨ ਚਾਰ ਕੁਐਸਚਨ ਜਦੋਂ ਮੈਂ ਉਹਨੂੰ ਪੁੱਛੇ ਨਾ ਬੱਚੇ ਨੂੰ ਨਾ ਆਏ ਮੈਂ ਕਹਾਂਜੀ ਸੁਣਾ ਦੇ ਮੈਨੂੰ ਜ਼ਰੂਰੀ ਕੰਮ ਦੀ ਕਹਿੰਦਾ ਸਾਨੂੰ ਕਰਾਈ ਨਹੀਂ ਠੀਕ ਹੈ ਉਹ ਕੁੜੀ ਵੇਖੀ ਜਾਵੇ ਕਹਿੰਦੀ ਬਾਈ ਇਹਨੇ ਤਾਂ ਕੁਝ ਵੀ ਨਹੀਂ ਆਉਣਾ ਮੈਂ ਕਿਹਾ ਬਣੀ ਤੂੰ ਕਰਾ ਕੇ ਵੇਖ ਲੈ ਗੁਣਾ ਪਤਾ ਲੱਗ ਜੂ ਵੀ ਤੂੰ ਆਪ ਕਰਾ ਕੇ ਵੇਖ ਲੈ ਵਿਚਾਰੇ 0 ਭਾ ਦੇ ਬੱਚੇ ਨੂੰ 101 ਨੂੰ 4 ਨਾਲ ਗੁਣਾ ਕਰਾ ਦੇ ਤੇ ਗੱਲ ਜੀ ਕਿ ਸਾਰੀ ਕਰੂਗਾ ਉਹ ਜਿਹੋ ਉਹਨੇ ਵੇਖਿਆ ਉਦੋਂ ਘਰ ਵਾਲਾ ਆ ਗਿਆ ਟਰੈਕਟਰ ਉਤਰਿਆ ਕਹਿੰਦੀ ਇਹਨਾਂ ਨੂੰ ਕੁਝ ਨਹੀਂ ਆਉਂਦਾ ਹਾਂ ਆ ਵੇਖ ਲੈ ਤੂੰ ਕਾਪੀ ਵੇਖ ਜਿਹੜੀ ਇਹਨੂੰ ਕੁਐਸਚਨ ਪੁੱਛੇ ਨੂੰ ਕੁਝ ਵੀ ਨਹੀਂ ਆਉਂਦਾ ਕੁਝ ਵੀ ਨਹੀਂ ਆਉਂਦਾ ਤੂੰ ਸਰਟੀਫਿਕੇਟ ਕਟਾ ਦੇ ਫਲਾਨੇ ਸਕੂਲ ਚ ਲਾਇਆ ਲਾ ਦੇ ਕੋ ਲਾਇਆ ਅੱਜ ਬੱਚਾ ਇੱਕ ਤਾਂ ਪੁਲਿਸ 'ਚ ਲੱਗਿਆ ਵਾ ਇੱਕ ਫਿਰ ਘਰ ਇਹ ਖੇਤੀ ਨੂੰ ਸਾਧਦੇ ਖੇਤੀ ਕਰਨ ਲੱਗ ਗਿਆ ਵੀ ਮਤਲਬ ਇਹ ਤਾਂ ਵੇਖਿਆ ਜੀ ਨਹੀਂ ਪੂਰਾ ਚੈੱਕ ਆਪਾ ਜੇ ਧਿਆਨ ਦੇ ਜੇ ਨਾ ਤਾਂ ਸਾਡਾ ਢਿੱਡ ਹੀ ਕਰਦਾ ਉੱਥੇ ਲਾਉਣ ਹਾਂ ਚਲੋ ਮਾਸਟਰ ਜੀ ਆਪਾਂ ਲੈਨੇ ਆਜਾਜਤ ਹਾਂਜੀ ਦਰਸ਼ਕਾਂ ਤੋਂ ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਵਾਅਦਾ ਲੈਣਾ ਹੈ ਹਾਂਜੀ ਤੁਹਾਡੇ ਨਾਲ ਇੱਕ ਵਾਰੀ ਆਏ ਫੇਰ ਬੈਠਣਾ ਹੈ ਜਦੋਂ ਮਰਜੀ ਆਖੋ ਜੀ ਆਪਾਂ ਵਿਹਲੇ ਆਂ ਜਮ ਤੇ ਗੱਲ ਆਪਾਂ ਕਰਨੀ ਹੈ ਹੁਣ ਐਜੂਕੇਸ਼ਨ ਸਿਸਟਮ ਤੇ ਖਾਸ ਕਰਕੇ ਪ੍ਰਾਇਮਰੀ ਵਾਲੇ ਤੇ ਅੱਜ ਆਪਾਂ ਥੋੜੀ ਜੀ ਸ਼ਿੰਝਰ ਛੇੜ ਲਈ ਪਰ ਇਹ ਗੱਲ ਬਹੁਤ ਵਿਚਾਰਾਂ ਵਾਲੀ ਹੈ ਤੇ ਆਪਾਂ ਇਸ ਨੂੰ ਨਾ ਖੁੱਲੇ ਟਾਈਮ 'ਚ ਬੈਠ ਕੇ ਸਪੈਸ਼ਲੀ ਕਰਾਂਗੇ ਵੇਖੋ ਜੀ ਆਪਾਂ ਲੋਕ ਸੇਵਾ ਤੇ ਵਧੀਆ ਪੈਨਸ਼ਨ ਆਉਦੀ ਆ ਵਧੀਆ ਕੰਮ ਆ ਆਪਾਂ ਲੋਕ ਸੇਵਾ ਕਰਨੀ ਜਿੰਨੀ ਹੋਈ ਉਹ ਨਹੀਂ ਥੋੜੀ ਤੇ ਵਿਰਾਸਤ মিডিਆ ਨੂੰ ਦਿਓ ਵਾਦਾ ਜੀ ਫਿਰ ਆਪਾਂ ਫੇਰ ਜੋੜ ਲੰਗਾਈ ਸੱਚੀ ਕਾ ਤੁਸੀਂ ਦੇਖ ਰਹੇ ਸੀ ਪੌਡਕਾਸਟ ਅਣਗੌਲੇ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੀ ਸਾਡੀ ਲੜੀ ਦਾ ਪ੍ਰੋਗਰਾਮ ਪਸੰਦ ਆਇਆ ਹੋਊਗਾ ਸਾਡੀ ਕੋਸ਼ਿਸ਼ ਹੋਊਗੀ ਕਿ ਸਾਡੇ ਜਿਹੜਾ ਪ੍ਰਾਇਮਰੀ ਐਜੂਕੇਸ਼ਨ ਸਿਸਟਮ ਹੈ ਉਹਦੇ ਉੱਤੇ ਮਾਸਟਰ ਜੀ ਦੇ ਨਾਲ ਬੈਠ ਕੇ ਫੇਰ ਵਿਚਾਰਾਂ ਕੀਤੀਆਂ ਜਾਣ ਅੱਜ ਦੇ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ